ਸਤਿ ਸ਼੍ਰੀ ਅਕਾਲ ਜੀ, ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਪਹਿਲਾਂ ਤਾਂ ਮੈਂ ਹੱਥ ਜੋੜ ਕੇ ਮਾਫੀ ਮੰਗਦਾ, ਮੈਂ ਆਪਣੇ ਪਿਆਰੇ ਭੈਣ ਭਰਾਵਾਂ ਕੋਲੋਂ ਵੀ ਆਪਣੀ ਜਿਹੜੀ ਲਾਈਵ ਕਲਾਸ ਚੱਲ ਰਹੀ ਸੀ ਉਹ ਕਾਫੀ ਦਿਨਾਂ ਤੋਂ ਨਹੀਂ ਲੱਗੇਗੀ। ਤੇ ਹਾਲਾਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਟੀਚਰ ਅਧਿਆਪਕ ਸਾਹਿਬਾਨ ਪੜ੍ਹਾ ਰਹੇ ਨੇ, ਪੰਜਾਬ ਦਾ ਇਤਿਹਾਸ ਵੀ ਪੜ੍ਹਾ ਰਹੇ ਆ, ਪੰਜਾਬੀ ਵਿਆਕਰਨ ਵੀ ਪੜ੍ਹਾ ਰਹੇ ਆ, ਕੰਪਿਊਟਰ ਵੀ ਪੜ੍ਹਾ ਰਹੇ ਹੋਣਗੇ, ਪਰ ਮੈਂ ਸ਼ੁਕਰਗੁਜ਼ਾਰ ਕਰਦਾ ਪਰਮਾਤਮਾ ਦਾ ਕਿ ਬੱਚੇ ਮੇਰੀ ਕਲਾਸ ਦਾ ਵੀ ਇੰਤਜ਼ਾਰ ਕਰਦੇ ਆ। ਕਾਫੀ ਬੱਚਿਆਂ ਦੇ ਅੱਜ ਮੈਸੇਜ ਵੀ ਆਏ ਵੀ ਸਰ ਕਲਾਸ ਬੰਦ ਕਿਉਂ ਹੋ ਗਈ ਜਾਂ ਹੁਣ ਕਲਾਸ ਨਹੀਂ ਲੱਗੂਗੀ। ਤਾਂ ਦੇਖੋ ਇਕੱਲੇ ਇਕੱਲੇ ਬੱਚੇ ਨੂੰ ਰਿਪਲਾਈ ਕਰਨਾ ਔਖਾ ਹੋ ਜਾਂਦਾ। ਮੈਂ ਵੈਸੇ ਵੀ ਟੈਲੀਗ੍ਰਾਮ ਤੇ ਵੀ ਪਾਇਆ ਸੀ ਮੈਸੇਜ, ਪਰ ਆਪਣੀ ਕਲਾਸ ਬੈਠੇ ਥੋੜੇ ਟਾਈਮ ਵਾਸਤੇ ਆਪਾਂ ਬੰਦ ਕੀਤੀ ਹੈ। ਬੰਦ ਦਾ ਮਤਲਬ ਇਹ ਨਹੀਂ ਹੈਗਾ ਤੁਹਾਨੂੰ ਕੰਟੈਂਟ ਨਹੀਂ ਮਿਲੂਗਾ, ਮਤਲਬ ਲਾਈਵ ਬੰਦ ਕਰਤੀ, ਥੋੜੀ ਜਿਹੀ ਰਿਕਾਰਡਡ ਆਊਗੀ, ਥੋੜਾ ਜਿਹਾ ਟਾਈਮ ਦੀ ਪ੍ਰੋਬਲਮ ਚੱਲ ਰਹੀ ਹੈ। ਰਿਕਾਰਡਡ ਕਲਾਸ ਤੁਹਾਨੂੰ ਮਿਲਿਆ ਕਰੂਗੀ, ਚਾਹੇ ਇੱਕ ਦਿਨ ਛੱਡ ਕੇ ਮਿਲੇ, ਫਿਰ ਆਪਾਂ ਜਲਦੀ ਲਾਈਵ ਦੇ ਵਿੱਚ ਦੁਬਾਰਾ ਆਵਾਂਗੇ, ਠੀਕ ਹੈ। ਤੇ ਜਿਹੜੀ ਹੁਣ ਜਿਹੜੀ ਮੈਂ ਟੌਪਿਕ ਕਰਵਾਉਣ ਜਾ ਰਿਹਾ ਉਹ ਬੇਸਿਕਲੀ ਰਿਕਾਰਡਡ ਦੇ ਵਿੱਚ ਹੀ ਕਰਨ ਵਾਲੇ ਆ, ਕਿਉਂਕਿ ਲਾਈਵ ਦੇ ਵਿੱਚ ਕੀ ਹੁੰਦਾ ਵੀ ਹਲਕੀ ਫੁਲਕੀ ਕਲਾਸ ਆਪਾਂ ਲਗਾ ਸਕਦੇ ਹਾਂ, ਕਈ ਵਾਰੀ ਨਾ ਟੌਪਿਕ ਤੋਂ ਆਸੇ-ਪਾਸੇ ਟੀਚਰ ਦਾ ਧਿਆਨ ਭਟਕ ਜਾਂਦਾ ਹੈ, ਬੱਚੇ ਦਾ ਵੀ ਭਟਕ ਜਾਂਦਾ ਜਦੋਂ ਕੋਈ ਬੱਚਾ ਫਾਲਤੂ ਕੁਐਸਚਨ ਪੁੱਛਦਾ ਹੈ, ਪਲੱਸ ਫਿਰ ਕਮੈਂਟਾਂ ਵੱਲ ਵੀ ਧਿਆਨ ਹੁੰਦਾ, ਗਲਤੀ ਹੋਣ ਦੇ ਚਾਂਸ ਵੱਧ ਜਾਂਦੇ ਆ। ਅੱਜ ਦੀ ਕਲਾਸ ਮੈਂ ਗਾਰੰਟੀ ਦਿੰਦਾ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਰਹਿਣ ਵਾਲੀ ਹੈ, ਤੇ ਬਹੁਤ ਡਿਟੇਲ ਦੇ ਵਿੱਚ ਕਰਾਉਣ ਜਾ ਰਿਹਾ ਮੈਂ ਅੱਜ ਪੰਜਾਬ ਜੀਕੇ ਦਾ ਇੱਕ ਬਹੁਤ ਹੀ ਮਹੱਤਵਪੂਰਨ ਟੌਪਿਕ, ਤੇ ਉਹਦੇ ਸਾਰੇ ਕੁਐਸਚਨ ਕਰੂੰਗਾ। ਜਿੰਨੇ ਵੀ ਤੁਹਾਡੇ ਡਾਊਟ ਆਉਂਦੇ ਆ ਮੇਰੇ ਕੋਲੇ WhatsApp ਦੇ ਉੱਪਰ, ਮੈਨੂੰ ਯਕੀਨ ਆ ਵੀ ਉਹ ਤੁਹਾਡੇ ਡਾਊਟ ਅੱਜ ਤੋਂ ਬਾਅਦ ਨਹੀਂ ਰਹਿਣਗੇ। ਬਸ ਬੇਨਤੀ ਇੰਨੀ ਕੀ ਆ ਵੀ ਇਸ ਕਲਾਸ ਦੇ ਪਿੱਛੇ 4-5 ਦਿਨ ਦੀ ਮਿਹਨਤ ਹੈ, ਬਹੁਤ ਮਿਹਨਤ ਕਰਕੇ ਕਲਾਸ ਬਣਾ ਰਹੇ ਆ, ਇਹ ਰਿਕਾਰਡਡ ਹੈ ਤੇ ਇਹਦੇ ਰਿਕਾਰਡ ਟੁੱਟਣੇ ਚਾਹੀਦੇ ਆ। ਇਹ ਕਲਾਸ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣਾ ਫਰਜ਼ ਸਮਝਦੇ ਹੋਏ, ਠੀਕ ਹੈ। ਜੇ ਤੁਸੀਂ ਪੰਜਾਬ ਦੇ ਜੰਮੇ ਜਾਏ ਆ, ਪੰਜਾਬ ਦੇ ਬਾਰੇ ਜਾਂ ਪੰਜਾਬ ਦੇ ਪ੍ਰਤੀ ਆਪਣਾ ਦਰਦ ਰੱਖਦੇ ਹੋ, ਪਿਆਰ ਰੱਖਦੇ ਹੋ, ਠੀਕ ਹੈ, ਇਹ ਕਲਾਸ ਨੂੰ ਜ਼ਰੂਰ ਸ਼ੇਅਰ ਕਰਿਓ। ਤਾਂ ਚਲੋ ਆਪਾਂ ਸਟਾਰਟ ਕਰਦੇ ਆ। ਅੱਜ ਸਾਰੇ ਪ੍ਰਸ਼ਨ ਜਿਹੜੇ ਆਪਾਂ ਕਰਨੇ ਆ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਉੱਪਰ ਕਰਨੇ ਆ, ਇਹ ਪਾਰਟ 1 ਸਮਝ ਸਕਦੇ ਆ ਆਪਾਂ। ਇਸ ਤੋਂ ਅਗਲੇ ਵੀ ਹੋਰ ਕੁਐਸਚਨ ਆਉਣਗੇ, ਤਾਂ ਤੁਸੀਂ ਦੇਖਿਓ ਵੀ ਤੁਹਾਨੂੰ ਇਹਦੇ ਵਿੱਚੋਂ ਕਿੰਨੇ ਕੁ ਕੁਐਸਚਨ ਆਉਂਦੇ ਸੀਗੇ, ਕਿਉਂਕਿ ਆਉਣ ਵਾਲੇ ਪੇਪਰਾਂ ਦਾ ਲੈਵਲ ਇਹੀ ਰਹਿਣ ਵਾਲਾ ਹੈ, ਚਾਹੇ ਉਹ ਲੇਬਰ ਇੰਸਪੈਕਟਰ ਹੈ, ਚਾਹੇ ਉਹ ਸਬ ਇੰਸਪੈਕਟਰ ਹੈ, ਚਾਹੇ ਉਹ ਸੀਨੀਅਰ ਸਹਾਇਕ ਹੈ, ਠੀਕ ਹੈ, ਇੰਨਾ ਕੁ ਲੈਵਲ ਦਾ ਜ਼ਰੂਰ ਪੁੱਛਿਆ ਜਾਊਗਾ। ਤਾਂ ਟਾਈਮ ਨਾ ਖਰਾਬ ਕਰਦੇ ਹੋਏ ਮੈਂ ਕਲਾਸ ਸ਼ੁਰੂ ਕਰਦਾ। ਕਲਾਸ ਨੂੰ ਲਾਈਕ ਸ਼ੇਅਰ ਕਰ ਦਿਓ, ਜੇ ਕੋਈ ਦਿੱਕਤ ਹੋਈ, ਕੋਈ ਚੀਜ਼ ਨਾ ਸਮਝ ਆਈ ਤਾਂ ਮੈਨੂੰ ਕਮੈਂਟ ਕਰ ਦਿਓ ਕਮੈਂਟ ਬਾਕਸ ਥੱਲੇ ਆਪਣੇ ਕਲਾਸ ਦੇ ਨੀਚੇ, ਠੀਕ ਹੈ ਜੀ। ਸ਼ੁਰੂ ਕਰਦਾ ਬੇਟਾ ਕਲਾਸ। ਸਭ ਤੋਂ ਪਹਿਲਾ ਕੁਐਸਚਨ ਆਪਣੇ ਕੋਲੇ ਕੀ ਆ, ਦੇਖੋ ਐਗਜ਼ਾਮ ਦੇ ਵਿੱਚ ਜਦੋਂ ਵੀ ਤੁਸੀਂ ਕੰਮ ਕਰਨਾ ਹੈ, ਗਲਤੀ ਹੋਣ ਦੇ ਚਾਂਸ ਉਦੋਂ ਹੁੰਦੇ ਜਦੋਂ ਬੰਦਾ ਕੁਐਸਚਨ ਨੂੰ ਧਿਆਨ ਨਾਲ ਨਹੀਂ ਪੜ੍ਹਦਾ। ਕੁਐਸਚਨ ਨੂੰ 2 ਵਾਰੀ ਧਿਆਨ ਨਾਲ ਪੜ੍ਹੋਗੇ ਹਾਰਡਲੀ 5 ਤੋਂ 7 ਸੈਕਿੰਡ ਲੱਗਦੇ ਆ, ਪਰ 2 ਵਾਰੀ ਜ਼ਰੂਰ ਪੜ੍ਹਨਾ ਹੈ। ਤਾਂ ਸਭ ਤੋਂ ਪਹਿਲਾ ਕੁਐਸਚਨ ਤੁਹਾਡੀ ਸਕਰੀਨ ਤੇ ਕੀ ਹੈਗਾ ਬੇਟਾ, ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਅਟਕ ਤੇ ਕਦੋਂ ਅਤੇ ਕਿਸ ਕੋਲੋਂ ਜਿੱਤਿਆ, ਮਹਾਰਾਜ ਜੀ ਨੇ ਅਟਕ ਤੇ ਹਮਲਾ ਕਦੋਂ ਕੀਤਾ ਤੇ ਜਿੱਤਿਆ ਕਿਹਦੇ ਕੋਲੋਂ, ਇਹ ਪੁੱਛਿਆ ਜਾ ਰਿਹਾ। ਹੁਣ ਇੱਥੋਂ ਆਪਾਂ ਨੂੰ ਇੱਕ ਸਮਝ ਲੱਗਦੀ ਆ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਿੰਨੀਆਂ ਵੀ ਜਿੱਤਾਂ ਨੇ ਜਾਂ ਫਿਰ ਜਿੰਨੀਆਂ ਵੀ ਜੰਗਾਂ ਉਹਨਾਂ ਨੇ ਲੜੀਆਂ ਨੇ, ਇਹ ਤੁਹਾਡੇ ਆਉਣ ਵਾਲੇ ਪੇਪਰਾਂ ਵਾਸਤੇ ਬਹੁਤ ਹੀ ਮਹੱਤਵਪੂਰਨ ਹੈ। ਹਾਲਾਂਕਿ ਮੈਂ ਕੋਸ਼ਿਸ਼ ਕਰੂੰਗਾ ਵੀ ਤੁਹਾਨੂੰ ਸਾਰੀਆਂ ਜਿੱਤਾਂ ਤੇ ਜੰਗਾਂ ਮੈਂ ਇੱਥੇ ਕਰਵਾਈਆਂ ਜਾਣ, ਉਹਨਾਂ ਦੇ ਮਹਾਨ ਜਰਨੈਲ ਵੀ ਕਰਵਾਏ ਜਾਣ, ਪਰ ਫਿਰ ਵੀ ਤੁਹਾਡਾ ਫਰਜ਼ ਕੀ ਬਣਦਾ ਵੀ ਉਹਨੂੰ ਥਿਊਰੀ ਲੈਵਲ ਤੇ ਜ਼ਰੂਰ ਪੜ੍ਹਨਾ। ਹੁਣ ਇਹਦੇ ਵਿੱਚ ਕੀ ਹੈ ਜੀ, ਇਹਦਾ ਆਨਸਰ ਕੀ ਆਊਗਾ ਉਹ ਹਾਲਾਂਕਿ ਬਾਅਦ ਦੀ ਗੱਲ ਹੈ, ਜੇ ਤੁਹਾਨੂੰ ਆਉਂਦਾ ਹੋਊਗਾ ਤੁਸੀਂ ਆਨਸਰ ਨੂੰ ਲਗਾ ਵੀ ਸਕਦੇ ਆ, ਪਰ ਪਹਿਲਾਂ ਆਪਾਂ ਗੱਲ ਕਰਦੇ ਆ ਵੀ ਜਿਹੜਾ ਇਹ ਅਟਕ ਦਾ ਏਰੀਆ ਹੈਗਾ, ਬੇਸਿਕਲੀ ਇੱਥੇ ਜੰਗ ਹੋਈ ਕਿਉਂ ਹੈ, ਉਹਦਾ ਕਾਰਨ ਕੀ ਹੈ, ਜੰਗ ਕਿਉਂ ਹੁੰਦੀ ਹੈ, ਕਿਉਂਕਿ ਨਾ ਜੀਕੇ ਨੂੰ ਐਜ਼ ਏ ਥਿਊਰੀ ਪੜ੍ਹਨਾ ਪੈਂਦਾ। ਹਾਲਾਂਕਿ ਜਦੋਂ ਮੈਂ ਪੰਜਾਬ ਜੀਕੇ ਪੜ੍ਹਾਈ ਆ, ਬਹੁਤ ਬੱਚਿਆਂ ਨੇ ਕਿਹਾ ਵੀ ਸਰ ਗੱਲਾਂ ਜ਼ਿਆਦਾ ਮਾਰਦੇ ਆ, ਮਤਲਬ ਕਰਾਉਂਦੇ ਨਹੀਂ ਹੈਗੇ, ਪਰ ਹਾਲਾਂਕਿ ਵੀਡੀਓ ਤੁਸੀਂ ਜਾ ਕੇ ਦੇਖੋਗੇ 1 ਘੰਟੇ ਤੋਂ ਉੱਪਰ ਦੀ ਵੀਡੀਓ ਨੇ, ਗੱਲਾਂ ਜੀਕੇ ਦੇ ਵਿੱਚ ਤਾਂ ਮਾਰੀਆਂ ਜਾਂਦੀਆਂ। ਤੁਸੀਂ ਕੰਪਿਊਟਰ ਦੀ ਵੀਡੀਓ ਨੂੰ ਕੰਪੈਰੀਸ਼ਨ ਕਰੋਗੇ, ਕੰਪਿਊਟਰ ਵਿੱਚ ਆਪਾਂ 2 ਦੀ ਪੁਆਇੰਟ ਗੱਲ ਕਰਦੇ ਆ, ਜੀਕੇ ਨੂੰ ਜਿੰਨਾ ਤੁਸੀਂ ਗੱਲਾਂ ਮਾਰ ਕੇ ਜਾਂ ਕਿਸੇ ਚੀਜ਼ ਨਾਲ ਕੋਰਲੇਟ ਕਰਕੇ, ਠੀਕ ਹੈ, ਪੜੋਗੇ ਐਜ਼ ਏ ਫਿਲਮੀ ਸਟੋਰੀ ਪੜੋਗੇ ਤਾਂ ਹੀ ਯਾਦ ਰਹੂਗੀ, ਅਦਰਵਾਈਜ਼ ਜਿੰਨਾ ਮਰਜ਼ੀ ਰੱਟਾ ਮਾਰ ਲਓ ਤੋਤਾ ਰੱਟਾ ਹੈ, ਪੇਪਰ ਵਿੱਚ ਜਾ ਕੇ 0 ਹੋ ਜਾਂਦਾ ਬੰਦਾ,
ਠੀਕ ਹੈ, ਇਹ ਲਾਈਫ ਦੇ ਐਕਸਪੀਰੀਅੰਸ ਜਿਹੜੇ ਆਪਾਂ ਕੀਤੇ ਹੋਏ ਆ ਆਪਾਂ ਉਹੀ ਤੁਹਾਡੇ ਨਾਲ ਸ਼ੇਅਰ ਕਰਦੇ ਹੁੰਦੇ ਆ, ਮੰਨਣਾ ਜਾਂ ਨਾ ਮੰਨਣਾ ਤੁਹਾਡੇ ਤੇ ਹੈ, ਠੀਕ ਹੈ, ਜੇ ਮੰਨ ਲਓਗੇ ਤਾਂ ਠੀਕ ਹੈ ਜ਼ਰੂਰ ਉਹ ਸਬਕ ਤੁਹਾਨੂੰ ਜ਼ਰੂਰ ਮਿਲੂਗਾ, ਜਿਹੜਾ ਅਸੀਂ ਗਲਤੀ ਕਰਕੇ ਸਿੱਖਿਆ ਤੁਹਾਨੂੰ ਵਿਦਾਊਟ ਗਲਤੀ ਸਿੱਖਿਆ ਜਾਊਗਾ। ਹੁਣ ਦੇਖੋ ਜੀ ਅਟਕ ਦਾ ਕੀ ਚੱਕਰ ਸੀਗਾ, ਜਿਹੜਾ ਇਹ ਅਟਕ ਏਰੀਆ ਹੈਗਾ ਨਾ ਰਾਜੇ, ਇਹ ਨਾ ਪੰਜਾਬ ਜਦੋਂ ਆਪਣਾ ਸਾਂਝਾ ਪੰਜਾਬ ਹੁੰਦਾ ਸੀ ਉਸ ਟਾਈਮ ਤੁਹਾਨੂੰ ਪਤਾ ਹੀ ਆ, ਇਹ ਪੰਜਾਬ ਦੇ ਨਾ ਕਿਹੜੀ ਸਾਈਡ ਤੇ ਪੈਂਦਾ ਰਾਜੇ, ਉੱਤਰ ਪੱਛਮ ਵਾਲੀ ਸਾਈਡ ਪੈਂਦਾ ਸੀਗਾ, ਉੱਤਰ ਪੱਛਮ ਵਾਲੀ ਸਾਈਡ ਪੈਂਦਾ ਸੀਗਾ ਰਾਜੇ, ਤੇ ਇਹਦੇ ਉੱਤਰ ਪੱਛਮ ਵਾਲੀ ਸਾਈਡ ਇਹ ਨਾ ਸਿੰਧ ਦਰਿਆ ਦੇ ਨੇੜੇ ਪੈਂਦਾ, ਉਸ ਟਾਈਮ ਤੇ ਸਿੰਧ ਦਰਿਆ ਸੀਗਾ ਆਪਣਾ, ਠੀਕ ਹੈ ਜੀ, ਉਹਦੇ ਕੀ ਹੈ ਜੀ ਬਿਲਕੁਲ ਨੇੜੇ ਜਾਂ ਉਹਦੇ ਕੰਢੇ ਤੇ ਕਹਿ ਸਕਦੇ ਆ ਇਹ ਅਟਕ ਪੈਂਦਾ। ਹੁਣ ਜਦੋਂ ਉਹਦੇ ਕੰਢੇ ਤੇ ਪੈਂਦਾ, ਅਫਗਾਨਿਸਤਾਨ ਵਾਲੀ ਸਾਈਡ ਤੋਂ ਜਿਹੜਾ ਵੀ ਹਮਲਾਵਰ ਆਉਂਦਾ ਸੀਗਾ ਜਾਂ ਜਿਹਨੇ ਵੀ ਹਮਲਾ ਕਰਨ ਆਉਣਾ ਸੀਗਾ, ਉਹਨੂੰ ਇਸ ਦਰਿਆ ਦੇ ਕੋਲੋਂ ਜਾਂ ਇਸ ਦਰਿਆ ਨੂੰ ਪਾਰ ਕਰਕੇ ਹੀ ਪੰਜਾਬ ਵਿੱਚ ਐਂਟਰ ਕਰਨਾ ਪੈਂਦਾ ਸੀਗਾ, ਠੀਕ ਹੈ ਜੀ, ਯਾਨੀ ਕਿ ਇਹ ਸਭ ਤੋਂ ਮਹੱਤਵਪੂਰਨ ਇਲਾਕਾ ਬਣ ਜਾਂਦਾ ਹੈ ਜਦੋਂ ਬਾਹਰੋਂ ਕੋਈ ਹਮਲਾਵਰ ਆ ਰਿਹਾ ਹੈ ਆਪਣੇ ਹਮਲਾ ਕਰਨ ਪੰਜਾਬ ਦੇ ਉੱਪਰ, ਤਾਂ ਇਸ ਕਰਕੇ ਕਹਿ ਲਓ ਵੀ ਇੱਥੋਂ ਹੀ ਐਂਟਰ ਹੋਣਾ ਹੈ ਜੇ ਕੋਈ ਬੰਦਾ ਅਫਗਾਨਿਸਤਾਨ ਤੋਂ ਅਟੈਕ ਕਰਨ ਪੰਜਾਬ ਵਾਲੀ ਸਾਈਡ ਆ ਰਿਹਾ। ਹੁਣ ਹੁੰਦਾ ਕੀ ਹੈ, ਹੁੰਦਾ ਇਹ ਹੈ ਵੀ 1812 ਦੇ ਵਿੱਚ 1812 ਈਸਵੀ ਨੂੰ ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਹੈਗੇ ਆ ਉਹ ਆਪਣੀ ਕਸ਼ਮੀਰ ਵਾਲੀ ਸਾਈਡ, ਠੀਕ ਹੈ ਜੀ, ਕਸ਼ਮੀਰ ਵਾਲੀ ਸਾਈਡ ਇੱਕ ਮਹਿਮ ਭੇਜਦੇ ਆ। ਮਹਿਮ ਸ਼ਬਦ ਵਾਰ ਵਾਰ ਵਰਤਿਆ ਗਿਆ, ਜੇ ਤੁਸੀਂ ਕੋਈ ਕਿਤਾਬਾਂ ਪੜ੍ਹੋਗੇ ਚੰਗੀਆਂ, ਮਹਿਮ ਦਾ ਮਤਲਬ ਹੁੰਦਾ ਫੌਜ ਟੁਕੜੀ, ਠੀਕ ਹੈ ਜੀ, ਜਿਹੜੀ ਪਹਿਲਾਂ ਪੇਸ਼ਕਸ਼ ਮਤਲਬ ਵਿਦਆਊਟ ਲੜਾਈ ਚਾਹੁੰਦੀ ਸੀ ਵੀ ਸਾਡੀ ਕੰਪਰੋਮਾਈਜ਼ ਹੋ ਜਾਵੇ, ਠੀਕ ਹੈ, ਤੇ ਉਸ ਤੋਂ ਬਾਅਦ ਜੇ ਨਹੀਂ ਕੰਪਰੋਮਾਈਜ਼ ਹੁੰਦਾ ਤੇ ਜੇ ਉਹ ਅਗਲੀ ਧਿਰ ਜੰਗ ਚਾਹੁੰਦੀ ਹੈ ਤਾਂ ਜੰਗ ਲੜੀ ਜਾਂਦੀ ਸੀਗੀ, ਜੇ ਜਿੱਤ ਜਾਂਦੇ ਸੀ ਤਾਂ ਉਹ ਏਰੀਆ ਕੈਪਚਰ ਕਰ ਲਿਆ ਜਾਂਦਾ ਸੀਗਾ। ਯਾਨੀ ਕਿ 1812 ਈਸਵੀ ਵਿੱਚ ਕੀ ਹੁੰਦਾ, ਕਸ਼ਮੀਰ ਵਾਲੀ ਸਾਈਡ ਵੀ ਮਹਾਰਾਜਾ ਰਣਜੀਤ ਸਿੰਘ ਜੀ ਕੀ ਕਰਦੇ, ਆਪਣੀ ਪਹਿਲੀ ਮਹਿਮ ਭੇਜਦੇ ਆ। ਹੁਣ ਹੁੰਦਾ ਕੀ ਹੈ, ਜਿਹੜਾ ਇੱਕ ਅਟਕ ਦਾ ਗਵਰਨਰ ਹੁੰਦਾ ਹੈ, ਕਹਾਣੀ ਸੁਣਨ ਵਾਲੀ ਆ ਰਾਜੇ, ਕਹਾਣੀ ਸੁਣੋਗੇ ਤਾਂ ਸਮਝ ਆਊਗੀ ਵੀ ਲੜਾਈ ਹੋਈ ਕਿਉਂ ਆ, ਫਿਰ ਤੁਹਾਨੂੰ ਸਮਝ ਲੱਗ ਜੂਗਾ ਵੀ ਕਿਹਦਾ ਕਿਹਦਾ ਨਾਮ ਆਉਂਦਾ ਹੈ, ਅਦਰਵਾਈਜ਼ ਫਤਿਹ ਸਿੰਘ ਤੇ ਜਹਦਾਦ ਖਾਨ ਦੇ ਵਿੱਚ ਤੁਸੀਂ ਉਲਝ ਕੇ ਰਹਿ ਜਾਓਗੇ। ਹੁਣ ਜਿਹੜਾ ਅਟਕ ਦਾ ਗਵਰਨਰ ਹੁੰਦਾ, ਠੀਕ ਹੈ ਜੀ, ਅਟਕ ਦਾ ਜਿਹੜਾ ਗਵਰਨਰ ਹੁੰਦਾ ਰਾਜੇ, ਉਹ ਹੁੰਦਾ ਜਹਦਾਦ ਖਾਨ, ਠੀਕ ਹੈ ਜੀ, ਕੌਣ ਹੁੰਦਾ, ਜਹਦਾਦ ਖਾਨ ਹੁੰਦਾ, ਠੀਕ ਹੈ ਜੀ, ਤੇ ਇੱਕ ਇਸ ਤੋਂ ਇਲਾਵਾ ਆਪਣਾ ਕਸ਼ਮੀਰ ਦਾ ਜਿਹੜਾ ਗਵਰਨਰ ਹੁੰਦਾ, ਠੀਕ ਹੈ ਜੀ, ਜਿਹੜਾ ਕਸ਼ਮੀਰ ਦਾ ਗਵਰਨਰ ਹੁੰਦਾ ਉਹ ਹੁੰਦਾ ਜੀ ਅਤਾ ਖਾਨ। ਇਹ ਜਹਦਾਦ ਖਾਨ ਤੇ ਅਤਾ ਖਾਨ ਦੋਨੇ ਆਪਸ ਵਿੱਚ ਭਰਾ ਸੀਗੇ, ਠੀਕ ਹੈ ਜੀ, ਦੋਨੇ ਆਪਸ ਵਿੱਚ ਕੀ ਸੀਗੇ, ਭਰਾ ਸੀਗੇ, ਪਰ ਇਹ ਦੋਨੇ ਭਰਾ ਕੀ ਹੋ ਗਏ, ਅਫਗਾਨਿਸਤਾਨ ਸਰਕਾਰ ਤੋਂ ਕੀ ਹੋ ਗਏ, ਮੁਨਕਰ ਹੋ ਗਏ, ਲਗਾਨ ਨਹੀਂ ਦਿੰਦੇ ਸੀਗੇ। ਯਾਨੀ ਕਿ ਅਫਗਾਨਿਸਤਾਨ ਦੀ ਜਿਹੜੀ ਸਰਕਾਰ ਸੀਗੀ ਉਹਨਾਂ ਦੀ ਅੱਖ ਸੀਗੀ ਵੀ ਇਹਨਾਂ ਨੂੰ ਕਿਵੇਂ ਨਾ ਕਿਵੇਂ ਜਿੱਤ ਕੇ ਨਾ ਇਹਨਾਂ ਨੂੰ ਆਪਣੇ ਅਧੀਨ ਕਰਨਾ, ਕਿਉਂਕਿ ਜੇ ਅਟਕ ਆਪਦੇ ਅਧੀਨ ਆ ਗਿਆ ਕੱਲ ਨੂੰ ਪੰਜਾਬ ਦੇ ਵਿੱਚ ਕਿਤੇ ਕਿਸੇ ਧਿਰ ਤੇ ਵੀ ਹਮਲਾ ਕਰਨਾ ਆਪਾਂ ਸੌਖੇ ਹਮਲਾ ਕਰ ਸਕਦੇ ਹਾਂ। ਯਾਨੀ ਕਿ ਐਂਟਰੀ ਪੁਆਇੰਟ ਹੀ ਆਪਣੇ ਕੋਲੇ ਆ ਗਿਆ, ਹਨਾ, ਗੇਟਵੇ ਹੀ ਆਪਣੇ ਕੋਲੇ ਆ ਗਿਆ, ਤਾਂ ਆਪਾਂ ਬਹੁਤ ਸੌਖੇ ਤਰੀਕੇ ਨਾਲ ਕੀ ਆ ਅੱਗੇ ਜਾ ਕੇ ਹਮਲਾ ਕਰ ਸਕਦੇ ਹਾਂ। ਪਰ ਹੁੰਦਾ ਕੀ ਹੈ, ਜਿਹੜਾ ਜਹਦਾਦ ਖਾਨ ਸੀਗਾ ਇਹ ਬੜਾ ਸ਼ਾਤਰ ਦਿਮਾਗ ਬੰਦਾ ਸੀਗਾ। ਉਸ ਤੋਂ ਬਾਅਦ ਹੁੰਦਾ ਕੀ ਹੈ, ਮਹਾਰਾਜਾ ਰਣਜੀਤ ਸਿੰਘ ਜੀ ਨੇ ਤਾਂ ਆਪਣੀ ਮਹਿਮ ਭੇਜੀ ਸੀਗੀ, ਪਰ ਉਸ ਤੋਂ ਬਾਅਦ ਹੁੰਦਾ ਕੀ ਹੈ, ਜਿਹੜਾ ਕਾਬਲ ਦਾ ਇੱਕ ਵਜ਼ੀਰ ਹੁੰਦਾ, ਕਾਬਲ ਦਾ ਵਜ਼ੀਰ ਕਹਿ ਲਓ, ਠੀਕ ਹੈ, ਜਾਂ ਦੀਵਾਨ ਕਹਿ ਲਓ, ਕਾਬਲ ਦਾ ਇੱਕ ਵਜ਼ੀਰ ਹੁੰਦਾ ਫਤਿਹ ਖਾਨ, ਠੀਕ ਹੈ ਜੀ, ਫਤਿਹ ਖਾਨ ਇਹ ਅਫਗਾਨਿਸਤਾਨ ਸਰਕਾਰ ਦਾ ਮੇਨ ਬੰਦਾ ਕਹਿ ਲਓ। ਇਹ ਨਾ ਮਤਲਬ ਕਿ ਸਭ ਤੋਂ ਪਹਿਲਾਂ ਅਤਾ ਖਾਨ ਜਿਹੜਾ ਹੁੰਦਾ ਕਸ਼ਮੀਰ ਦਾ ਗਵਰਨਰ, ਉਹਦੇ ਵਿਰੁੱਧ ਹਮਲਾ ਕਰਨ ਵਾਸਤੇ ਤਕੜੀ ਫੌਜ ਦੀ ਟੁਕੜੀ ਲੈ ਕੇ ਅਫਗਾਨਿਸਤਾਨ ਤੋਂ ਜਾ ਰਿਹਾ ਹੁੰਦਾ। ਜਦੋਂ ਕਸ਼ਮੀਰ ਤੇ ਹਮਲਾ ਕਰਨ ਜਾ ਰਿਹਾ ਹੁੰਦਾ ਤਾਂ ਜਹਦਾਦ ਖਾਨ ਸੋਚਦਾ ਯਾਰ ਵੀ ਜਦੋਂ ਇਹ ਜਾ ਰਿਹਾ ਤਾਂ ਵਾਪਸੀ ਤੇ ਮੇਰੇ ਵੱਲ ਆਊਗਾ, ਜਦੋਂ ਮੇਰੇ ਵੱਲ ਆਊਗਾ ਤੇ ਮੇਰੇ ਤੇ ਵੀ ਹਮਲਾ ਹੋਣ ਦੇ ਪੂਰੇ ਪੂਰੇ ਚਾਂਸ ਹੈ। ਤੇ ਇਹਨੂੰ ਪਤਾ ਸੀਗਾ ਜਹਦਾਦ ਖਾਨ ਨੂੰ ਵੀ ਮੈਂ ਤਾਕਤ ਦੇ ਵਿੱਚ ਵੀ ਛੋਟਾ ਤੇ ਮੈਂ ਫੌਜ ਦੀ ਲੈਵਲ ਦੇ ਵਿੱਚ ਵੀ ਛੋਟਾ ਫਤਿਹ ਖਾਨ ਤੋਂ, ਤਾਂ ਇਹ ਸੋਚਦਾ ਵੀ ਕਿਉਂ ਨਾ ਮੈਂ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਸੁਲ੍ਹਾ ਕਰ ਲਵਾਂ ਤੇ ਜਿਹੜਾ ਅਟਕ ਦਾ ਜਿਹੜਾ ਕਿਲਾ ਹੈਗਾ ਉਹਨਾਂ ਦੇ ਸਪੁਰਦ ਕਰ ਦਵਾਂ। ਫਿਰ ਇੱਥੇ ਇਹ ਜਾ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਮਿਲਦੇ ਨੇ
ਤੇ ਆਪਣੀ ਮਤਲਬ ਕਿ ਆਪਣੀ ਜਿਹੜੀ ਮਨ ਦੀ ਗੱਲ ਆ ਉਹ ਦੱਸਦੇ ਆ। ਫਿਰ ਇੱਥੇ ਮਹਾਰਾਜ ਰਣਜੀਤ ਸਿੰਘ ਜੀ ਕੀ ਕਰਦੇ ਨੇ, 1 ਲੱਖ ਰੁਪਇਆ ਦੇ ਕੇ, 1 ਲੱਖ ਦੀ ਜਾਗੀਰ ਦੇ ਕੇ ਇਸ ਤੋਂ ਅਟਕ ਦਾ ਕਿਲਾ ਲੈ ਲੈਂਦੇ ਆ। ਕਹਿਣ ਦਾ ਭਾਵ ਹੁਣ ਅਟਕ ਦੇ ਉੱਪਰ ਕਿਹਦਾ ਰਾਜ ਹੋ ਗਿਆ? ਸਿੱਖਾਂ ਦਾ ਰਾਜ ਹੋ ਗਿਆ, ਮਹਾਰਾਜ ਰਣਜੀਤ ਸਿੰਘ ਦਾ ਰਾਜ ਹੋ ਗਿਆ। ਹੁਣ ਫਤਿਹ ਖਾਨ ਨੂੰ ਜਦੋਂ ਇਹ ਖਬਰ ਮਿਲਦੀ ਆ, ਜਦੋਂ ਉਹ ਕਸ਼ਮੀਰ ਵੱਲ ਗਿਆ ਹੁੰਦਾ ਵੀ ਅਟਕ ਤੇ ਤਾਂ ਹੁਣ ਸਿੱਖਾਂ ਦਾ ਰਾਜ ਹੋ ਗਿਆ, ਯਾਨੀ ਕਿ ਉਸ ਟਾਈਮ ਤੇ ਨਾਮ ਬਹੁਤ ਸੀਗਾ ਮਹਾਰਾਜ ਰਣਜੀਤ ਸਿੰਘ ਜੀ ਦਾ, ਵੀ ਮਹਾਰਾਜ ਰਣਜੀਤ ਸਿੰਘ ਜੀ ਦਾ ਰਾਜ ਹੋ ਗਿਆ। ਫਿਰ ਉਹਨੂੰ ਪਤਾ ਸੀਗਾ ਵੀ ਹੁਣ ਸਿੱਖਾਂ ਨਾਲ ਲੜਾਈ ਹੈ, ਵੀ ਫੌਜ ਵੀ ਵੱਧ ਲੈ ਕੇ ਜਾਣੀ ਪੈਣੀ ਹੈ, ਤਾਂ ਫਿਰ ਉਹਨੇ ਅਫਗਾਨਿਸਤਾਨ ਸੁਨੇਹਾ ਭੇਜਿਆ ਵੀ ਫੌਜ ਵੱਧ ਭੇਜੋ, ਹੁਣ ਵਾਪਸੀ ਤੇ ਮੈਂ ਅਟਕ ਜਿੱਤ ਕੇ ਆਊਂਗਾ। ਯਾਨੀ ਕਿ ਉਹ ਬੰਦੇ ਦੀ ਕਹਿ ਨਹੀਂ ਲੈਂਦੇ, ਜਿਹੜਾ ਬੰਦਾ ਸੂਰਮਾ ਹੁੰਦਾ ਹੈ ਉਹਦੇ ਮਨ 'ਚ ਜਿਹੜੀ ਗੱਲ ਅਟਕ ਗਈ ਅਟਕ ਗਈ, ਉਹ ਕਹਿੰਦਾ ਵੀ ਉਹ ਤਾਂ ਅਸੀਂ ਜਿੱਤਣਾ ਹੀ ਜਿੱਤਣਾ ਹੈ। ਤੇ ਉਧਰੋਂ ਫਿਰ ਤੁਹਾਨੂੰ ਪਤਾ ਵੀ ਉਧਰ ਵੀ ਸਰਦਾਰ ਸੀਗਾ ਰਣਜੀਤ ਸਿੰਘ, ਤਾਂ ਉਹ ਕਹਿੰਦਾ ਕੋਈ ਗੱਲ ਨਹੀਂ ਪੁੱਤ ਆ ਜਾ ਫਿਰ ਤੇਰੇ ਨਾਲ ਕਰ ਲੈਣੇ ਦੋ ਦੋ ਹੱਥ। ਤਾਂ ਕਹਿਣ ਦਾ ਮਤਲਬ ਇੱਥੇ ਗਹਿ ਗੱਚ ਦੀ ਲੜਾਈ ਹੋਣੀ ਆ ਅੱਗੇ ਜਾ ਕੇ। ਤਾਂ ਜਦੋਂ ਫਿਰ ਗਹਿ ਗੱਚ ਦੀ ਲੜਾਈ ਹੁੰਦੀ ਆ ਰਾਜੇ, ਉੱਥੇ ਹੁੰਦਾ ਕੀ ਹੈ ਵੀ ਇੱਧਰ ਉੱਧਰ ਤਾਂ ਮਤਲਬ ਜਿਹੜਾ ਫਤਿਹਗਾਹ ਹੁੰਦਾ ਉਹ ਵੀ ਫੌਜ ਪੂਰੀ ਲੈ ਕੇ ਆਉਂਦਾ, ਤੇ ਇੱਧਰ ਜੇ ਮਹਾਰਾਜ ਰਣਜੀਤ ਸਿੰਘ ਜੀ ਵਾਲੀ ਸਾਈਡ ਆਪਾਂ ਗੱਲ ਕਰੀਏ ਤਾਂ ਮਹਾਰਾਜ ਰਣਜੀਤ ਸਿੰਘ ਜੀ ਦੇ ਵੀ ਜਿਹੜੇ ਮਹਾਨ ਸੂਰਮੇ ਹੁੰਦੇ ਆ ਰਾਜੇ, ਜਿਵੇਂ ਹਰੀ ਸਿੰਘ ਨਲੂਆ ਜੀ, ਠੀਕ ਹੈ ਜੀ, ਹਰੀ ਸਿੰਘ ਨਲੂਆ ਜੀ ਹੋ ਗਏ, ਠੀਕ ਹੈ ਜੀ, ਨਲੂਆ ਵੀ ਕਹਿ ਦਿੰਦੇ ਆਪਾਂ, ਨਲਵਾ ਵੀ ਕਹਿ ਦਿੰਦੇ ਆ, ਠੀਕ ਹੈ ਜੀ। ਇਸ ਤੋਂ ਇਲਾਵਾ ਉਹਨਾਂ ਦੇ ਇੱਕ ਦੀਵਾਨ ਮੋਕਮ ਚੰਦ ਜੀ ਹੋਏ ਨੇ, ਠੀਕ ਹੈ ਜੀ, ਦੀਵਾਨ ਮੋਕਮ ਚੰਦ ਜੀ, ਠੀਕ ਹੈ ਜੀ। ਇਸ ਤੋਂ ਇਲਾਵਾ ਆਪਣੇ ਇੱਕ ਜੋਧ ਸਿੰਘ ਰਾਮਗੜੀਆ ਜੀ ਹੋਏ ਨੇ, ਠੀਕ ਹੈ ਜੀ। ਇੱਧਰ ਆਪਣੇ ਸਿੱਖਾਂ ਦੇ ਵੀ ਬਹੁਤ ਤਕੜੇ ਜਰਨੈਲ ਸੀਗੇ, ਤੇ ਉੱਧਰ ਆਪਣਾ ਫਤਿਹ ਖਾਨ ਕੋਲੇ ਵੀ ਬਹੁਤ ਤਕੜੀ ਫੌਜ ਸੀਗੀ। ਤਾਂ ਦੋਨਾਂ ਧਿਰਾਂ ਦੇ ਵਿੱਚ ਬਹੁਤ ਤਕੜੀ ਗਹਿ ਗੱਚ ਦੀ ਲੜਾਈ ਹੁੰਦੀ ਹੈ। ਜਦੋਂ ਗਹਿ ਗੱਚ ਦੀ ਲੜਾਈ ਹੁੰਦੀ ਹੈ ਤੇ ਆਖਰ ਨੂੰ ਜਿਹੜਾ ਜਿੱਤ ਪ੍ਰਾਪਤ ਕੀਤੀ ਉਹ ਕੀਤੀ ਸਿੱਖਾਂ ਨੇ। ਤਾਂ ਇਸੇ ਕਰਕੇ ਇਸੇ ਲੜਾਈ ਨੂੰ ਪਹਿਲਾ, ਠੀਕ ਹੈ ਜੀ, ਅਫਗਾਨ ਸਿੱਖ ਯੁੱਧ ਵੀ ਮੰਨਿਆ ਜਾਂਦਾ ਹੈ। ਇਹ ਵੀ ਕੁਐਸਚਨ ਬਹੁਤ ਆ ਸਕਦਾ ਹੈ ਤੁਹਾਨੂੰ ਐਗਜ਼ਾਮ ਦੇ ਵਿੱਚ, ਇਸੇ ਲੜਾਈ ਨੂੰ ਕੀ ਕਹਿ ਦਿੰਦੇ ਆ ਰਾਜੇ, ਇਸੇ ਲੜਾਈ ਨੂੰ ਕੀ ਕਹਿ ਦਿੰਦੇ ਆ, ਪਹਿਲਾ ਅਫਗਾਨ ਸਿੱਖ ਯੁੱਧ ਕਹਿ ਦਿੰਦੇ ਆ, ਅਫਗਾਨ ਸਿੱਖ ਯੁੱਧ ਕਹਿ ਦਿੰਦੇ ਆ, ਠੀਕ ਹੈ ਜੀ, ਇਹ ਨੋਟ ਕਰ ਲਿਓ, ਠੀਕ ਹੈ। ਅੱਛਾ, ਕਈ ਵਾਰੀ ਬੱਚਿਆਂ ਨੂੰ, ਅੱਛਾ ਇਹ ਕਈ ਵਾਰੀ ਬੱਚਿਆਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਜਿਹੜਾ ਇਹ ਲੜਾਈ ਹੋਈ ਹੈ ਉਹਦੇ ਪਿੱਛੇ ਮੁੱਖ ਕਾਰਨ ਕੀ ਹੈ। ਤਾਂ ਹੁਣ ਤੁਹਾਨੂੰ ਮੈਂ ਪੂਰੀ ਸਟੋਰੀ ਦੱਸਤੀ, ਕਾਰਨ ਵੀ ਦੱਸਤਾ। ਇਸ ਤੋਂ ਇਲਾਵਾ ਹੁਣ ਇਹ ਕਈ ਵਾਰ ਜਗ੍ਹਾ ਪੁੱਛ ਲੈਂਦੇ ਆ ਵੀ ਇਹ ਜਗ੍ਹਾ ਲੜਾਈ ਜਿਹੜੀ ਹੋਈ ਹੈ ਇਹ ਕਿਸ ਜਗ੍ਹਾ ਤੇ ਹੋਈ ਹੈ। ਤਾਂ ਇਹ ਜਗ੍ਹਾ ਬੇਸਿਕਲੀ ਇਸ ਜਗ੍ਹਾ ਦਾ ਨਾਮ ਹੈਗਾ ਸੀਗਾ ਹਜਰੋ, ਠੀਕ ਹੈ ਜੀ, ਹਜਰੋ ਨਾਮ ਦਾ ਸਥਾਨ ਸੀਗਾ, ਉੱਥੇ ਲੜਾਈ ਹੋਈ ਸੀਗੀ। ਅੱਛਾ, ਲੜਾਈ ਹੁੰਦੀ ਕਦੋਂ ਆ? ਲੜਾਈ ਹੁੰਦੀ ਹੈ ਰਾਜੇ 13 ਜੁਲਾਈ 1813 ਨੂੰ ਹੁੰਦੀ ਹੈ, 13 ਜੁਲਾਈ 1813 ਈਸਵੀ ਨੂੰ ਇਹ ਲੜਾਈ ਹੁੰਦੀ ਹੈ, ਠੀਕ ਹੈ ਜੀ। ਤਾਂ ਹੁਣ ਦੇਖੋ ਜਿਹੜਾ ਹੁਣ ਬਾਅਦ ਦੇ ਵਿੱਚ ਲੜਾਈ ਦੇ ਵਿੱਚ ਜਿੱਤਿਆ, ਤਾਂ ਇੱਥੇ ਆਂਸਰ ਕੀ ਆਊਗਾ? ਥੋੜਾ ਜਾਇਦਾਦ ਖਾਨ ਹੀ ਆਊਗਾ। ਜਾਇਦਾਦ ਖਾਨ ਨੇ ਤਾਂ ਕੀ ਕੀਤਾ? ਜਾਇਦਾਦ ਖਾਨ ਨੇ ਤਾਂ ਆਪਣੇ ਆਪ ਹੀ ਸਪੁਰਦ ਕਰਤਾ ਸੀ ਕਿਲਾ। ਇੱਥੇ ਕੁਐਸਚਨ ਦੇ ਵਿੱਚ ਉਹਨੇ ਇਹ ਘੁੰਡੀ ਪਾਈ ਆ ਵੀ ਜਿੱਤਿਆ ਕਿਹਦੇ ਕੋਲੋਂ ਆ ਕਿਲਾ। ਤਾਂ ਫਿਰ ਜਾਇਦਾਦ ਖਾਨ ਵਾਲੀਆਂ ਜਿਹੜੀਆਂ ਆਪਸ਼ਨਾਂ ਹੈਗੀਆਂ ਨੇ ਐਲੀਮੀਨੇਟ ਹੋ ਗਈਆਂ। ਆਪਾਂ ਨੂੰ ਇਹ ਪਤਾ ਲੱਗ ਗਿਆ ਵੀ 1813 ਵਿੱਚ ਲੜਾਈ ਹੋਈ ਹੈ ਤੇ ਜਿੱਤਿਆ ਕਿਹਦੇ ਕੋਲੋਂ ਆ? ਫਤਿਹ ਖਾਨ ਕੋਲੋਂ ਜਿੱਤਿਆ। ਤਾਂ ਆਪਾਂ ਈਜ਼ਲੀ ਉਸ ਕੁਐਸਚਨ ਦੀ ਜਿਹੜੀ ਆਪਸ਼ਨ ਹੈਗੀ ਆ ਉਹਨੂੰ ਐਲੀਮੀਨੇਟ ਕਰਕੇ ਐਗਜ਼ੈਕਟ ਆਨਸਰ ਲਾ ਸਕਦੇ ਹਾਂ ਜਦੋਂ ਆਪਾਂ ਨੂੰ ਸਾਰੀ ਬੈਕਗ੍ਰਾਉਂਡ ਸਟੋਰੀ ਪਤਾ ਹੋਈ। ਅੱਜ ਮੈਂ ਇੱਕ ਕੁਐਸਚਨ ਤੇ ਇੰਨਾ ਟਾਈਮ ਤਾਂ ਲਾ ਰਿਹਾ ਕਿਉਂਕਿ ਬੰਦਾ ਸਿੰਘ ਬਹਾਦਰ ਜੀ ਦੀਆਂ ਲੜਾਈਆਂ ਜਾਂ ਜਿੱਤਾਂ ਜਾਂ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਜਿੱਤਾਂ ਦੇ ਉੱਪਰ ਬੱਚਿਆਂ ਨੂੰ ਬਹੁਤ ਕਨਫਿਊਜ਼ਨ ਹੁੰਦੀ ਹੈ। ਉਹਦਾ ਕਾਰਨ ਇਹ ਹੈ, ਤੋਤਾ ਰੱਟਾ। ਤੋਤਾ ਰੱਟਾ ਜਿਹੜਾ ਹੈਗਾ ਨਾ ਰਾਜੇ, ਕੰਮ ਖਰਾਬ ਕਰਦਾ ਹੀ ਕਰਦਾ। ਤੁਸੀਂ ਚਾਹੇ ਸੈਲਫ ਸਟੱਡੀ ਵੀ ਕਰਦੇ ਹੋ, ਉਹਨੂੰ ਐਜ਼ ਅ ਸਟੋਰੀ ਬਣਾ ਕੇ ਪੜੋ, ਠੀਕ ਹੈ ਜੀ। ਤਾਂ ਆਈ ਹੋਪ ਤੁਹਾਡਾ ਪਹਿਲਾ ਕੁਐਸਚਨ ਬਿਲਕੁਲ ਠੀਕ ਹੋਊਗਾ ਇਹਨੂੰ। ਅੱਛਾ, ਇੱਕ ਚੀਜ਼ ਹੋਰ ਯਾਦ ਕਰ ਲਿਓ, ਇਸੇ ਲੜਾਈ ਨੂੰ ਜਿਹੜੀ ਅਟਕ ਦੀ ਲੜਾਈ ਹੈਗੀ ਹੈ ਇਹਨੂੰ ਸ਼ਸ਼ ਦੀ ਲੜਾਈ ਵੀ ਕਹਿੰਦੇ ਆ, ਸ਼ਸ਼ ਦੀ ਲੜਾਈ, ਠੀਕ ਹੈ, ਇਹਦਾ ਨਾਮ ਹੈ। ਇਸੇ ਲੜਾਈ ਨੂੰ ਸ਼ਸ਼ ਦੀ ਲੜਾਈ ਵੀ ਕਹਿੰਦੇ ਆ। ਇਹ ਪੁੱਛਿਆ ਜਾ ਸਕਦਾ ਤੁਹਾਨੂੰ ਵੀ ਸ਼ਸ਼ ਦੀ ਲੜਾਈ ਕਿਹੜੀ ਹੈ? ਤਾਂ ਇਹ ਹੈਗੀ ਆ ਜੀ ਆਪਣੀ ਅਟਕ ਦੀ। ਹਜੇ ਹਾਲਾਂਕਿ ਮੈਂ ਜਿਹੜੀ ਸਟੋਰੀ ਹੈਗੀ ਇਹਨੂੰ ਬਹੁਤ ਸ਼ਾਰਟ ਰੱਖਿਆ ਕਿਉਂਕਿ ਤੁਹਾਡਾ ਟਾਈਮ ਨਾ ਵੇਸਟ ਹੋਵੇ। ਤਾਂ ਅਗਲੇ ਕੁਐਸਚਨ ਵੱਲ ਮੂਵ ਕਰਦੇ ਹਾਂ ਜੀ। ਅਗਲਾ ਕੁਐਸਚਨ ਆ ਗਿਆ ਜੀ, ਮਹਾਰਾਜਾ ਰਣਜੀਤ ਸਿੰਘ ਜੀ ਨੇ, ਮਹਾਰਾਜਾ ਰਣਜੀਤ ਸਿੰਘ ਜੀ ਲਈ ਮੁਲਤਾਨ ਕਿਸ ਨੇ ਜਿੱਤਿਆ? ਭਾਈ ਹੁਣ ਮੁਲਤਾਨ
ਮੁਲਤਾਨ ਦੀ ਲੜਾਈ ਤਾਂ ਮੈਨੂੰ ਲੱਗਦਾ ਨਹੀਂ ਵੀ ਕੋਈ ਸਿੱਖਾਂ ਦਾ ਜਵਾਕ ਹੋਊਗਾ ਜਿਹਨੂੰ ਨਹੀਂ ਪਤਾ ਹੋਊਗਾ ਮੁਲਤਾਨ ਦੀ ਲੜਾਈ ਬਾਰੇ, ਕਿਉਂਕਿ ਮੁਲਤਾਨ ਦੀ ਲੜਾਈ ਦੇ ਵਿੱਚ ਜਮਜਮਾ ਤੋਪ ਦੀ ਵਰਤੋਂ ਕੀਤੀ ਗਈ ਸੀ, ਤੇ ਉਹ ਕਥਾ ਸਭਨੇ ਸੁਣੀ ਹੋਊਗੀ ਜਦੋਂ ਜਮਜਮਾ ਤੋਪ ਦਾ ਇੱਕ ਪਹੀਆ ਟੁੱਟ ਜਾਂਦਾ ਤੇ ਫਿਰ ਸਿੱਖਾਂ ਨੇ ਕਿਵੇਂ ਆਪਣੀਆਂ ਬਲੀਦਾਨ ਦਿੱਤੇ, ਕਿਵੇਂ ਕਿਵੇਂ ਆਪਣੇ ਮੋਢੇ ਦਿੱਤੇ, ਇਹ ਆਪਾਂ ਸਾਰਿਆਂ ਨੂੰ ਪਤਾ ਹੈ। ਚਲੋ ਉਵੇਂ ਆਪਾਂ ਗੱਲ ਕਰਦੇ ਹਾਂ, ਜਿਹੜਾ ਮੁਲਤਾਨ ਦਾ ਇਲਾਕਾ ਹੈਗਾ ਰਾਜੇ, ਇਹ ਕਿੱਥੇ ਹੈ? ਇਹ ਚਨਾਬ ਦੇ ਕੰਢੇ ਦਾ ਇਲਾਕਾ ਹੈ, ਠੀਕ ਹੈ ਜੀ, ਚਨਾਬ ਦੇ ਕੰਢੇ ਦਾ ਇਲਾਕਾ ਕਹਿ ਲਓ, ਚਨਾਬ ਦਰਿਆ ਦੇ ਕੰਢੇ ਦਾ ਇਲਾਕਾ ਹੈ, ਠੀਕ ਹੈ ਜੀ, ਕਿਹੜਾ? ਮੁਲਤਾਨ, ਠੀਕ ਹੈ, ਇਹ ਯਾਦ ਰੱਖਣਾ। ਅੱਛਾ, ਮੁਲਤਾਨ ਜਿਹੜਾ ਹੈਗਾ ਇਹ ਇੰਨਾ ਪੁਰਾਣਾ ਹੈ ਵੀ ਕਿਹਾ ਜਾਂਦਾ ਵੀ ਜਦੋਂ ਸਿਕੰਦਰ ਨੇ ਹਮਲਾ ਕੀਤਾ, ਸਿਕੰਦਰ ਦੇ ਹਮਲੇ ਤੋਂ ਪਹਿਲਾਂ ਦਾ ਇਲਾਕਾ ਮੰਨਿਆ ਜਾਂਦਾ ਹੈ, ਕਿਉਂਕਿ ਜਦੋਂ ਸਿਕੰਦਰ ਨੇ ਹਮਲਾ ਕੀਤਾ ਹਿੰਦੁਸਤਾਨ ਤੇ ਤਾਂ ਜਿਹੜੇ ਸਿਕੰਦਰ ਨੇ ਇਲਾਕੇ ਜਿੱਤੇ ਹੈ ਉਹਦੇ ਜਿੱਤੇ ਹੋਏ ਇਲਾਕੇ ਦੇ ਵਿੱਚ ਉਹਦੀ ਲਿਖਤਾਂ ਦੇ ਵਿੱਚ ਮੁਲਤਾਨ ਦਾ ਨਾਮ ਵੀ ਮਿਲਦਾ ਹੈ, ਤਾਂ ਉਸ ਟਾਈਮ ਤੇ ਜਿਹੜੀਆਂ ਉਹਦੀਆਂ ਲਿਖਤਾਂ ਹੈਗੀਆਂ ਨੇ ਰਾਜੇ, ਉੱਥੇ ਮੁਲਤਾਨ ਦਾ ਨਾਮ ਕੀ ਮਿਲਦਾ ਹੈ? ਮੁਲਸਤਾ ਮਿਲਦਾ ਹੈ, ਠੀਕ ਹੈ ਜੀ, ਕੀ ਨਾਮ ਮਿਲਦਾ ਹੈ? ਮੁਲਸਤਾ। ਤਾਂ ਮੁਲਸਤਾ ਦਾ ਨਾਮ ਮਤਲਬ ਕੀ ਹੈ? ਮੁਲਤਾਨ ਹੀ ਹੈ, ਤਾਂ ਕਹਿਣ ਦਾ ਮਤਲਬ ਸਭ ਤੋਂ ਪੁਰਾਣਾ ਇਲਾਕਾ ਹੈ, ਤਾਂ ਪੁਰਾਣੇ ਇਲਾਕੇ ਨੂੰ ਜੇ ਜਿੱਤ ਲਿਆ ਤਾਂ ਕਹਿਣ ਦਾ ਮਤਲਬ ਕੀ ਹੈ? ਤੁਹਾਡਾ ਦਬਦਬਾ ਕਾਇਮ ਹੋ ਗਿਆ, ਠੀਕ ਹੈ ਜੀ। ਹੁਣ ਮੁਲਤਾਨ ਦੇ ਇਲਾਕੇ ਤੇ ਲਗਭਗ 6 ਵਾਰੀ ਮਹਿਮ ਭੇਜੀ ਗਈ, ਠੀਕ ਹੈ, 6 ਵਾਰੀ ਫੌਜ ਟੁਕੜੀ ਭੇਜੀ ਗਈ। ਇਹ ਕੁਐਸਚਨ ਵੀ ਸ਼ਾਇਦ ਮੈਨੂੰ ਲੱਗਦਾ ਆਇਆ ਸੀਗਾ ਆਪਣੇ ਸੀਨੀਅਰ ਸਹਾਇਕ ਦੇ ਵਿੱਚ, ਠੀਕ ਹੈ। ਇੱਕ ਮਿੰਟ ਰਾਜੇ, ਮੈਂ ਸਪੈਕਸ ਲਗਾ ਲਾਂ, ਅੱਖਾਂ ਬਹੁਤ ਖਿੱਚਦੀ ਹੈ ਸਕਰੀਨ, ਠੀਕ ਹੈ ਜੀ। ਤਾਂ ਮੁਲਤਾਨ ਦੇ ਵਿੱਚ ਕਿੰਨੀ ਵਾਰੀ ਮਹਿਮ ਭੇਜੀ ਗਈ ਰਾਜੇ? 6 ਵਾਰੀ ਮਹਿਮ ਭੇਜੀ ਗਈ। ਕਦੋਂ ਤੋਂ ਲੈ ਕੇ ਕਦੋਂ ਤੱਕ? 1802 ਤੋਂ ਲੈ ਕੇ 1800, ਠੀਕ ਹੈ, 2 ਤੋਂ ਲੈ ਕੇ 1817 ਤੱਕ 6 ਮਹਿਮਾਂ ਭੇਜੀਆਂ ਗਈਆਂ, ਜਾਂ ਆਪਾਂ ਕਹਿ ਸਕਦੇ ਹਾਂ 6 ਸੈਨਿਕ ਟੁਕੜੀਆਂ ਭੇਜੀਆਂ ਗਈਆਂ, ਜਾਂ ਕਹਿ ਲਓ 6 ਸੈਨਿਕ ਹਮਲੇ ਕੀਤੇ ਗਏ, ਠੀਕ ਹੈ ਜੀ। ਜਿਵੇਂ ਮਰਜ਼ੀ ਯਾਦ ਰੱਖ ਲਿਓ, ਮਹਿਮਾ ਯਾਦ ਰੱਖ ਲਿਓ, ਸੈਨਿਕ ਟੁਕੜੀਆਂ ਯਾਦ ਰੱਖ ਲਿਓ, ਹਮਲੇ ਕੀਤੇ ਗਏ ਇਹ ਯਾਦ ਰੱਖ ਲਿਓ, ਠੀਕ ਹੈ ਜੀ। ਹੁਣ ਕਈ ਬੱਚਿਆਂ ਨੇ ਉਦੋਂ ਕੁਐਸਚਨ ਦੇ ਵਿੱਚ ਆਬਜੈਕਸ਼ਨ ਵੀ ਕ੍ਰੀਏਟ ਕੀਤੀ ਵੀ ਸਰ ਵੀ ਹਮਲੇ ਤਾਂ ਜਿਹੜੇ ਹੋਏ ਨੇ ਉਹ 7 ਹੋਏ ਨੇ ਰਾਜੇ, ਉੱਥੇ ਕੁਐਸਚਨ ਦੇ ਵਿੱਚ ਘੁੰਡੀ ਸੀਗੀ ਵੀ ਕਿੰਨੀਆਂ ਮਹਿਮਾਂ ਭੇਜੀਆਂ ਗਈਆਂ ਜਾਂ ਕਿੰਨੇ ਹਮਲੇ ਕੀਤੇ ਗਏ, ਤਾਂ 6 ਹਮਲੇ ਪਹਿਲਾਂ ਕੀਤੇ ਗਏ, 7ਵੇਂ 'ਚ ਹਾਲਾਂਕਿ ਜਿੱਤ ਲਿਆ ਸੀ ਉਹਨਾਂ ਨੇ, ਠੀਕ ਹੈ। ਚਲੋ ਉਹ ਜਿਹੜੀ ਕਨਫਿਊਜ਼ਨ ਸੀ ਉੱਥੇ ਆਪਾਂ ਨੂੰ ਪਤਾ ਹੀ ਹੈ ਵੀ ਹੁਣ ਪੀਟਰ ਪਲੱਸ ਬੋਰਡ ਨੇ ਕੀ ਆਨਸਰ ਲਾਇਆ। ਫਿਲਹਾਲ ਦੀ ਘੜੀ ਆਪਾਂ ਇੱਥੇ ਕੀ ਦੇਖਿਆ ਵੀ 6 ਵਾਰੀ 6 ਸੈਨਿਕ ਟੁਕੜੀਆਂ ਭੇਜੀਆਂ ਗਈਆਂ। ਹੁਣ 6 ਸੈਨਿਕ ਟੁਕੜੀਆਂ ਕਿਉਂ, ਮਤਲਬ ਅਜਿਹਾ ਕੀ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ 6 ਵਾਰੀ ਹਮਲਾ ਕੀਤਾ, ਵੀ ਪਹਿਲੇ ਹਮਲੇ 'ਚ ਕਿਉਂ ਨਹੀਂ ਜਿੱਤਿਆ, ਇਹਨੂੰ ਦੂਜੇ ਹਮਲੇ 'ਚ ਕਿਉਂ ਨਹੀਂ ਜਿੱਤਿਆ, 6 ਹਮਲੇ ਕਰਨ ਦੀ ਕੀ ਜ਼ਰੂਰਤ ਪੈ ਗਈ? 6 ਹਮਲੇ ਕਰਨ ਦੀ ਜ਼ਰੂਰਤ ਪੈ ਗਈ, ਉੱਥੋਂ ਦਾ ਜਿਹੜਾ ਗਵਰਨਰ ਸੀਗਾ ਉਹਦੀ ਜਿਹੜੀ ਨੀਤ ਸੀਗੀ ਉਹ ਠੀਕ ਨਹੀਂ ਸੀਗੀ, ਉੱਥੋਂ ਦਾ ਹੁਣ ਗਵਰਨਰ ਕੌਣ ਸੀਗਾ ਇਹ ਵੀ ਯਾਦ ਰੱਖ ਲਿਓ। ਤਾਂ ਮੁਲਤਾਨ ਦਾ ਉਸ ਟਾਈਮ ਤੇ ਗਵਰਨਰ ਸੀਗਾ ਮੁਜ਼ੱਫਰ ਖਾਨ, ਠੀਕ ਹੈ ਜੀ, ਕੌਣ ਆ? ਮੁਜ਼ੱਫਰ ਖਾਨ ਸੀਗਾ ਗਵਰਨਰ। ਤਾਂ ਜਦੋਂ ਪਹਿਲਾਂ 1802 ਦੇ ਵਿੱਚ ਹਮਲਾ ਹੋਇਆ, ਮੈਂ ਸਾਰੇ ਹਮਲੇ ਲਿਖਦਾ ਇੱਥੇ, ਠੀਕ ਹੈ ਜੀ, ਜਗ੍ਹਾ ਘੱਟ ਹੈ, ਪਹਿਲਾਂ 1802 ਦੇ ਵਿੱਚ ਹਮਲਾ ਕੀਤਾ ਗਿਆ, 1802 ਦੇ ਵਿੱਚ ਜਦੋਂ ਹਮਲਾ ਕੀਤਾ ਗਿਆ, ਠੀਕ ਹੈ ਜੀ, ਤਾਂ ਇਹਨੇ ਮਤਲਬ ਕਹਿਣ ਦਾ ਭਾਵ ਕੀ ਹੈ, 1802 ਦੇ ਵਿੱਚ ਜਦੋਂ ਪਹਿਲਾ ਹਮਲਾ ਹੋਇਆ ਤਾਂ ਇਹਨੇ ਕੰਪਰੋਮਾਈਜ਼ ਕਰ ਲਿਆ, ਇਹਨੇ ਕਹਿਤਾ ਵੀ ਮੈਂ ਯਾਰ ਲਗਾਨ ਦਿਆ ਕਰੂੰਗਾ, ਮੇਰੇ ਤੇ ਹਮਲਾ ਨਾ ਕਰੋ। ਚਲੋ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਹਾ ਕੋਈ ਗੱਲ ਨਹੀਂ, ਠੀਕ ਹੈ ਜੀ, 1802 ਦੇ ਵਿੱਚ ਤਾਂ ਕੰਪਰੋਮਾਈਜ਼ ਹੀ ਹੋ ਗਿਆ, ਪਰ ਇਹਨੇ ਫਿਰ ਲਗਾਨ ਦੇਣਾ ਬੰਦ ਕਰਤਾ। ਜਦੋਂ ਲਗਾਨ ਦੇਣਾ ਬੰਦ ਕਰਤਾ ਫਿਰ ਦੂਜਾ ਜਿਹੜਾ ਹਮਲਾ ਕੀਤਾ ਜਾਂਦਾ ਉਹ 1805 ਵਿੱਚ ਕੀਤਾ ਜਾਂਦਾ, ਠੀਕ ਹੈ ਜੀ। 1805 ਦੇ ਵਿੱਚ ਜਦੋਂ ਹਮਲਾ ਹੁੰਦਾ ਹੈ ਤਾਂ ਇੱਕ ਘਟਨਾ ਪੰਜਾਬ 'ਚ ਹੋਰ ਵਾਪਰਦੀ ਹੈ। ਉਸ ਟਾਈਮ ਤੇ ਜਿਹੜੇ ਮਰਾਠਾ ਸਰਦਾਰ ਹੁੰਦੇ ਆ ਜਸਵੰਤ ਸਿੰਘ ਹੋਲਕਰ, ਉਹ ਪੰਜਾਬ ਆਏ ਹੁੰਦੇ ਆ, ਉਹਨਾਂ ਦੀ ਮੀਟਿੰਗ ਹੁੰਦੀ ਆ ਮਹਾਰਾਜਾ ਰਣਜੀਤ ਸਿੰਘ ਜੀ ਨਾਲ, ਤੇ ਕਾਫੀ ਜਿਹੜੇ ਮਹਾਨ ਜਰਨੈਲ ਹੁੰਦੇ ਆ ਉਧਰ ਰੁੱਝੇ ਹੁੰਦੇ ਆ, ਤਾਂ ਇਸ ਕਰਕੇ ਫੌਜਾਂ ਨੂੰ ਮਤਲਬ ਕਿ ਥੋੜੇ ਟਾਈਮ ਲੜਾਈ ਤੋਂ ਬਾਅਦ ਵਾਪਸ ਆਉਣਾ ਪੈਂਦਾ ਮਜਬੂਰੀ ਦੇ ਵਿੱਚ, ਦੂਜਾ ਹਮਲਾ ਤਾਂ ਨਹੀਂ ਸਕਸੈਸਫੁਲ ਹੁੰਦਾ। ਫਿਰ ਤੀਜਾ ਹਮਲਾ ਕੀਤਾ ਜਾਂਦਾ ਰਾਜੇ 1807 ਦੇ ਵਿੱਚ, ਠੀਕ ਹੈ ਜੀ। 1807 ਦੇ ਵਿੱਚ ਜਦੋਂ ਹਮਲਾ ਕੀਤਾ ਜਾਂਦਾ ਸਿੱਖਾਂ ਵੱਲੋਂ, ਤਾਂ ਸਿੱਖ ਕਾਫੀ ਜ਼ਿਆਦਾ ਮਤਲਬ ਏਰੀਆ ਜਿਹੜਾ ਹੁੰਦਾ ਮੁਲਤਾਨ ਦਾ ਉਹ ਕੈਪਚਰ ਕਰ ਲੈਂਦੇ, ਆਪਣੇ ਅਧੀਨ ਕਰ ਲੈਂਦੇ ਆ। ਪਰ ਵਿੱਚ ਕੀ ਫਿਰ ਕੀ, ਇੱਕ ਬਹਾਵਲਪੁਰ ਦਾ ਨਵਾਬ ਹੁੰਦਾ, ਠੀਕ ਹੈ ਜੀ, ਬਹਾਵਲਪੁਰ ਦਾ ਨਵਾਬ ਹੁੰਦਾ, ਉਹ ਵਿੱਚ ਵਿਚਾਲੇ ਵਿਚੋਲਾ ਬਣ ਕੇ ਨਾ ਦੋਨਾਂ ਪਾਸੇ ਸੁਲਾ ਕਰਵਾ ਦਿੰਦਾ,
ਵੀ ਇਹ ਤੁਹਾਨੂੰ ਨਾ ਲਗਾਨ ਦਿਆ ਕਰੂਗਾ, ਇਹਨੂੰ ਮਾਫ ਕਰ ਦੋ। ਚਲੋ ਸੁਲਹ ਹੋ ਜਾਂਦੀ ਹੈ, ਪਰ ਉਹ ਦੇਖੋ ਨੀਤ ਦਾ ਮਾੜਾ ਹੀ ਹੁੰਦਾ, ਫਿਰ ਲਗਾਨ ਦੇਣਾ ਬੰਦ ਕਰ ਦਿੰਦਾ। 1807 ਵਿੱਚ ਫਿਰ ਹਮਲਾ ਹੁੰਦਾ ਹੈ। 1807 ਦੇ ਵਿੱਚ ਵੀ ਫਿਰ ਕੀ ਹੁੰਦਾ, ਸਿੱਖ ਜਿਹੜੇ ਹੁੰਦੇ ਨੇ ਨਾ ਉਹ ਫਿਰ ਥੋੜਾ ਬਹੁਤਾ ਹੋਰ ਏਰੀਆ ਜਿਹੜਾ ਹੁੰਦਾ ਮੁਲਤਾਨ ਦਾ ਕੈਪਚਰ ਕਰ ਲੈਂਦੇ ਆ। ਪਰ ਫਿਰ 1816 ਦੇ ਵਿੱਚ ਅਗਲਾ ਜਿਹੜਾ ਹਮਲਾ ਹੁੰਦਾ ਨਾ ਉਹਦੇ ਵਿੱਚ ਅਕਾਲੀ ਫੂਲਾ ਸਿੰਘ ਜੀ ਨੂੰ ਭੇਜਿਆ ਜਾਂਦਾ ਹੈ। ਠੀਕ ਹੈ ਜੀ, ਉਸ ਟਾਈਮ ਦੇ ਮਹਾਨ ਜਰਨੈਲ ਸੀਗੇ ਅਕਾਲੀ ਫੂਲਾ ਸਿੰਘ ਜੀ, ਇਹਨਾਂ ਨੂੰ ਭੇਜਿਆ ਜਾਂਦਾ। ਹੁਣ ਜਦੋਂ ਅਕਾਲੀ ਫੂਲਾ ਸਿੰਘ ਜੀ ਦਾ ਨਾਮ ਸੁਣ ਲਿਆ, ਉਸ ਟਾਈਮ ਦੇ ਜਿਹੜੇ ਵੱਡੇ ਵੱਡੇ ਜਿਹੜੇ ਸੂਰਮੇ ਸੀ ਨਾ ਉਹ ਅਕਾਲੀ ਫੂਲਾ ਸਿੰਘ ਜੀ ਦਾ ਨਾਮ ਸੁਣ ਕੇ ਥਰ ਥਰ ਕੰਬਣ ਲੱਗ ਜਾਂਦੇ ਸੀਗੇ, ਤੇ ਇਹਨੂੰ ਪਤਾ ਲੱਗ ਗਿਆ ਵੀ ਹੁਣ ਤਾਂ ਪੰਗਾ ਪਊਗਾ ਪਊਗਾ, ਅਕਾਲੀ ਫੂਲਾ ਸਿੰਘ ਜੀ ਆ ਰਿਹਾ, ਤਾਂ ਇਹਨੇ ਪਹਿਲਾਂ ਹੀ ਕੰਪਰੋਮਾਈਜ਼ ਕਰਨ ਦਾ ਆਪਣਾ ਪ੍ਰਸਤਾਵ ਪੇਸ਼ ਕਰਤਾ ਸਰਕਾਰੇ ਦਰਬਾਰ ਖਾਲਸਾ ਕੋਲੇ। ਠੀਕ ਹੈ ਜੀ, ਮਤਲਬ ਕਿ 1816 ਦੇ ਵਿੱਚ ਫੇਰ ਕੰਪਰੋਮਾਈਜ਼ ਕਰ ਲਿਆ। ਫਿਰ ਕੀ ਹੋਇਆ, 1817 ਮਤਲਬ ਉਸ ਤੋਂ ਬਾਅਦ ਫਿਰ 1800 ਲਗਾਨ ਦੇਣਾ ਫਿਰ ਬੰਦ ਕਰਤਾ। 1817 ਦੇ ਵਿੱਚ ਫਿਰ ਕਿਹਨੂੰ ਭੇਜਿਆ ਜਾਂਦਾ, ਫਿਰ ਭੇਜਿਆ ਜਾਂਦਾ ਭਵਾਨੀ ਦਾਸ ਨੂੰ। ਠੀਕ ਹੈ ਜੀ, ਭਵਾਨੀ ਦਾਸ ਨੂੰ ਭੇਜਿਆ ਜਾਂਦਾ, ਪਰ ਇਹ ਵੀ ਹਾਲਾਂਕਿ ਮਤਲਬ ਨਹੀਂ ਕੈਪਚਰ ਕਰ ਪਾਉਂਦਾ ਮੁਲਤਾਨ ਨੂੰ। ਤਾਂ ਯਾਨੀ ਕਿ ਉੱਥੇ ਹੁਣ ਟੋਟਲ ਕਿੰਨੇ ਹਮਲੇ ਹੋ ਗਏ, 6 ਹਮਲੇ ਹੋ ਗਏ। 2 ਦੇ ਵਿੱਚ ਹੋਇਆ, 5 ਦੇ ਵਿੱਚ ਹੋਇਆ, 7 ਦੇ ਵਿੱਚ ਹੋਇਆ, 16 ਦੇ ਵਿੱਚ ਹੋਇਆ ਤੇ 17 ਦੇ ਵਿੱਚ ਹੋਇਆ। ਠੀਕ ਹੈ ਜੀ, ਤਾਂ ਆਪਣੇ ਲਗਭਗ ਮੈਨੂੰ ਲੱਗਦਾ ਵੀ ਇਹ ਕਿੰਨੇ ਹੋ ਗਏ, 1 2 3 4 5 6, ਹਾਂ 6 ਹਮਲੇ ਹੋ ਗਏ। ਠੀਕ ਹੈ, 6 ਹਮਲਿਆਂ ਦੀ ਗੱਲ ਸਮਝ ਆ ਗਈ ਵੀ 6 ਹਮਲੇ ਹੋਏ। ਹੁਣ ਉਸ ਤੋਂ ਬਾਅਦ ਹੁੰਦਾ ਕੀ ਹੈ ਵੀ ਮਹਾਰਾਜਾ ਰਣਜੀਤ ਸਿੰਘ ਜੀ ਵਾਸਤੇ ਵੀ ਚੁਣੌਤੀ ਹੋ ਜਾਂਦੀ ਹੈ ਵੀ ਇੰਨੇ ਹਮਲੇ ਕਰਤੇ, ਇਹ ਤਾਂ ਟਿਕਦਾ ਹੀ ਨਹੀਂ ਹੈਗਾ ਵੀ ਹੁਣ ਮੁਲਤਾਨ ਨੂੰ ਜਿੱਤਣਾ ਹੀ ਜਿੱਤਣਾ, ਆਪਾਂ ਕਿਸੇ ਤਰੀਕੇ ਨਾਲ ਜਿੱਤੀਏ। ਫਿਰ ਜਿਹੜਾ ਆਖਰੀ ਹਮਲਾ ਕੀਤਾ ਜਾਂਦਾ ਰਾਜੇ, ਉਹ ਕੀਤਾ ਜਾਂਦਾ 1818 ਈਸਵੀ ਦੇ ਵਿੱਚ ਕੀਤਾ ਜਾਂਦਾ, 1818 AD ਨੂੰ ਕੀਤਾ ਜਾਂਦਾ। ਹੁਣ ਉਹਦੇ ਵਿੱਚ ਜਿੰਨੇ ਵੀ ਮਹਾਨ ਜਰਨੈਲ ਹੁੰਦੇ ਆ, ਹਰੀ ਸਿੰਘ ਨਲੂਆ ਜੀ, ਠੀਕ ਹੈ ਜੀ, ਹੋਰ ਜਿਹੜੇ ਵੀ ਆਪਣੇ ਭੰਗੀ ਸਰਦਾਰ ਹੁੰਦੇ ਆ, ਸਾਰੇ ਮਤਲਬ ਉਹਦੇ ਵਿੱਚ ਹਿੱਸਾ ਲੈਂਦੇ ਆ। ਹੁਣ ਇੱਥੇ ਹੀ ਜਿਹੜੀ ਹੈਗੀ ਹੈ ਨਾ ਜਮ ਜਮਾ ਤੋਪ ਚਲਾਈ ਜਾਂਦੀ, ਉਹਦਾ ਜਮ ਜਮਾ ਤੋਪ ਚਲਾਉਣ ਦਾ ਕਾਰਨ ਵੀ ਪਤਾ ਆਪਾਂ ਨੂੰ ਹੋਣਾ ਚਾਹੀਦਾ। ਹੁੰਦਾ ਕੀ ਹੈ ਵੀ ਜਿਹੜਾ ਕਿਲਾ ਸੀ ਮੁਲਤਾਨ ਦਾ ਨਾ, ਉਹ ਬਹੁਤ ਮਤਲਬ ਤਕੜਾ ਕਿਲਾ ਮੰਨਿਆ ਜਾਂਦਾ ਸੀ ਦੁਨੀਆ ਦੇ ਵਿੱਚ, ਤੇ ਉਸ ਕਿਲੇ ਦੇ ਉੱਪਰ 29 ਤੋਪਾਂ ਲਗਾ ਕੇ ਬੈਠਾ ਸੀਗਾ ਮੁਜ਼ੱਫਰ ਖਾਨ, ਤੇ 29 ਤੋਪਾਂ ਮਤਲਬ ਬਹੁਤ ਉਚਾਈ ਤੋਂ ਤੁਹਾਡੇ ਤੇ ਹਮਲਾ ਕਰ ਰਹੀਆਂ, ਤੁਹਾਡਾ ਬਹੁਤ ਨੁਕਸਾਨ ਹੋ ਰਿਹਾ ਹੈ। ਫਿਰ ਹਰੀ ਸਿੰਘ ਨਲੂਆ ਜੀ ਕਹਿੰਦੇ ਆ ਵੀ ਆਪਾਂ ਨਾ ਦੀਵਾਰ ਤੋੜਾਂਗੇ, ਦੀਵਾਰ ਨੂੰ ਬਰੂਦ ਨਾਲ ਬਹੁਤ ਬਹੁਤ ਵਾਰੀ ਵਾਰੀ ਉਡਾਇਆ ਜਾਂਦਾ ਪਰ ਦੀਵਾਰ ਫਿਰ ਨਹੀਂ ਟੁੱਟਦੀਗੀ। ਫਿਰ ਹਰੀ ਸਿੰਘ ਨਲੂਆ ਜੀ ਕਹਿੰਦੇ ਆ ਵੀ ਮੈਂ ਬਿਲਕੁਲ ਨੇੜੇ ਜਾ ਕੇ, ਤੁਸੀਂ ਮੈਨੂੰ ਕਵਰਿੰਗ ਫਾਇਰ ਦਿਓ, ਮੈਂ ਬਿਲਕੁਲ ਨੇੜੇ ਜਾ ਕੇ ਵੀ ਦੀਵਾਰ ਦੇ ਮੁੱਢ ਦੇ ਵਿੱਚ ਬਰੂਦ ਭਰ ਕੇ ਆਊਂਗਾ, ਫਿਰ ਦੀਵਾਰ ਟੁੱਟ ਜੂਗੀ, ਆਪਾਂ ਮੁਲਤਾਨ ਦੇ ਵਿੱਚ ਅੰਦਰ ਦਾਖਲ ਹੋ ਜਾਾਂਗੇ, ਫਿਰ ਦੋ ਦੋ ਹੱਥ ਕਰ ਲਾਂਗੇ। ਤਾਂ ਹਰੀ ਸਿੰਘ ਨਲੂਆ ਜੀ ਬਹੁਤ ਮਤਲਬ ਫਾਸਟ ਕਰਕੇ ਘੋੜਾ ਲੈ ਕੇ ਜਾਂਦੇ ਆ। ਜਦੋਂ ਘੋੜਾ ਲੈ ਕੇ ਜਾ ਰਹੇ ਹੁੰਦੇ ਆ ਤਾਂ ਜਦੋਂ ਬਰੂਦ ਭਰਦੇ ਆ ਉੱਤੋਂ ਹਮਲਾ ਹੋ ਜਾਂਦਾ, ਤਾਂ ਹਮਲੇ ਵਿੱਚ ਉਹ ਨਾ ਬੁਰੀ ਤਰ੍ਹਾਂ ਝੁਲਸ ਜਾਂਦੇ ਆ, ਮਤਲਬ ਉਹਨਾਂ ਸਰੀਰ ਬੁਰੀ ਤਰ੍ਹਾਂ ਝੁਲਸ ਜਾਂਦਾ, ਬਹੁਤ ਜ਼ਿਆਦਾ ਜ਼ਖਮੀ ਹੋ ਜਾਂਦੇ ਆ। ਜਦੋਂ ਇਸ ਗੱਲ ਦੀ ਖਬਰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਮਿਲਦੀ ਆ, ਉਹ ਖੁਦ ਮਿਲਣ ਜਾਂਦੇ ਆ, ਤੇ ਉਹ ਕਹਿੰਦੇ ਵੀ ਪਹਿਲਾ ਟਾਈਮ ਸੀਗਾ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਅੱਖ ਦੇ ਵਿੱਚੋਂ ਹੰਝੂ ਆਏ ਸੀਗੇ ਜਦੋਂ ਆਪਣੇ ਮਹਾਨ ਜਰਨੈਲ ਨੂੰ ਇੰਨੀ ਬੁਰੀ ਹਾਲਤ ਵਿੱਚ ਵੇਖਿਆ। ਤੇ ਉਸ ਟਾਈਮ ਤੇ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ ਡਾਇਰੈਕਟ ਪਹੁੰਚਦੇ ਆ ਹਰਿਮੰਦਰ ਸਾਹਿਬ, ਠੀਕ ਹੈ ਜੀ, ਆਪਣੇ ਦਰਬਾਰ ਸਾਹਿਬ ਪਹੁੰਚਦੇ ਆ। ਦਰਬਾਰ ਸਾਹਿਬ ਪਹੁੰਚ ਕੇ ਫਿਰ ਉੱਥੇ ਅਰਦਾਸ ਕਰਦੇ ਆ, ਫਿਰ ਉੱਥੇ ਉਹਨਾਂ ਨੂੰ ਮਿਲਦੇ ਆ ਭੰਗੀ ਸਰਦਾਰ, ਜਿਨ੍ਹਾਂ ਦਾ ਬਹੁਤ ਨਾਮ ਆਉਂਦਾ ਇਸ ਲੜਾਈ ਦੇ ਵਿੱਚ, ਸਾਧੂ ਸਿੰਘ ਭੰਗੀ। ਠੀਕ ਹੈ, ਕੌਣ ਮਿਲਦੇ ਆ? ਭੰਗੀ ਸਰਦਾਰ ਸਾਧੂ ਸਿੰਘ ਭੰਗੀ ਜੀ ਮਿਲਦੇ ਆ। ਉਹ ਕਹਿੰਦੇ ਆ ਵੀ ਸਰਦਾਰਾ ਵੀ ਤੇਰੇ ਸ਼ਕਲ ਤੇ ਮਤਲਬ ਬਹੁਤ ਟੈਨਸ਼ਨ ਲੱਗਦੀ ਹੈ, ਮਤਲਬ ਪਤਾ ਲੱਗ ਜਾਂਦਾ ਨਾ ਬੰਦਾ ਜਦੋਂ ਟੈਨਸ਼ਨ 'ਚ ਹੁੰਦਾ ਵੀ ਕੀ ਗੱਲ ਹੋ ਗਈ। ਉਹ ਕਹਿੰਦੇ ਜੀ ਮੁਲਤਾਨ 'ਚ ਲੜਾਈ ਚੱਲ ਰਹੀ ਹੈ ਤੇ ਸਾਡਾ ਜਿਹੜਾ ਮਹਾਨ ਸੂਰਮਾ ਆਪਣਾ ਹਰੀ ਸਿੰਘ ਨਲੂਆ ਉਹ ਜ਼ਖਮੀ ਹੈ, ਤੇ ਅਸੀਂ ਉਹਦੀ ਅਰਦਾਸ ਕਰਨ ਆਏ ਸੀਗੇ। ਤਾਂ ਉਹਨਾਂ ਨੇ ਪੁੱਛਿਆ ਵੀ ਤੁਸੀਂ ਮੁਲਤਾਨ ਦੇ ਕਿਲੇ ਨੂੰ ਤੋੜਨ ਵਾਸਤੇ ਕਿਹੜੀਆਂ ਕਿਹੜੀਆਂ ਤੋਪਾਂ ਚਲਾਈਆਂ ਨੇ? ਤਾਂ ਅੱਗੋ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ ਆ ਵੀ ਅਸੀਂ ਜੰਗੇ ਬਿਜਲੀ ਵੀ ਚਲਾ ਕੇ ਵੇਖ ਲਈ, ਅਸੀਂ ਜਬਰ ਖਾਂ ਵੀ ਤੋਪ ਚਲਾ ਕੇ ਦੇਖ ਲਈ, ਅਸੀਂ ਜਫਰ ਜੰਗ ਵੀ ਚਲਾ ਕੇ ਦੇਖ ਲਈ, ਅਸੀਂ ਜਫਰ ਜੰਗ ਵੀ ਚਲਾ ਕੇ ਵੇਖ ਲਈ, ਜਬਰ ਜੰਗ ਵੀ ਚਲਾ ਕੇ ਵੇਖ ਲਈ, ਅਸੀਂ ਫਤਿਹ ਜੰਗ ਵੀ ਚਲਾ ਕੇ ਵੇਖ ਲਈ। ਤਾਂ ਉਸ ਟਾਈਮ ਤੇ ਫਿਰ ਭੰਗੀਆਂ ਕੋਲੇ ਦੁਨੀਆ ਦੀ ਸਭ ਤੋਂ ਤਕੜੀ ਤੋਪ ਸੀਗੀ ਜਿਹਨੂੰ ਕਹਿੰਦੇ ਜਮ ਜਮਾ ਤੋਪ,
ਇਹ ਜਮਜਮਾ ਤੋਪ ਉਹੀ ਹੈ ਜਿਹੜੀ ਅਹਿਮਦ ਸ਼ਾਹ ਅਬਦਾਲੀ ਨੇ ਬਣਵਾਈ ਸੀਗੀ। ਉਹਦੇ ਤੇ ਜਿੰਨਾ ਵੀ ਤਾਂਬਾ ਲੱਗਿਆ ਉਹ ਹਿੰਦੂ ਸਿੱਖਾਂ ਦੇ ਪਰਿਵਾਰਾਂ ਤੋਂ ਜਬਰੀ ਖੋਹ ਕੇ ਲਗਵਾਇਆ ਗਿਆ ਸੀ। ਉਸ ਟਾਈਮ ਦੀ ਸਭ ਤੋਂ ਤਕੜਾ ਹਥਿਆਰ ਮੰਨਿਆ ਜਾਂਦਾ ਸੀ। ਠੀਕ ਹੈ ਜੀ, ਤੁਸੀਂ ਦੇਖੋ ਅੱਜ ਦੇ ਟਾਈਮ ਦੇ ਵਿੱਚ ਜੇ ਕਿਸੇ ਪਿਸਤਲ ਦੇ ਵਿੱਚ ਜਾਂ ਆਪਾਂ ਬੰਦੂਕ ਦੇ ਵਿੱਚ ਗੋਲੀ ਚਲਾਉਂਦੇ ਹਾਂ ਕਿੰਨਾ ਝਟਕਾ ਲੱਗਦਾ ਆਪਾਂ ਨੂੰ। ਉਹ ਹਾਲਾਂਕਿ ਉਹ ਜਿਹੜਾ ਬਰੂਦ ਹੁੰਦਾ ਮਿਲੀਗ੍ਰਾਮ ਦੇ ਵਿੱਚ ਹੁੰਦਾ ਹੈ, ਤੇ ਉਸ ਟਾਈਮ ਤੇ ਜਿਹੜੀ ਜਮਜਮਾ ਤੋਪ ਸੀ, ਤੁਹਾਨੂੰ ਮੈਂ ਸ਼ਕਲ ਦਿਖਾਉਣਾ ਇੱਕ ਵਾਰੀ, ਉਹਦੀ ਸ਼ਕਲ ਦੇਖਣੀ ਬਹੁਤ ਜ਼ਰੂਰੀ ਹੈ। ਆਹ ਸੀਗੀ ਜਮਜਮਾ ਤੋਪ, ਇਹ ਜਮਜਮਾ ਤੋਪ ਕੋਈ ਆਮ ਤੋਪ ਨਹੀਂ, ਇਹਨੂੰ ਮਤਲਬ ਜਮਜਮਾ ਤੋਪ ਤਾਂ ਇਹਦਾ ਨਾਮ ਰੱਖਿਆ ਸੀ ਅਹਿਮਦ ਸ਼ਾਹ ਅਬਦਾਲੀ ਨੇ ਜੋ 1760 ਵਿੱਚ ਬਣਾਈ ਸੀਗੀ। ਬਾਅਦ ਚ ਭੰਗੀਆਂ ਨੇ ਜਿੱਤ ਲਈ ਸੀਗੀ, ਹਨਾ, ਤੁਹਾਨੂੰ ਪਤਾ ਹੀ ਆ ਹਰੀ ਸਿੰਘ ਭੰਗੀ ਨੇ ਜਿੱਤੀ ਸੀਗੀ ਇਹ। ਠੀਕ ਹੈ ਜੀ, ਹਰੀ ਸਿੰਘ ਭੰਗੀ ਨੇ ਜਿੱਤੀ ਸੀਗੀ, ਜਿੱਤੀ ਕਿਹਦੇ ਤੋਂ ਸੀਗੀ, ਜਿੱਤੀ ਸੀਗੀ ਉਬੇਦ ਖਾਨ ਤੋਂ ਜਿੱਤੀ ਸੀਗੀ। ਠੀਕ ਹੈ ਜੀ, ਹਾਲਾਂਕਿ ਉਸ ਤੋਂ ਬਾਅਦ ਫਿਰ ਮਤਲਬ ਜਦੋਂ ਮਤਲਬ ਭੰਗੀਆਂ ਕੋਲੋਂ, ਫਿਰ ਭੰਗੀਆਂ ਨੂੰ ਜਦੋਂ ਅੰਮ੍ਰਿਤਸਰ ਦੇ ਵਿੱਚ ਹਰਾ ਦਿੱਤਾ ਜਾਂਦਾ ਤਾਂ ਫਿਰ ਇਹ ਤੋਪ ਤੇ ਕਾਲੀ ਫੁੱਲਾ ਸਿੰਘ ਜੀ ਸ਼ਾਮਲ ਹੋ ਜਾਂਦੇ ਆ ਕਿੱਥੇ, ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ, ਹਨਾ। ਤਾਂ ਉਹ 1805 ਦੀ ਲੜਾਈ ਅੰਮ੍ਰਿਤਸਰ ਦੀ, ਉਹਦੀ ਆਪਾਂ ਹਾਲਾਂਕਿ ਚਰਚਾ ਨਹੀਂ ਕਰਦੇ। ਕਹਿੰਦੇ ਵੀ ਜਿਹੜੀ ਆ ਤੋਪ ਸੀਗੀ ਨਾ, ਜਿਹੜੀ ਤੋਪ ਇਹਦੀ ਲੰਬਾਈ ਜਿਹੜੀ ਹੈਗੀ ਆ ਨਾ, ਕਹਿੰਦੇ 14 ਫੁੱਟ, ਠੀਕ ਹੈ ਜੀ, 14 ਫੁੱਟ 4.5 ਇੰਚ ਸੀਗੀ ਇਹਦੀ ਲੰਬਾਈ। ਠੀਕ ਹੈ ਜੀ, ਤੇ ਇਸ ਦੇ ਵਿੱਚ ਇੱਕ ਗੋਲਾ ਦਾਗਣ ਵਾਸਤੇ 21 ਕਿਲੋ ਬਰੂਦ ਦੀ ਵਰਤੋਂ ਕੀਤੀ ਜਾਂਦੀ ਸੀਗੀ। ਇੱਕ ਗੋਲਾ ਦਾਗਣ ਵਾਸਤੇ 21 ਕਿਲੋ ਬਰੂਦ, ਤੇ ਦੇਖੋ ਉਸ ਟਾਈਮ ਜਦੋਂ ਗੋਲਾ ਮਾਰਦੀ ਹੋਊਗੀ ਕਿੰਨੀ ਧਰਤੀ ਹਿਲਾਉਂਦੀ ਹੋਊਗੀ, ਕਿੰਨੀ ਦੂਰ ਤੱਕ ਇਹਦੀ ਮਾਰ ਹੋਊਗੀ। ਤਾਂ ਫਿਰ ਕਹਿੰਦੇ ਸਾਧੂ ਸਿੰਘ ਭੰਗੀ ਜੀ ਕਹਿੰਦੇ ਵੀ ਹੁਣ ਜਮਜਮਾ ਤੋਪ ਮੰਗਾਉਣੀ ਪੈਣੀ ਹੈ ਸਰਦਾਰਾ, ਤਾਂ ਗੱਲ ਬਣੂਗੀ। ਤੇ ਕਹਿੰਦੇ ਫਿਰ ਰਾਤੋਂ ਰਾਤ ਜਮਜਮਾ ਤੋਪ ਪਹੁੰਚਾਈ ਜਾਂਦੀ ਹੈ ਮੁਲਤਾਨ, ਤੇ ਜਮਜਮਾ ਤੋਪ ਨੂੰ ਚਲਾਉਣ ਵਾਲਾ ਜਿਹੜਾ ਤੋਪਸ਼ੀ ਹੁੰਦਾ ਉਹ ਕਹਿੰਦਾ ਵੀ ਆਪਾਂ ਨੂੰ 21 ਗੋਲੇ ਮਾਰਨੇ ਪੈਣੇ ਆ ਇੱਕੋ ਜਗ੍ਹਾ ਤੇ, 21 ਗੋਲੇ, ਤਾਂ ਜਾ ਕੇ ਜਿਹੜੀ ਮੁਲਤਾਨ ਦੇ ਕਿਲੇ ਦੀ ਕੰਧ ਹੈਗੀ ਹੈ ਨਾ ਉਹ ਢੇਰੀ ਹੋਊਗੀ। ਦੇਖੋ ਕਿਲਾ ਵੀ ਕਿੰਨਾ ਮਜ਼ਬੂਤ ਹੋਊਗਾ, ਅੱਜ ਕੱਲ ਦੇ ਮਿਸਤਰੀਆਂ ਵਾਂਗੂ ਥੋੜੀ ਵੀ ਮਾੜਾ ਜਿਹਾ ਭੁਚਾਲ ਆਇਆ ਤੇ ਕੰਧਾਂ ਹਿੱਲਣ ਲੱਗ ਗਈਆਂ। ਤੇ ਕਹਿੰਦੇ ਵੀ ਜਦੋਂ 3 ਗੋਲੇ ਚਲਾਏ ਗਏ, ਫਿਰ ਸਾਧੂ ਸਿੰਘ ਭੰਗੀ ਜੀ ਵੀ ਨਾਲ ਜਾਂਦੇ ਆ, ਜਦੋਂ 3 ਗੋਲੇ ਚਲਾਏ ਗਏ ਨਾ ਤਾਂ ਇਹਦਾ ਜਿਹੜਾ ਸੱਜਾ ਪਹੀਆ ਹੈਗਾ ਉਹ ਟੁੱਟ ਜਾਂਦਾ ਹੈ। ਠੀਕ ਹੈ, ਜਿਹੜੀ ਮੈਂ ਤੁਹਾਨੂੰ ਇਹ ਸੁਣਾ ਰਿਹਾ ਨਾ, ਇਹ ਸਿੱਖਾਂ ਨੇ, ਚਲੋ ਕਈ ਹੋ ਸਕਦਾ ਕਈ ਕੋਈ ਕਹਿ ਦਾ ਵੀ ਸਿੱਖਾਂ ਨੇ ਆਪਦਾ ਇਤਿਹਾਸ ਵਧਾ ਚੜਾ ਕੇ ਲਿਖ ਲਿਆ, ਇਹ ਸਿੱਖਾਂ ਦਾ ਲਿਖਿਆ ਇਤਿਹਾਸ ਨਹੀਂ ਹੈਗਾ। ਇਹ ਉਸ ਟਾਈਮ ਦੇ ਜਿਹੜੇ ਮੁਲਤਾਨ ਦੇ ਵੱਲੋਂ ਹੀ ਜਿਹੜਾ ਇੱਕ ਜਸੂਸ ਸੀਗਾ, ਉਹਦਾ ਨਾਮ ਮੇਰੇ ਦਿਮਾਗ 'ਚ, ਹਾਂ ਜਸੂਸ ਸੀਗਾ, ਸੈਯਦ ਜਸੂਸ ਸੀਗਾ, ਸੈਯਦ ਗੁਲਾਬ ਜਲਾਨੀ, ਗੁਲਾਬ ਜਲਾਨੀ, ਉਹਦੀ ਕਿਤਾਬ ਹੈ ਜੰਗਨਾਮਾ, ਉਹਦੇ ਵਿੱਚ ਜ਼ਿਕਰ ਕਰਦਾ ਹੈ। ਉਹ ਨਾ ਮਤਲਬ ਜਸੂਸ ਸੀਗਾ, ਸਿੱਖਾਂ ਦੇ ਭੇਸ ਦੇ ਵਿੱਚ ਘੁੰਮ ਰਿਹਾ ਸੀਗਾ, ਜਦੋਂ ਤੋਪ ਟੁੱਟ ਜਾਂਦੀ ਹੈ ਤਾਂ ਮਤਲਬ ਸਾਰੀ ਫੌਜ ਦੇ ਵਿੱਚ ਗੱਲਬਾਤ ਛਿੜ ਜਾਂਦੀ ਹੈ ਵੀ ਤੋਪ ਦਾ ਪਹੀਆ ਟੁੱਟ ਗਿਆ। ਤਾਂ ਉਹ ਫਿਰ ਬੜਾ ਖੁਸ਼ ਹੁੰਦਾ ਵੀ ਕਹਿੰਦਾ ਵੀ ਚੰਗਾ ਹੀ ਹੋਇਆ ਵੀ ਪਹੀਆ ਟੁੱਟ ਗਿਆ, ਵੀ ਹੁਣ ਦੇਖੀ ਸਾਰੀ ਫੌਜ ਕਿਵੇਂ ਭੱਜਦੀ ਪਿੱਛੇ ਨੂੰ। ਤੇ ਕਹਿੰਦਾ ਬੜਾ ਸੁਣਿਆ ਸੀ ਸਿੱਖਾਂ ਦੇ ਬਾਰੇ ਵੀ ਅੱਜ ਪਤਾ ਲੱਗੂਗਾ ਵੀ ਕਿੰਨੇ ਕੁ ਬਹਾਦਰੀ ਨਾਲ ਲੜਦੇ ਆ। ਤੇ ਸਿੱਖਾਂ ਵਿੱਚ ਭੱਜ ਦੌੜ ਮੱਚ ਗਈ ਵੀ ਹਾਂ ਵੀ ਕੀ ਹੋ ਗਿਆ ਕੀ ਹੋ ਗਿਆ। ਤੇ ਕਹਿੰਦੇ ਤੋਪਸ਼ੀ ਨੇ ਕਿਹਾ ਵੀ ਜੇ ਇੱਕ ਵੀ ਇੱਕ ਹੱਲ ਹੈਗਾ ਵੀ ਰਾਤੋ ਰਾਤ ਹੁਣ ਬੰਦਾ ਤਾਂ ਮੰਗਾਇਆ ਨਹੀਂ ਜਾ ਸਕਦਾ, ਨਾ ਇਹਨਾਂ ਆਪਣੇ ਕੋਲ ਟਾਈਮ ਆ ਜਿਹੜਾ ਮਿਸਤਰੀ ਆ ਕੇ ਇਹਨੂੰ ਠੀਕ ਕਰ ਦੇਵੇ, ਹਾਂ ਵੀ ਇਹਦੇ ਬੈਲੈਂਸ ਕਰਨ ਵਾਸਤੇ ਜੇ ਕੋਈ ਆਪਣਾ ਮੋਢਾ ਦੇ ਸਕਦਾ ਤਾਂ ਇੱਕ ਪਾਸੇ ਮੋਢਾ ਰੱਖਣਾ ਪਊਗਾ, ਪਰ ਮੋਢੇ ਦਾ ਰੱਖਣ ਦੇ ਨਾਲ ਹੋਊਗਾ ਕੀ, ਹੋਊਗਾ ਇਹ ਵੀ ਜਿੰਨੇ ਝਟਕੇ ਨਾਲ ਇਹ ਫਾਇਰ ਕਰਦੀ ਹੈ ਬੰਦੇ ਦੇ ਚਿਥਲੇ ਚਿਥਲੇ ਉੱਡ ਜਾਣਗੇ। ਤੇ ਕਹਿੰਦੇ ਵੀ ਫਿਰ ਜਿਹੜਾ ਇਹ ਗੁਲਾਬ ਜਲਾਨੀ ਹੈਗਾ, ਸੈਯਦ ਗੁਲਾਬ ਜਲਾਨੀ ਜਿਹੜਾ ਜਸੂਸ ਦੇ ਭੇਸ ਦੇ ਸਿੱਖਾਂ ਦੇ ਭੇਸ ਦੇ ਵਿੱਚ ਜਸੂਸ ਰਲਿਆ ਹੋਇਆ ਸੀਗਾ ਸਿੱਖਾਂ ਦੀ ਆਰਮੀ 'ਚ, ਉਹ ਕਹਿੰਦਾ ਵੀ ਸਿੱਖਾਂ 'ਚ ਨਾ ਮਤਲਬ ਆਪਸ ਵਿੱਚ ਨਾ ਭੱਜਦੜ ਮੱਚ ਗਈ, ਮੈਂ ਸੋਚਿਆ ਵੀ ਸ਼ਾਇਦ ਇਹ ਭੱਜ ਰਹੇ ਨੇ ਵੀ ਹੁਣ ਵੀ ਆਪਾਂ ਤਾਂ ਹਾਰ ਗਏ। ਕਹਿੰਦਾ ਜਦੋਂ ਮੈਂ ਜਾ ਕੇ ਦੇਖਿਆ ਮੈਂ ਹੈਰਾਨ ਹੋ ਗਿਆ ਉਹਨਾਂ ਦੀ ਬਹਾਦਰੀ ਵੱਲ, ਕੋਈ ਕਹਿੰਦਾ ਪਹਿਲਾਂ ਮੈਂ ਦਊਂਗਾ ਇਹ ਥੱਲੇ ਮੋਢਾ, ਕੋਈ ਕਹਿੰਦਾ ਪਹਿਲਾਂ ਮੈਂ ਦਊਂਗਾ। ਕਹਿੰਦੇ ਫਿਰ ਪਿੱਛੋਂ ਇੱਕ ਬਹੁਤ ਉੱਚੀ ਜਿਹੀ ਆਵਾਜ਼ ਆਉਂਦੀ ਹੈ, ਕਹਿੰਦੇ ਬਹੁਤ ਉੱਚੀ ਜਿਹੀ ਆਵਾਜ਼ ਆਉਂਦੀ ਹੈ ਤੇ ਫਿਰ ਕਹਿੰਦੇ ਜਿਹੜੀ ਆਵਾਜ਼ ਆ ਰਹੀ ਹੁੰਦੀ ਹੈ ਉਸ ਟਾਈਮ ਤੇ ਉਹ ਆਵਾਜ਼ ਸੀਗੀ ਆਪਣੇ ਜਰਨੈਲ ਸਾਧੂ ਸਿੰਘ ਭੰਗੀ ਦੀ। ਉਹ ਕਹਿੰਦੇ ਤੁਹਾਡਾ ਜਰਨੈਲ ਕੌਣ ਹੈ? ਕਹਿੰਦੇ ਜੀ ਤੁਸੀਂ ਆ।
ਤੇ ਕਹਿੰਦੇ ਸਭ ਤੋਂ ਪਹਿਲਾਂ ਮੋਢਾ ਮੈਂ ਦਊਂਗਾ, ਇਹ ਹੈ ਸਾਡੇ ਜਥੇਦਾਰ। ਅੱਜ ਕੱਲ ਆ ਗਿਆ ਨਹੀਂ ਹੈਗੇ, ਠੀਕ ਹੈ, ਜਿਹੜੇ ਕੁਰਸੀ ਪਿੱਛੇ ਕਹਿੰਦੇ ਪਹਿਲਾਂ ਮੈਂ ਜਾਊਂਗਾ। ਤੇ ਪਹਿਲਾ ਮੋਢਾ ਫਿਰ ਸਾਧੂ ਸਿੰਘ ਜੀ ਨੇ ਦਿੱਤਾ ਸੀਗਾ, ਤੇ ਕਹਿੰਦੇ ਪੂਰਾ ਸਰੀਰ ਤੁੰਬਾ ਤੁੰਬਾ ਹੋ ਗਿਆ ਸੀ ਇਹਨਾਂ ਦਾ। ਤੇ ਉਸ ਤੋਂ ਬਾਅਦ ਤੁਸੀਂ ਦੇਖੋ ਵੀ 17 ਬੰਦਿਆਂ ਨੇ ਹੋਰ ਸ਼ਹੀਦੀ ਪ੍ਰਾਪਤ ਕੀਤੀ, ਇਹਨਾਂ ਦੇ ਸਮੇਤ 17 ਬੰਦਿਆਂ ਨੇ ਮੋਢਾ ਦਿੱਤਾ। ਤੇ ਕਹਿੰਦਾ ਵੀ ਜਿਹੜਾ ਇਹ ਭੇਸ ਦੇ, ਸਿੱਖਾਂ ਦੇ ਭੇਸ ਦੇ ਵਿੱਚ ਜਿਹੜਾ ਇਹ ਗੁਲਾਮ ਸੀਗਾ, ਕਹਿੰਦਾ ਇੱਕ ਵਾਰ ਤਾਂ ਮੇਰਾ ਵੀ ਮਨ ਕੀਤਾ ਯਾਰ ਵੀ ਕਿਉਂ ਨਾ ਮੈਂ ਵੀ ਨਾ ਸ਼ਹੀਦੀ ਪਾ ਲਵਾਂ, ਐਵੇਂ ਇਸ ਬਾਣੀ ਨੂੰ ਕਹਿੰਦਾ ਲਾਜ ਲਾ ਰਿਹਾ। ਤੇ ਫਿਰ ਕਹਿੰਦਾ ਜਦੋਂ ਜਿੱਥੇ ਭਾਈ ਇੰਨੀ ਬਹਾਦਰ ਜਾਂ ਆਪਣੇ ਆ ਵਾਰਨ ਵਾਲੀ ਕੌਮ ਹੋਊਗੀ, ਠੀਕ ਹੈ ਜੀ, ਇੰਨੇ ਮਹਾਨ ਸੂਰਮੇ ਹੋਣਗੇ ਤਾਂ ਉਹ ਫਿਰ ਜੰਗ ਜਿੱਤੀ ਜਿੱਤੀ ਤਾਂ ਜਾਣੀ ਸੀਗੀ। ਤਾਂ ਹਾਲਾਂਕਿ ਇਸ ਜਮਜਮਾ ਤੋਪ ਦੀ ਮਦਦ ਦੇ ਨਾਲ ਫਿਰ ਇਹ ਜੰਗ ਜਿੱਤੀ ਗਈ। ਤੇ ਇਹ ਜੰਗ ਜਿੱਤਣ ਦਾ ਜਿਹੜਾ ਸਿਹਰਾ ਜਾਂਦਾ ਉਹ ਮਿਸਰ ਦੀਵਾਨ ਚੰਦ ਦੇ ਨੂੰ ਜਾਂਦਾ, ਕਿਉਂਕਿ ਮਿਸਰ ਦੀਵਾਨ ਚੰਦ ਜੀ ਹੀ ਮੇਨ ਅਗਵਾਈ ਕਰ ਰਹੇ ਸੀਗੇ 1818 ਈਸਵੀ ਲਾਸਟ ਹਮਲੇ ਦੀ। ਤੇ ਫਿਰ ਇਸ ਤੋਂ ਬਾਅਦ ਫਿਰ ਮਿਸਰ ਦੀਵਾਨ ਚੰਦ ਜੀ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਇੱਕ ਖਿਤਾਬ ਵੀ ਦਿੱਤਾ ਜਾਂਦਾ ਹੈ। ਉਹ ਖਿਤਾਬ ਸੀਗਾ ਜਫਰ ਜੰਗ ਦਾ, ਠੀਕ ਹੈ ਜੀ, ਜਫਰ ਜੰਗ ਦਾ ਖਿਤਾਬ ਵੀ ਮਿਲਦਾ ਹੈ। ਤਾਂ ਇਹ ਹਮੇਸ਼ਾ ਮਤਲਬ ਇੱਕ ਰੀਤ ਸੀਗੀ ਸਰਕਾਰੇ ਖਾਲਸਾ ਦੀ ਵੀ ਜਦੋਂ ਵੀ ਕੋਈ ਜੰਗ ਜਿੱਤ ਕੇ ਆਉਂਦੇ ਸੀ ਉਹਨਾਂ ਨੂੰ ਵੱਖਰੇ ਵੱਖਰੇ ਖਿਤਾਬਾਂ ਦੇ ਨਾਲ ਨਵਾਜਿਆ ਜਾਂਦਾ ਸੀਗਾ। ਤਾਂ ਕਹਿਣ ਦਾ ਭਾਵ ਹੈਗਾ ਇਹ ਮੁਲਤਾਨ ਦੀ ਪੂਰੀ ਸਟੋਰੀ ਤੁਹਾਨੂੰ ਮੈਂ ਦੱਸਤੀ ਹੈ, ਠੀਕ ਹੈ ਜੀ। ਇਹ ਪੂਰੀ ਸਟੋਰੀ ਦੇ ਵਿੱਚ 17 ਸਿੱਖ ਤਾਂ ਉਹ ਸ਼ਹੀਦ ਹੋਏ ਜਿਹੜਿਆਂ ਨੇ ਜਮਜਮਾ ਤੋਪ ਦੇ ਥੱਲੇ, ਠੀਕ ਹੈ, ਆਪਣੇ ਮੋਢੇ ਦਿੱਤੇ ਆ। ਇਹਨਾਂ ਨੂੰ ਭੰਗੀਆਂ ਦੀ ਤੋਪ ਵੀ ਕਹਿੰਦੇ ਆ। ਇਹਦੇ ਤੇ ਮੈਂ ਨਾ ਬਹੁਤ ਮੇਰਾ ਮਨ ਹੈਗਾ ਵੀ ਇੱਥੇ ਨਾ ਮੈਂ ਬਹੁਤ ਡਿਟੇਲ 'ਚ ਵੀਡੀਓ ਪਾਵਾਂ, ਕਿਉਂਕਿ ਇਹ ਡਿਟੇਲ 'ਚ ਵੀਡੀਓ ਪਾ ਕੇ ਹੀ ਸਮਝ ਲੱਗਦੀ ਹੈ ਵੀ ਜਮਜਮਾ ਤੋਪ ਹੈ ਕੀ। ਹਾਲਾਂਕਿ ਬਹੁਤ ਬੱਚਿਆਂ ਨੇ ਮੈਨੂੰ ਕਿਹਾ ਵੀ ਸੀਗਾ, ਬਸ ਟਾਈਮ ਦੀ ਕਮੀ ਕਰਕੇ ਨਹੀਂ ਕਈ ਵਾਰੀ ਵੀਡੀਓ ਪਾਈ ਜਾਂਦੀ। ਚਲੋ ਜੀ, ਨੈਕਸਟ ਕੁਐਸਚਨ ਵੱਲ ਵੱਧਦੇ ਹਾਂ। ਹਾਲਾਂਕਿ ਮੈਂ ਬਹੁਤ ਲੰਬਾ ਲੈ ਕੇ ਜਾ ਰਿਹਾ, ਪਰ ਮੈਨੂੰ ਉਮੀਦ ਹੈ ਵੀ ਤੁਸੀਂ ਬੋਰ ਨਹੀਂ ਹੋ ਰਹੇ ਹੋਵੋਗੇ। ਹੁਣ ਅਗਲਾ ਕੁਐਸਚਨ ਆ ਗਿਆ ਜੀ, ਮਹਾਰਾਜਾ ਰਣਜੀਤ ਸਿੰਘ ਜੀ ਨੇ ਜਮਜਮਾ ਤੋਪ ਕਿਸ ਤੋਂ ਪ੍ਰਾਪਤ ਕੀਤੀ? ਮੈਂ ਤੁਹਾਨੂੰ ਹੁਣੇ ਦੱਸਿਆ 1805 ਦੇ ਵਿੱਚ ਅੰਮ੍ਰਿਤਸਰ ਤੇ ਜਿੱਤ ਪ੍ਰਾਪਤ ਕੀਤੀ ਸੀਗੀ, ਠੀਕ ਹੈ ਜੀ, ਅੰਮ੍ਰਿਤਸਰ ਤੇ ਮਹਾਰਾਜਾ ਸਾਹਿਬ ਨੇ ਜਿੱਤ ਪ੍ਰਾਪਤ ਕੀਤੀ ਸੀਗੀ। ਤਾਂ ਉਸ ਜਿੱਤ ਦੇ ਵਿੱਚ ਜਿਹੜੀ ਤੋਪ ਪ੍ਰਾਪਤ ਕੀਤੀ ਹੈ ਉਹ ਮਾਈ ਸੁੱਖਾ ਜੀ ਤੋਂ ਕੀਤੀ ਹੈ। ਹੁਣ ਮਾਈ ਸੁੱਖਾ ਜੀ ਕੌਣ ਸੀਗੀ? ਇਹ ਵਿਧਵਾ ਸੀਗੀ, ਠੀਕ ਹੈ ਜੀ, ਇਹ ਵਿਧਵਾ ਸੀਗੇ ਮਾਈ ਸੁੱਖਾ ਜੀ। ਕਿਹਦੀ ਵਿਧਵਾ ਸੀਗੇ? ਗੁਲਾਬ ਸਿੰਘ ਭੰਗੀ ਦੀ, ਠੀਕ ਹੈ, ਗੁਲਾਬ ਸਿੰਘ ਭੰਗੀ ਦੀ ਵਿਧਵਾ ਸੀਗੀ ਉਸ ਟਾਈਮ ਤੇ। ਇਹਨਾਂ ਤੋਂ ਪ੍ਰਾਪਤ ਕੀਤੀ ਸੀ ਜਦੋਂ ਇਹਨਾਂ ਨੂੰ ਜਿੱਤ ਲਿਆ ਸੀ ਅੰਮ੍ਰਿਤਸਰ ਨੂੰ, ਤਾਂ ਇਹਨਾਂ ਤੋਂ ਪ੍ਰਾਪਤ ਕੀਤੀ ਸੀਗੀ ਜਮਜਮਾ ਤੋਫ, ਠੀਕ ਹੈ ਜੀ, ਕਲੀਅਰ ਹੈ। ਬਸ ਇਹ ਸਿੰਪਲ ਜਿਹਾ ਕੁਐਸਚਨ ਸੀਗਾ, ਇਹਨੂੰ ਡਿਟੇਲ ਵਿੱਚ ਜ਼ਿਆਦਾ ਕਰਨ ਦੀ ਜ਼ਰੂਰਤ ਨਹੀਂ ਹੈਗੀ। ਅਗਲੇ ਕੁਐਸਚਨ ਵੱਲ ਵੱਧਦੇ ਹਾਂ ਜੀ। ਅਗਲਾ ਕੁਐਸਚਨ ਆ ਗਿਆ ਜੀ, ਮਹਾਰਾਜਾ ਰਣਜੀਤ ਸਿੰਘ ਜੀ ਨੇ ਕੋਹੇਨੂਰ ਕਿਸ ਤੋਂ ਪ੍ਰਾਪਤ ਕੀਤਾ? ਠੀਕ ਹੈ, ਇਹ ਤਾਂ ਹਾਲਾਂਕਿ ਸਭ ਨੂੰ ਹੀ ਪਤਾ ਹੋਊਗਾ ਵੀ ਕਿਤੋਂ ਪ੍ਰਾਪਤ ਕੀਤਾ, ਪਰ ਇਹਦੀ ਸਟੋਰੀ ਸਾਰੀ ਯਾਦ ਰੱਖਣੀ ਹੈ ਰਾਜੇ। ਕੋਹੇਨੂਰ ਜਿਹਨੂੰ ਆਪਾਂ ਰੋਸ਼ਨੀ ਦਾ ਪਰਬਤ ਵੀ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ, ਮੈਂ YouTube ਤੇ ਵੀ ਕਰਵਾਇਆ ਹੋਇਆ ਤੇ ਆਪਣੇ ਬੈਚ ਦੇ ਵਿੱਚ ਵੀ ਬਹੁਤ ਡਿਟੇਲ 'ਚ ਕਰਵਾਇਆ, ਇਹਨੂੰ ਰੋਸ਼ਨੀ ਦਾ ਪਰਬਤ ਕਹਿ ਦਿੰਦੇ ਹਾਂ। ਤੁਹਾਨੂੰ ਸਭ ਨੂੰ ਪਤਾ ਵੀ ਇਹ ਸਭ ਤੋਂ ਪਹਿਲਾਂ 1739 ਈਸਵੀ ਦੇ ਵਿੱਚ ਨਾਦਰ ਸ਼ਾਹ ਜਿਹੜਾ ਸੀਗਾ, ਠੀਕ ਹੈ ਜੀ, ਨਾਦਰ ਸ਼ਾਹ ਨੇ ਦਿੱਲੀ ਦੇ ਜਿਹੜੇ ਬਾਦਸ਼ਾਹ ਸੀਗੇ, ਦਿੱਲੀ ਦਾ ਜਿਹੜਾ ਬਾਦਸ਼ਾਹ ਸੀਗਾ ਮੁਹੰਮਦ ਸ਼ਾਹ, ਠੀਕ ਹੈ ਜੀ, ਮੁਹੰਮਦ ਸ਼ਾਹ ਤੋਂ ਖੋਇਆ ਸੀਗਾ, ਠੀਕ ਹੈ, ਸਭ ਤੋਂ ਪਹਿਲਾਂ 1739 ਈਸਵੀ ਨੂੰ। ਹਾਲਾਂਕਿ ਇਹਦੀ ਬੈਕ ਸਟੋਰੀ ਤਾਂ ਬਹੁਤ ਲੰਬੀ ਹੈ, ਪਰ ਆਪਾਂ ਐਗਜ਼ਾਮ ਪੁਆਇੰਟ ਆਫ ਵਿਊ ਤੇ ਪੜ੍ਹਨਾ ਹੈ। 1739 ਈਸਵੀ ਨੂੰ ਨਾਦਰ ਸ਼ਾਹ ਨੇ ਖੋਇਆ, ਦਿੱਲੀ ਦੇ ਬਾਦਸ਼ਾਹ ਮੁਹੰਮਦ ਸ਼ਾਹ ਤੋਂ ਖੋਲਿਆ, ਠੀਕ ਹੈ ਜੀ। ਮੁਹੰਮਦ ਸ਼ਾਹ ਤੋਂ ਜਦੋਂ ਖੋਲਿਆ ਤਾਂ ਨਾਦਰ ਸ਼ਾਹ ਦੀ ਜਦੋਂ ਮੌਤ ਹੋ ਗਈ, ਨਾਦਰ ਸ਼ਾਹ ਦੀ ਮੌਤ ਤੋਂ ਬਾਅਦ ਇਹ ਪਹੁੰਚ ਜਾਂਦਾ ਨਾਦਰ ਸ਼ਾਹ ਦੇ ਪੋਤਰੇ ਕੋਲੇ। ਕਿਹਦੇ ਕੋਲੇ ਪਹੁੰਚ ਜਾਂਦਾ? ਨਾਦਰ ਸ਼ਾਹ ਦੇ ਪੋਤਰੇ ਕੋਲੇ ਪਹੁੰਚ ਜਾਂਦਾ। ਹੁਣ ਨਾਦਰ ਸ਼ਾਹ ਦਾ ਜਿਹੜਾ ਪੋਤਰਾ ਕੌਣ ਸੀਗਾ? ਅਹਿਮਦ ਸ਼ਾਹ, ਠੀਕ ਹੈ ਜੀ, ਅਹਿਮਦ ਸ਼ਾਹ। ਅਹਿਮਦ ਸ਼ਾਹ ਤੋਂ ਕਿਹਦੇ ਕੋਲੇ ਪਹੁੰਚ ਜਾਂਦਾ ਰਾਜੇ? ਅਹਿਮਦ ਸ਼ਾਹ ਤੋਂ ਪਹੁੰਚ ਜਾਂਦਾ ਉਹਦੇ ਪੋਤਰੇ ਕੋਲੇ, ਸ਼ਾਹ ਜਮਾਨ ਕੋਲੇ। ਅਹਿਮਦ ਸ਼ਾਹ ਦਾ ਜਿਹੜਾ ਪੋਤਰਾ ਹੁੰਦਾ ਨਾ ਸ਼ਾਹ ਜਮਾਨ, ਸ਼ਾਹ ਜਮਾਨ ਕੋਲੇ ਪਹੁੰਚ ਜਾਂਦਾ। ਸ਼ਾਹ ਜਮਾਨ ਤੋਂ ਬਾਅਦ ਪਹੁੰਚ ਜਾਂਦਾ ਉਹਦੇ ਭਰਾ ਕੋਲੇ, ਠੀਕ ਆ। ਸ਼ਾਹ ਜਮਾਨ ਦਾ ਭਰਾ ਹੁੰਦਾ ਸ਼ਾਹ ਸੂਜਾ, ਕੌਣ ਹੁੰਦਾ? ਸ਼ਾਹ ਸੂਜਾ, ਠੀਕ ਆ ਜੀ, ਉਹਦੇ ਕੋਲੇ ਪਹੁੰਚ ਜਾਂਦਾ। ਹੁਣ ਸ਼ਾਹ ਸੂਜਾ ਨੂੰ ਜਦੋਂ 1812 ਦੇ ਵਿੱਚ ਨਾ 1812 ਦੇ ਵਿੱਚ ਨਜ਼ਰਬੰਦ ਕਰ ਲਿਆ ਜਾਂਦਾ, ਤਾਂ ਜਿਹੜੀ ਉਹਦੀ ਪਤਨੀ ਹੁੰਦੀ ਆ ਵਫਾ ਬੇਗਮ, ਉਹ ਮਹਾਰਾਜਾ ਰਣਜੀਤ ਸਿੰਘ ਜੀ ਕੋਲੇ ਪ੍ਰਸਤਾਵ ਲੈ ਕੇ ਜਾਂਦੀ ਹੈ ਵੀ ਤੁਸੀਂ ਮੇਰੇ ਘਰ ਵਾਲੇ ਦੀ ਦੀ ਜ਼ਿੰਦਗੀ ਬਚਾਓ, ਫਿਰ ਮੈਂ ਤੁਹਾਨੂੰ ਇਹਦੇ
ਬਦਲੇ ਕੋਹਿਨੂਰ ਹੀਰਾ ਦਊਂਗੀ। ਤਾਂ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਕੀ ਕਰਦੇ ਨੇ, ਮਤਲਬ ਇਹਨਾਂ ਨੂੰ ਬਚਾਉਂਦੇ ਆ, ਤਾਂ ਫਿਰ ਇਸ ਦੇ ਸਿੱਟੇ ਵਜੋਂ ਹੀ ਇਹਨਾਂ ਨੂੰ ਕੋਹਿਨੂਰ ਪ੍ਰਾਪਤ ਹੁੰਦਾ। ਕਿੱਥੋਂ ਹੁੰਦਾ? ਵਫਾ ਬੇਗਮ ਕੋਲੋਂ। ਤੇ ਵਫਾ ਬੇਗਮ ਕੌਣ ਹੈ? ਸ਼ਾਹ ਸੁਜਾ ਦੀ ਪਤਨੀ ਹੈ, ਠੀਕ ਹੈ ਜੀ, ਇਹ ਯਾਦ ਰੱਖਣਾ ਤੁਸੀਂ। ਤਾਂ ਇਹ ਸੀਗੀ ਸਾਰੀ ਸਟੋਰੀ, ਹਾਲਾਂਕਿ ਮੈਂ ਬਹੁਤ ਸ਼ਾਰਟ ਸੁਣਾਈ ਹੈ, ਲੌਂਗ ਸਟੋਰੀ ਜੇ ਸੁਣਨੀ ਹੋਈ ਜਾਂ ਸਮਝਣੀ ਹੋਈ ਤਾਂ ਆਪਾਂ ਆਲਰੇਡੀ ਕਲਾਸ ਲਗਾਈ ਹੋਈ ਹੈ। ਅਗਲੇ ਕੁਐਸਚਨ ਵੱਲ ਮੂਵ ਕਰਦੇ ਹਾਂ ਜੀ। ਅਗਲਾ ਕੁਐਸਚਨ ਹੈਗਾ ਜੀ, ਮਹਾਰਾਜਾ ਰਣਜੀਤ ਸਿੰਘ ਜੀ ਤੇ ਅੰਗਰੇਜ਼ਾਂ ਦੇ ਵਿਚਕਾਰ ਪਹਿਲੀ ਸੰਧੀ ਕਦੋਂ ਤੇ ਕਿੱਥੇ ਹੋਈ? ਹੁਣ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਲੜਾਈਆਂ ਮਹੱਤਵਪੂਰਨ ਨੇ ਐਗਜ਼ਾਮ ਪੁਆਇੰਟ ਆਫ ਵਿਊ ਤੇ, ਉੱਥੇ ਸੰਧੀਆਂ ਵੀ ਮਹੱਤਵਪੂਰਨ ਨੇ। ਹੁਣ ਜਿਹੜਾ ਅਸਲੀ ਸ਼ਾਸਕ ਜਾਂ ਸਿਆਣਾ ਸ਼ਾਸਕ ਉਹ ਹੁੰਦਾ ਜਿਹੜਾ ਸਮੇਂ ਦੀ ਨਜ਼ਾਕਤ ਨੂੰ ਭਾਂਫ ਲੈਂਦਾ, ਤਾਂ ਉਹ ਹਰੇਕ ਥਾਂ ਤੇ ਲੜਾਈ ਨਹੀਂ ਕੀਤੀ ਜਾਂਦੀ ਹੁੰਦੀ, ਕਿਸੇ ਥਾਂ ਤੇ ਸਮਝੌਤੇ ਵੀ ਕਰਨੇ ਪੈਂਦੇ ਆ, ਠੀਕ ਹੈ। ਇਹ ਆਪਣੀ ਜ਼ਿੰਦਗੀ 'ਚ ਵੀ ਐਪਲੀਕੇਬਲ ਹੁੰਦੀਆਂ ਨੇ ਗੱਲਾਂ, ਠੀਕ ਹੈ। ਕਈ ਵਾਰੀ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਕਈ ਜਗ੍ਹਾ ਤੇ ਸਮਝੌਤੇ ਵੀ ਕਰਨੇ ਪੈਂਦੇ ਆ। ਤਾਂ ਹਾਲਾਂਕਿ ਜਿਹੜੀ ਸਭ ਤੋਂ ਪਹਿਲੀ ਜਿਹੜੀ ਸੰਧੀ ਕੀਤੀ ਗਈ ਹੈ ਰਾਜੇ, ਇਹ ਸਭ ਤੋਂ ਪਹਿਲਾਂ ਜਿਹੜੀ ਸੰਧੀ ਹੋਈ ਆਪਾਂ ਨੂੰ ਪਤਾ ਵੀ ਇਹ ਲਾਹੌਰ ਦੀ ਸੰਧੀ ਹੋਈ ਆ, ਠੀਕ ਹੈ। ਤਾਂ ਜੇ ਇਹਦਾ ਆਪਾਂ ਆਂਸਰ ਲਗਾਵਾਂਗੇ, ਆਂਸਰ ਤਾਂ ਆਪਣਾ ਥਰਡ ਆ ਜਾਊਗਾ, 1806 ਈਸਵੀ ਲਾਹੌਰ, ਠੀਕ ਹੈ। ਬੇਸਿਕਲੀ ਇਹ ਜਿਹੜੀ ਸੰਧੀ ਹੋਈ ਆ ਰਾਜੇ, ਇਹ 1 ਜਨਵਰੀ, ਠੀਕ ਹੈ ਜੀ, 1 ਜਨਵਰੀ 1806 ਨੂੰ ਹੋਈ ਸੀਗੀ ਲਾਹੌਰ ਦੀ। ਲਾਹੌਰ ਦੀ ਸੰਧੀ ਇਹਨੂੰ ਕਹਿੰਦੇ ਆ, ਠੀਕ ਹੈ, ਲਾਹੌਰ ਦੀ ਸੰਧੀ। ਇਹ ਸਭ ਤੋਂ ਪਹਿਲੀ ਸੰਧੀ ਹੈ, ਠੀਕ ਹੈ, ਜਿਹੜੀ ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਵਿਚਕਾਰ ਹੋਈ ਹੈ। ਹਾਲਾਂਕਿ ਇਹਦੇ ਵਿੱਚ ਹੋਇਆ ਕੀ ਸੀਗਾ, ਤੁਹਾਨੂੰ ਪਤਾ ਵੀ 1805 ਦੇ ਵਿੱਚ ਜਸਵੰਤ ਸਿੰਘ ਹੌਲਕਰ ਜਿਹੜੇ ਕਿ ਮਰਾਠਿਆਂ ਦੇ ਮੇਨ ਸਰਦਾਰ ਸੀਗੇ, ਉਹ ਮਦਦ ਵਾਸਤੇ ਆਏ ਸੀਗੇ ਮਹਾਰਾਜਾ ਰਣਜੀਤ ਸਿੰਘ ਜੀ ਕੋਲੋਂ। ਤਾਂ ਅੰਗਰੇਜ਼ਾਂ ਨੇ ਇਹ ਕਹਿ ਲਿਆ ਵੀ ਜੇ ਮਹਾਰਾਜਾ ਰਣਜੀਤ ਸਿੰਘ ਜੀ ਤੇ ਉਹ ਰਲ ਜਾਂਦੇ ਆ ਤਾਂ ਸਾਡੇ ਵਾਸਤੇ ਬਹੁਤ ਔਖਾ ਹੋ ਜਾਊਗਾ। ਤਾਂ ਫਿਰ ਇਸ ਸੰਧੀ ਦੇ ਵਿੱਚ ਹੀ ਇਹ ਮਹਾਰਾਜਾ ਸਾਹਿਬ ਤੋਂ ਪ੍ਰਣ ਲਿਆ ਗਿਆ ਵੀ ਤੁਸੀਂ ਅੰਗਰੇਜ਼ਾਂ ਦੇ ਵਿਰੁੱਧ ਮਰਾਠਿਆਂ ਦੀ ਜਾਂ ਮਰਾਠਿਆਂ ਦੀ ਤੁਸੀਂ ਕੀ ਕਰੋਗੇ, ਹੈਲਪ ਨਹੀਂ ਕਰੋਗੇ, ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਤੁਸੀਂ ਹੌਲਕਰ ਨੂੰ ਅੰਮ੍ਰਿਤਸਰ ਤੋਂ ਵੀ ਦੂਰ ਰੱਖਣ ਵਾਸਤੇ ਕੋਸ਼ਿਸ਼ਾਂ ਕਰੋਗੇ, ਤਾਂ ਅੰਗਰੇਜ਼ ਕਦੇ ਵੀ ਆਪਣੇ ਕੀ ਦਰਬਾਰੇ ਖਾਲਸਾ ਦੇ ਉੱਪਰ ਹਮਲਾ ਨਹੀਂ ਕਰਨਗੇ। ਤਾਂ ਕਹਿਣ ਦਾ ਭਾਵ ਕੀ ਹੈਗਾ ਵੀ ਇਹਦੇ ਵਿੱਚ ਮੇਨਲੀ ਕੀ ਕੀਤਾ ਗਿਆ, ਕੰਪਰੋਮਾਈਜ਼ ਕੀਤਾ ਗਿਆ। ਤੇ ਇਸ ਸੰਧੀ ਦੇ ਵਿੱਚ ਜਿਹੜੇ ਸਿਗਨੇਚਰ ਹੋਏ ਨੇ, ਸਿੱਖਾਂ ਵੱਲੋਂ ਸਿਗਨੇਚਰ ਕਿਹਨੇ ਕੀਤੇ ਆ, ਇਹ ਵੀ ਪੁੱਛਿਆ ਜਾਂਦਾ ਹੁੰਦਾ। ਸਿੱਖਾਂ ਵੱਲੋਂ ਸਿਗਨੇਚਰ ਕੀਤੇ ਸੀਗੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਕੀਤੇ ਸੀਗੇ, ਠੀਕ ਹੈ ਜੀ। ਤੇ ਇੱਕ ਉਹਨਾਂ ਦੇ ਨਾਲ ਸੀਗੇ ਫਤਿਹ ਸਿੰਘ ਆਲੂਵਾਲੀਆ ਜੀ, ਠੀਕ ਹੈ ਜੀ, ਫਤਿਹ ਸਿੰਘ ਆਲੂਵਾਲੀਆ ਜੀ ਨੇ ਕੀਤੇ ਆ। ਤੇ ਅੰਗਰੇਜ਼ਾਂ ਵੱਲੋਂ ਕਿਹਨੇ ਕੀਤੇ ਆ, ਜੇ ਤੁਹਾਨੂੰ ਪਤਾ ਹੋਇਆ ਕਮੈਂਟ ਕਰ ਦਿਓ, ਨਹੀਂ ਫਿਰ ਅਗਲਾ ਕੁਐਸਚਨ ਇਸੇ ਤੇ ਹੀ ਹੈ, ਠੀਕ ਹੈ ਜੀ। ਇਹ ਲਾਹੌਰ ਦੀ ਸੰਧੀ ਹੈ ਰਾਜੇ। ਚਲੋ ਜੀ, ਆਪਾਂ ਅੱਗੇ ਗੱਲ ਕਰਦੇ ਹਾਂ ਜਸਵੰਤ ਸਿੰਘ ਹੌਲਕਰ ਕਰਕੇ ਮੇਨ ਇਹ ਸੰਧੀ ਹੋਈ ਸੀਗੀ। ਅਗਲਾ ਗੱਲ ਕਰਦੇ ਹਾਂ ਜੀ ਆਪਾਂ ਲਾਹੌਰ ਦੀ ਸੰਧੀ ਤੇ ਅੰਗਰੇਜ਼ਾਂ ਵੱਲੋਂ ਕਿਸਨੇ ਹਸਤਾਖਰ ਕੀਤੇ। ਉਧਰੋਂ ਤਾਂ ਰਣਜੀਤ ਸਿੰਘ ਜੀ ਤੇ ਫਤਿਹ ਸਿੰਘ ਆਲੂਵਾਲੀਆ ਜੀ ਨੇ ਕੀਤੇ ਆ, ਤੇ ਇਧਰੋਂ ਅੰਗਰੇਜ਼ਾਂ ਵੱਲੋਂ ਕਿਹਨੇ ਕੀਤੇ ਆ? ਅੰਗਰੇਜ਼ਾਂ ਵੱਲੋਂ ਕੀਤੇ ਰਾਜੇ ਜੌਨ ਮੈਲਕਮ ਨੇ ਕੀਤੇ ਆ, ਠੀਕ ਹੈ ਜੀ, ਜੌਨ ਮੈਲਕਮ, ਠੀਕ ਹੈ, ਯਾਦ ਰੱਖ ਲਿਓ। ਅੱਗੇ ਗੱਲ ਕਰਦੇ ਹਾਂ ਜੀ ਆਪਾਂ ਅੰਮ੍ਰਿਤਸਰ ਸਾਹਿਬ ਦੀ ਸੰਧੀ ਕਦੋਂ ਹੋਈ ਹੈ। ਹੁਣ ਇਹ ਵੀ ਸੰਧੀ ਆਪਣੇ ਵਾਸਤੇ ਇੰਪੋਰਟੈਂਟ ਹੈਗੀ ਹੈ, ਵੈਸੇ ਹੈ ਤਾਂ ਬਹੁਤ ਸੌਖੀ ਹੈ ਕਿਉਂਕਿ ਤੁਸੀਂ ਪੜਿਆ ਹੋਊਗਾ, ਜਦੋਂ ਅੰਮ੍ਰਿਤਸਰ ਦੀ ਸੰਧੀ ਹੁੰਦੀ ਹੈ ਤਾਂ ਇੱਕ ਦਰਿਆ ਦਾ ਜ਼ਿਕਰ ਹੁੰਦਾ ਹੈ। ਕਿਹੜਾ ਦਰਿਆ ਦਾ ਜ਼ਿਕਰ ਹੁੰਦਾ ਰਾਜੇ? ਸਤਲੁਜ ਦਾ ਜ਼ਿਕਰ ਹੁੰਦਾ ਹੈ ਕਿ ਸਤਲੁਜ ਦੇ ਚੜ੍ਹਦੇ ਵਾਲੇ ਪਾਸੇ ਕਿਹਦਾ ਰਾਜ ਹੋਊਗਾ ਰਾਜੇ? ਚੜ੍ਹਦੇ ਵਾਲੇ ਪਾਸੇ ਕਿਹਦਾ ਰਾਜ ਹੋਊਗਾ? ਸਿੱਖਾਂ ਦਾ ਰਾਜ ਹੋਊਗਾ ਤੇ ਇੱਧਰ ਅੰਗਰੇਜ਼ਾਂ ਦਾ ਰਾਜ ਹੋਊਗਾ। ਤੇ ਇਹ ਆਪਸ ਵਿੱਚ ਮਤਲਬ ਇਹਦੇ ਟੱਪ ਕੇ ਨਹੀਂ ਆ ਸਕਦੇ, ਇਹਨਾਂ ਨੇ ਹੱਦਬੰਦੀ ਕਰਤੀ ਸੀਗੀ ਸਤਲੁਜ ਦਰਿਆ ਦੀ। ਤਾਂ ਇਹਨੂੰ ਆਪਾਂ ਕਹਿ ਦਿੰਦੇ ਹਾਂ ਅੰਮ੍ਰਿਤਸਰ ਦੀ ਸੰਧੀ ਰਾਜੇ, ਠੀਕ ਹੈ ਜੀ। ਇਹ ਅੰਮ੍ਰਿਤਸਰ ਦੀ ਸੰਧੀ ਹੋਈ ਕਦੋਂ ਸੀਗੀ? 25 ਅਪ੍ਰੈਲ 1809 ਨੂੰ ਹੋਈ ਸੀਗੀ, ਠੀਕ ਹੈ ਜੀ। ਤਾਂ ਇਹ ਆਪਣਾ ਸੈਕੰਡ ਆਂਸਰ ਬਣ ਜਾਊਗਾ, 25 ਅਪ੍ਰੈਲ 1809 ਨੂੰ ਹੋਏ ਸੀ, ਇਹ ਹੱਦਬੰਦੀ ਕੀਤੀ ਗਈ ਸੀਗੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਪ੍ਰਬੰਧ ਦੀ। ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਤਾਂ ਇੱਕ ਉਸ ਟਾਈਮ ਦਾ ਇਹ ਜਿਹੜਾ ਡਾਕੂਮੈਂਟ ਵੀ ਹੈਗਾ ਅੰਗਰੇਜ਼ਾਂ ਵੱਲੋਂ ਜਿਹੜਾ ਕਿ ਜਨਤਕ ਕੀਤਾ ਗਿਆ, ਇਹ ਕੁਦਰਤੀ ਮੈਨੂੰ ਫੋਟੋ ਮਿਲੀ ਸੀਗੀ ਇਸ ਕਰਕੇ ਮੈਂ ਤੁਹਾਨੂੰ ਸ਼ੇਅਰ ਕਰਤੀ। ਤਾਂ ਇਹ ਉਸ ਟਾਈਮ ਦੀ ਓਰਿਜਿਨਲ ਡਾਕੂਮੈਂਟ ਹੈ ਜਿਸ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੀ ਸਾਈਨ ਹੋਏ ਹੋਏ ਆ ਤੇ ਅੰਗਰੇਜ਼ਾਂ ਦੇ ਜੌਨ ਮੈਲਕਮ ਦੇ ਵੀ ਹੋਏ ਹੋਏ ਆ। ਅੱਗੇ ਚੱਲਦੇ ਹਾਂ ਜੀ ਆਪਾਂ।
ਅਗਲਾ ਕੁਸ਼ਚਨ ਆ ਗਿਆ ਜੀ, ਮਹਾਰਾਜਾ ਰਣਜੀਤ ਸਿੰਘ ਜੀ ਨੇ ਵਦਨੀ ਪਿੰਡ ਕਿਸ ਨੂੰ ਦਿੱਤਾ? ਠੀਕ ਹੈ ਜੀ, ਹੁਣ ਇਹਦੇ ਵਿੱਚ ਪਤਾ ਕੀ ਗੱਲ ਹੈ, ਵਦਨੀ ਪਿੰਡ ਦਾ ਵੀ ਬਹੁਤ ਰੇਡ ਘਾ ਰਿਹਾ ਹੈ। ਮੇਨ ਪਤਾ ਕੀ ਸੀ, ਚੱਕਰ ਸੀਗਾ 1809 ਤੋਂ ਲੈ ਕੇ 1830 ਈਸਵੀ ਤੱਕ, ਠੀਕ ਹੈ ਜੀ, 1809 ਤੋਂ ਲੈ ਕੇ 1830 ਈਸਵੀ ਤੱਕ ਰਣਜੀਤ ਸਿੰਘ ਜੀ ਤੇ ਅੰਗਰੇਜ਼ਾਂ ਦੇ ਵਿਚਕਾਰ ਨਾ ਕਦੇ ਕਦੇ ਮਤਲਬ ਅਣਬਣ ਚੱਲਦੀ ਰਹਿੰਦੀ ਸੀ। ਕਦੇ ਮਤਲਬ ਕਿ ਕੋਈ ਸਮਝੌਤਾ ਹੋ ਗਿਆ, ਕਦੇ ਕੋਈ ਲੜਾਈ ਹੋ ਗਈ, ਕਦੇ ਸਮਝੌਤਾ ਹੋ ਗਿਆ, ਕੋਈ ਸੰਧੀ ਹੋ ਗਈ, ਤਾਂ ਕਹਿਣ ਦਾ ਮਤਲਬ ਹੈਗਾ ਇਹ ਰਿੜਕਾ ਚੱਲਦਾ ਰਹਿੰਦਾ ਸੀਗਾ। ਤਾਂ 1827 ਦੇ ਵਿੱਚ ਅੰਗਰੇਜ਼ਾਂ ਨੇ ਇਹ ਜਿਹੜਾ ਪਿੰਡ ਹੈਗਾ ਇਹ ਮਹਾਰਾਜਾ ਸਾਹਿਬ ਦੇ ਸਪੁਰਦ ਕਰਤਾ ਸੀਗਾ, ਠੀਕ ਹੈ। 1827 ਈਸਵੀ ਨੂੰ ਇਹ ਜਿਹੜਾ ਪਿੰਡ ਹੈਗਾ ਇੱਥੇ ਮਤਲਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਕਬਜ਼ਾ ਮੰਨ ਲਿਆ ਸੀਗਾ ਅੰਗਰੇਜ਼ਾਂ ਨੇ। ਫਿਰ ਇਹ ਜਿਹੜਾ ਪਿੰਡ ਹੈਗਾ ਇਹ ਮਹਾਰਾਜਾ ਸਾਹਿਬ ਨੇ ਕਿਹਨੂੰ ਦਿੱਤਾ ਸੀਗਾ? ਤਾਂ ਇਹ ਦਿੱਤਾ ਸੀਗਾ ਇਹਨਾਂ ਨੇ ਸਦਾ ਕੌਰ ਜੀ ਨੂੰ, ਠੀਕ ਹੈ ਜੀ। ਕਿਹਨੂੰ ਦਿੱਤਾ ਸੀਗਾ? ਸਦਾ ਕੌਰ ਜੀ ਨੂੰ ਦਿੱਤਾ ਸੀਗਾ, ਠੀਕ ਹੈ ਜੀ, ਯਾਦ ਰੱਖ ਲਿਓ। ਹੁਣ ਮੈਨੂੰ ਕਮੈਂਟ ਵਿੱਚ ਤੁਸੀਂ ਇਹ ਦੱਸਣਾ ਵੀ ਸਦਾ ਕੌਰ ਕੌਣ ਸੀਗੇ, ਠੀਕ ਹੈ ਜੀ, ਸਦਾ ਕੌਰ ਕੌਣ ਸੀਗੇ, ਇਹਨਾਂ ਦੇ ਮਾਤਾ ਜੀ ਸੀਗੇ, ਇਹਨਾਂ ਦੇ ਸੱਸ ਸੀਗੇ, ਇਹਨਾਂ ਦੇ ਘਰ ਵਾਲੀ ਸੀਗੇ, ਇਹ ਕੌਣ ਸੀਗੇ, ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੱਸਣਾ, ਕਿਉਂਕਿ ਸਭ ਤੋਂ ਸੌਖਾ ਕੁਸ਼ਚਨ ਹੈ, ਹਾਲਾਂਕਿ ਮੈਂ ਇਹ ਕੁਸ਼ਚਨ ਅੱਗੇ ਪੁੱਛਿਆ ਵੀ ਹੋਇਆ, ਪਰ ਤੁਸੀਂ ਕਮੈਂਟ ਕਰ ਦਿਓ ਜੇ ਤੁਹਾਨੂੰ ਪਤਾ ਹੈਗਾ ਤਾਂ। ਅੱਗੇ ਚੱਲਦੇ ਹਾਂ ਜੀ ਆਪਾਂ, ਅੱਗੇ ਆ ਗਿਆ ਜੀ, ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਸਾਮਰਾਜ ਨੂੰ ਕਿੰਨੇ ਸੂਬਿਆਂ ਦੇ ਵਿੱਚ ਵੰਡਿਆ ਹੋਇਆ ਸੀ? ਕਿੰਨੇ ਸੂਬਿਆਂ ਵਿੱਚ ਵੰਡਿਆ ਹੋਇਆ ਸੀ ਇਹ ਆਪਾਂ ਗੱਲ ਬਾਅਦ 'ਚ ਕਰਾਂਗੇ, ਪਹਿਲਾਂ ਆਪਾਂ ਸਮਝਦੇ ਹਾਂ ਵੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੰਨਾ ਵੱਡਾ ਜਿਹੜਾ ਆਪਣਾ ਰਾਜ ਪ੍ਰਬੰਧ ਹੈਗਾ ਉਹਨੂੰ ਚਲਾਇਆ ਕਿਵੇਂ ਆ, ਠੀਕ ਹੈ, ਚਲਾਇਆ ਕਿਵੇਂ ਆ। ਸਭ ਤੋਂ ਪਹਿਲਾਂ ਤਾਂ ਜਿਹੜਾ ਆਪਣਾ ਰਾਜ ਪ੍ਰਬੰਧ ਹੈਗਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਚਾਰ ਸੂਬਿਆਂ ਦੇ ਵਿੱਚ ਵੰਡਿਆ ਹੋਇਆ ਸੀਗਾ। ਚਾਰ ਸੂਬੇ ਕਿਹੜੇ ਕਿਹੜੇ ਬਣਾਤੇ ਸੀਗੇ ਇਹਨਾਂ ਨੇ? ਚਾਰ ਪਾਰਟ ਬਣਾਤੇ ਸੀ, ਸੂਬਾ ਲਾਹੌਰ, ਸੂਬਾ ਮਲਤਾਨ, ਸੂਬਾ ਕਸ਼ਮੀਰ, ਸੂਬਾ ਪਸ਼ਾਵਰ, ਠੀਕ ਹੈ। ਹੁਣ ਸਭ ਤੋਂ ਪਹਿਲਾਂ ਇਹ ਗੱਲ ਆ ਵੀ ਜਿਹੜਾ ਹੁਣ ਸੂਬਾ ਹੋ ਗਿਆ, ਹਰੇਕ ਸੂਬੇ ਦੇ ਵਿੱਚ ਕੀ ਲਗਾਇਆ ਗਿਆ? ਇੱਕ ਹੈੱਡ ਲਗਾਇਆ ਗਿਆ, ਉਸ ਹੈੱਡ ਨੂੰ ਕਹਿ ਦਿੰਦੇ ਆ ਨਾਜ਼ਮ, ਠੀਕ ਹੈ, ਨਾਜ਼ਮ ਬਿੰਦੀ ਨਾਲ ਵੀ ਪਾ ਦਿੰਦੇ ਆ, ਸਿੰਪਲ ਵੀ ਪਾ ਦਿੰਦੇ ਆ। ਕੀ ਲਗਾਇਆ ਗਿਆ ਰਾਜੇ? ਨਾਜ਼ਮ ਲਗਾਇਆ ਗਿਆ। ਕਿਹਦੇ ਵਿੱਚ? ਸੂਬੇ ਦੇ ਵਿੱਚ ਲਗਾਇਆ ਗਿਆ। ਜਿਹੜੇ ਹੁਣ ਸੂਬੇ ਹੈਗੇ ਆ ਅੱਗੇ ਉਹ ਕਈ ਪਰਗਣਿਆਂ ਦੇ ਵਿੱਚ ਵੰਡੇ ਗਏ, ਠੀਕ ਹੈ, ਸੂਬੇ ਦੇ ਅੱਗੇ ਸਬ ਪਾਰਟ ਕੀਤੇ ਗਏ, ਉਹਨੂੰ ਕਹਿ ਦਿੰਦੇ ਆ ਪਰਗਣੇ। ਕੀ ਕਹਿ ਦਿੰਦੇ ਆ? ਪਰਗਣੇ, ਠੀਕ ਹੈ ਜੀ, ਕਈ ਪਰਗਣਿਆਂ ਦੇ ਵਿੱਚ ਵੰਡਿਆ ਗਿਆ। ਹੁਣ ਪਰਗਣੇ ਦਾ ਹੈੱਡ ਕੌਣ ਹੁੰਦਾ ਸੀਗਾ? ਇਹ ਵੀ ਕਈ ਵਾਰ ਪੁੱਛ ਲੈਂਦੇ ਆ। ਪਰਗਣੇ ਦਾ ਮੁੱਖ ਹੈੱਡ ਹੁੰਦਾ ਸੀਗਾ ਕਾਰਦਾਰ। ਕੌਣ ਹੁੰਦਾ ਸੀਗਾ? ਕਾਰਦਾਰ ਹੋ ਸਕਦਾ ਸੀਗਾ, ਕਾਨਗੋ ਹੋ ਸਕਦਾ ਸੀਗਾ, ਠੀਕ ਹੈ ਜੀ, ਕਾਨਗੋ ਹੋ ਸਕਦਾ ਸੀਗਾ, ਕਾਰਦਾਰ ਹੋ ਸਕਦਾ ਸੀਗਾ, ਮੁਕੱਦਮ ਹੋ ਸਕਦਾ ਸੀਗਾ, ਠੀਕ ਹੈ ਜੀ, ਇਹ ਸਾਰੇ ਯਾਦ ਰੱਖਣੇ ਆ। ਇਹ ਸਾਰੇ ਬੰਦੇ ਹੈੱਡ ਹੋ ਸਕਦੇ ਸੀ ਪਰਗਣਿਆਂ ਦੇ। ਤੇ ਪਰਗਣਿਆਂ ਤੋਂ ਅੱਗੇ ਫਿਰ ਕਹਿੰਦੇ ਜੀ ਸਭ ਤੋਂ ਛੋਟੀ ਜਿਹੜੀ ਇਕਾਈ ਹੈ, ਸਭ ਤੋਂ ਛੋਟੀ ਇਕਾਈ ਜਿਹੜੀ ਸੀਗੀ ਅੱਗੇ ਸੀਗੇ ਉਹ ਆਪਣੇ ਕੋਲੇ ਸੀਗੇ ਮੌਜੇ, ਠੀਕ ਹੈ, ਮੌਜਿਆਂ ਦੇ ਵਿੱਚ ਵੰਡਿਆ ਸੀਗਾ। ਮੌਜਿਆਂ, ਮੌਜੇ ਕੀ ਹੁੰਦੇ ਆ? ਪਿੰਡ ਕਹਿ ਦਿੰਦੇ ਜਿਹਨੂੰ ਆਪਾਂ ਅੱਜ ਕੱਲ੍ਹ ਪਿੰਡ ਕਹਿ ਦਿੰਦੇ ਹਾਂ, ਤਾਂ ਪਿੰਡਾਂ ਦੇ ਵਿੱਚ ਵੰਡਿਆ ਗਿਆ ਸੀਗਾ। ਤੇ ਪਿੰਡਾਂ ਦਾ ਮੇਨ ਅਧਿਕਾਰ ਕਿਹਦੇ ਕੋਲੇ ਹੁੰਦਾ ਸੀਗਾ? ਪਿੰਡਾਂ ਦੀ ਪੰਚਾਇਤਾਂ ਕੋਲੇ ਸੀਗਾ, ਉਹੀ ਫੈਸਲੇ ਕਰਦੀਆਂ ਸੀਗੀਆਂ। ਤਾਂ ਇਸ ਤਰ੍ਹਾਂ ਸਾਰਾ ਰਾਜ ਪ੍ਰਬੰਧ ਚੱਲਦਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਦਾ, ਠੀਕ ਹੈ ਜੀ। ਤਾਂ ਚਾਰ ਸੂਬਿਆਂ ਦੇ ਵਿੱਚ ਵੰਡਿਆ ਸੀਗਾ, ਸੂਬੇ ਦਾ ਹੈੱਡ ਨਾਜ਼ਮ ਸੀਗਾ, ਤੇ ਸੂਬੇ ਅੱਗੇ ਪਰਗਣਿਆਂ 'ਚ ਵੰਡੇ ਸੀ, ਪਰਗਣਿਆਂ ਦਾ ਜਿਹੜਾ ਸਰਦਾਰ ਸੀਗਾ ਉਹ ਕਾਰਦਾਰ ਹੁੰਦਾ ਸੀਗਾ, ਤੇ ਸਭ ਤੋਂ ਛੋਟੀ ਇਕਾਈ ਜਿਹੜੇ ਸੀਗੇ ਇਹ ਮੌਜੇ ਸੀਗੇ, ਮੌਜਿਆਂ ਨੂੰ ਕਹਿ ਦਿੰਦੇ ਆ ਪਿੰਡ, ਠੀਕ ਹੈ। ਇਹ ਸਾਰਾ ਚੀਜ਼ ਤੁਸੀਂ ਸਮਝਣੀ ਹੈ, ਇਹ ਅੱਗੇ ਕੁਐਸਚਨ ਪੁੱਛਿਆ ਵੀ ਹੋਇਆ, ਤੁਹਾਨੂੰ ਆ ਵੀ ਸਕਦਾ। ਅੱਗੇ ਆਪਾਂ ਗੱਲ ਕਰ ਸਕਦੇ ਆ, ਇੱਕ ਤਿੰਨ ਪੱਖੀ ਜਾਂ ਤ੍ਰੈ ਪੱਖੀ ਸੰਧੀ ਹੋਈ ਸੀਗੀ ਰਾਜੇ, ਸਿੱਖਾਂ ਦੇ ਵਿਚਕਾਰ ਤੇ ਅੰਗਰੇਜ਼ਾਂ ਦੇ ਵਿਚਕਾਰ, ਤੇ ਇੱਕ ਬੰਦਾ ਹੋਰ ਸੀਗਾ। ਤੁਸੀਂ ਮੈਨੂੰ ਦੱਸਣਾ ਵੀ ਇਹ ਜਿਹੜੀ ਸੰਧੀ ਹੋਈ ਆ ਇਹ ਹੋਈ ਕਦੋਂ ਆ, ਠੀਕ ਹੈ। ਜੇ ਤੁਹਾਨੂੰ ਪਤਾ ਹੋਊਗਾ ਕਮੈਂਟ ਨਾਲ ਨਾਲ ਜ਼ਰੂਰ ਕਰਨੇ ਆ, ਨਹੀਂ ਹਾਲਾਂਕਿ ਆਪਣੇ ਕਾਪੀ ਤੇ ਨੋਟ ਕਰ ਲੈਣਾ। ਇਹ ਜਿਹੜੀ ਸੰਧੀ ਹੋਈ ਆ ਰਾਜੇ 26 ਜੂਨ, ਸੌਰੀ, 26 ਜੂਨ 1838 ਨੂੰ ਹੋਈ ਸੀਗੀ, ਠੀਕ ਹੈ ਜੀ। ਹੁਣ ਇਹ ਤ੍ਰੈ ਪੱਖੀ ਸੰਧੀ ਤਾਂ ਬੋਲਦੇ ਜਿਹ 'ਚ ਤਿੰਨ ਧਿਰਾਂ ਸੀਗੀਆਂ, ਠੀਕ ਹੈ ਜੀ, ਤਿੰਨ ਧਿਰਾਂ ਸੀਗੀਆਂ। ਹੁਣ ਬੇਸਿਕਲੀ ਇਹ ਸੰਧੀ ਦੀ ਜ਼ਰੂਰਤ ਕਿਉਂ ਪਈ ਹੈ? ਇਹ ਸੰਧੀ ਦੀ ਜ਼ਰੂਰਤ ਪਈ ਸੀਗੀ ਅੰਗਰੇਜ਼ਾਂ ਨੂੰ। ਅੰਗਰੇਜ਼ ਪਤੰਦਰ ਬਾਹਲੇ ਚਲਾਕ ਸੀਗੇ, ਜਦੋਂ ਉਹਨਾਂ ਨੂੰ ਐਂ ਲੱਗਦਾ ਸੀਗਾ ਵੀ ਉਹ ਤੀਜੀ ਧਿਰ ਸਾਡੇ ਤੇ ਹਮਲਾ ਕਰਨ ਆ ਰਹੀ ਹੈ, ਤਾਂ ਉਹ ਸਰਕਾਰੇ ਖਾਲਸਾ ਨਾਲ ਕੀ ਕਰ ਲੈਂਦੇ ਸੀਗੇ? ਸੰਧੀ ਕਰ ਲੈਂਦੇ ਸੀਗੇ। ਹੁਣ ਤੁਹਾਨੂੰ ਮੈਂ ਦੱਸਦਾ ਇਹ ਵਿੱਚ ਸਾਰੀ ਸਟੋਰੀ ਹੈ ਕੀ ਸੀਗਾ। ਸਭ ਤੋਂ ਪਹਿਲਾਂ ਕੀ ਸੀਗਾ, ਅਫਗਾਨਿਸਤਾਨ ਦੇ ਨਾਲ ਵੀ ਇਹਨਾਂ ਦੀ ਮਿੱਤਰਤਾ ਸੀਗੀ। ਕਿਹਦੀ? ਅੰਗਰੇਜ਼ਾਂ ਦੀ,
ਠੀਕ ਹੈ, ਅਫਗਾਨਿਸਤਾਨ ਦੇ ਨਾਲ ਵੀ ਕੀ ਕਰਦੇ ਸੀ, ਮਿੱਤਰਤਾ ਬਣਾ ਕੇ ਰੱਖਦੇ ਸੀਗੇ। ਠੀਕ ਹੈ, ਹੁਣ ਅਫਗਾਨਿਸਤਾਨ ਦੇ ਵਿੱਚ ਕੀ ਹੋਇਆ ਵੀ ਇੱਕ ਰੂਸ ਤੇ ਇੱਕ ਇਰਾਨ, ਇਰਾਨ ਤੇ ਰੂਸ ਦੇ ਜਿਹੜੀ ਮਿੱਤਰਤਾ ਹੈਗੀ ਆ ਉਹ ਅਫਗਾਨਿਸਤਾਨ ਵਿੱਚ ਵੱਧਦੀ ਜਾ ਰਹੀ ਸੀ। ਹਾਲਾਂਕਿ ਜਿਹੜਾ ਉਸ ਟਾਈਮ ਤੇ ਅਫਗਾਨਿਸਤਾਨ ਦਾ ਜਿਹੜਾ ਸੀਗਾ ਮੇਨ ਦੀਵਾਨ ਕਹਿ ਲਓ ਉਦੋਂ ਸੀਗਾ ਮੁਹੰਮਦ ਖਾਨ। ਹਾਲਾਂਕਿ ਮੁਹੰਮਦ ਖਾਨ ਕੀ ਸੀਗਾ, ਅੰਗਰੇਜ਼ਾਂ ਦਾ ਬਹੁਤ ਵੱਡਾ ਦੋਸਤ ਸੀਗਾ, ਪਰ ਉਹਨੇ ਜਦੋਂ ਕਹਿੰਦੇ ਵੀ ਰੂਸ ਤੇ ਇਰਾਨ ਦੇ ਨਾਲ ਉਹਨੇ ਸੰਬੰਧ ਆਪਣੇ ਬਣਾਉਣੇ ਸ਼ੁਰੂ ਕਰਤੇ ਸੀ, ਮਤਲਬ ਕਿ ਅੰਦਰ ਖਾਤੇ ਅੰਗਰੇਜ਼ਾਂ ਦੇ ਵਰਖਲਾਫ ਹੋਣਾ ਸ਼ੁਰੂ ਹੋ ਗਿਆ ਸੀਗਾ। ਤੇ ਅੰਗਰੇਜ਼ ਤਾਂ ਤੁਹਾਨੂੰ ਪਤਾ ਚੱਪੇ ਚੱਪੇ ਦੀ ਖਬਰ ਰੱਖਦੇ ਸੀ, ਇਹਨਾਂ ਨੇ ਕਿਹਾ ਵੀ ਇਸ ਤੋਂ ਪਹਿਲਾਂ ਵੀ ਰੂਸ ਤੇ ਇਰਾਨ ਦੇ ਨਾਲ ਮਿਲ ਕੇ ਅਫਗਾਨਿਸਤਾਨ ਵਾਲੇ ਸਾਡੇ ਤੇ ਹਮਲਾ ਕਰਨ, ਕਿਉਂ ਨਾ ਆਪਾਂ ਅਫਗਾਨਿਸਤਾਨ ਨੂੰ ਕੈਪਚਰ ਕਰ ਲਈਏ, ਤੇ ਅਫਗਾਨਿਸਤਾਨ ਨੂੰ ਕੈਪਚਰ ਉਹ ਇਕੱਲੇ ਨਹੀਂ ਕਰ ਸਕਦੇ ਸੀ ਸਿੱਖਾਂ ਦੀ ਮਦਦ ਤੋਂ ਬਿਨਾਂ। ਠੀਕ ਹੈ ਜੀ, ਤਾਂ ਇਸ ਕਰਕੇ ਉਸ ਟਾਈਮ ਦਾ ਜਿਹੜਾ ਭਾਰਤ ਦਾ ਗਵਰਨਰ ਜਨਰਲ ਸੀਗਾ ਨਾ, ਗਵਰਨਰ ਜਨਰਲ ਸੀਗਾ ਭਾਰਤ ਦਾ ਲਾਰਡ ਆਕਲੈਂਡ। ਠੀਕ ਹੈ ਜੀ, ਕੌਣ ਸੀਗਾ, ਲਾਰਡ ਆਕਲੈਂਡ ਸੀਗਾ, ਆਕਲੈਂਡ ਕਹਿ ਦਿੰਦੇ ਆ। ਤਾਂ ਲਾਰਡ ਆਕਲੈਂਡ ਨੇ ਕੀ ਬਣਾਈ, ਇੱਕ ਯੋਜਨਾ ਬਣਾਈ, ਉਹਨੇ ਕੀ ਕੀਤਾ, ਇੱਕ ਨਾ ਆਪਣੇ ਅਫਗਾਨਿਸਤਾਨ ਦਾ, ਮੈਂ ਭੁੱਲ ਗਿਆ ਉਹਦਾ ਨਾਮ, ਅਫਗਾਨਿਸਤਾਨ ਦਾ ਐਕਸ ਸ਼ਾਸਕ ਕਹਿ ਲਓ, ਹਾਂ ਸ਼ਾਹ ਸ਼ੁਜਾ, ਸ਼ਾਹ ਸ਼ੁਜਾ ਨੂੰ ਦੁਬਾਰਾ ਕਹਿੰਦੇ ਵੀ ਮਤਲਬ ਅਫਗਾਨਿਸਤਾਨ ਦਾ ਸ਼ਾਸਕ ਵਾਸਤੇ ਬਣਾਉਣ ਵਾਸਤੇ ਅਫਗਾਨਿਸਤਾਨ ਨੂੰ ਜਿੱਤਣ ਦੀ ਯੋਜਨਾ ਬਣਾਈ ਗਈ। ਤਾਂ ਸ਼ਾਹ ਸ਼ੁਜਾ ਨੂੰ ਤਾਂ ਆਪਣੇ ਨਾਲ ਰਲਾ ਹੀ ਲਿਆ, ਤੇ ਨਾਲ ਕਿਹਨੂੰ ਰਲਾ ਲਿਆ, ਮਹਾਰਾਜਾ ਰਣਜੀਤ ਸਿੰਘ ਜੀ ਨੂੰ ਰਲਾ ਲਿਆ। ਤਾਂ ਫਿਰ ਇੱਥੇ ਇੱਕ ਸੰਧੀ ਕੀਤੀ ਗਈ। ਤਾਂ ਇਸ ਸੰਧੀ ਦੇ ਵਿੱਚ ਮੇਨ ਮੋਟਿਵ ਕੀ ਸੀਗਾ ਅੰਗਰੇਜ਼ਾਂ ਦਾ, ਰੂਸ ਤੇ ਇਰਾਨ ਤੇ ਅਫਗਾਨਿਸਤਾਨ ਦੇ ਹਮਲੇ ਤੋਂ ਬਚਣਾ, ਤੇ ਸ਼ਾਹ ਸ਼ੁਜਾ ਨੂੰ ਇੱਕ ਕਹਿ ਲਓ ਵੀ ਇੱਕ ਲਾਲਚ ਦਿੱਤਾ ਗਿਆ ਵੀ ਤੈਨੂੰ ਦੁਬਾਰਾ ਬਣਾਇਆ ਜਾਊਗਾ ਅਫਗਾਨਿਸਤਾਨ ਦਾ ਸ਼ਾਸਕ, ਤੇ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਮਿਲਾਇਆ ਗਿਆ। ਠੀਕ ਹੈ ਜੀ, ਤਾਂ ਇਹ ਤ੍ਰੈਪੱਖੀ ਸੰਧੀ ਹੋਈ ਹੈ, ਇਹਨੂੰ ਤ੍ਰੈਪੱਖੀ ਤਾਂ ਹੀ ਕਹਿੰਦੇ ਆ, ਇੱਕ ਪਾਸੇ ਅੰਗਰੇਜ਼ ਸੀਗੇ, ਇੱਕ ਪਾਸੇ ਮਹਾਰਾਜਾ ਰਣਜੀਤ ਸਿੰਘ ਜੀ ਸੀਗੇ, ਤੇ ਇੱਕ ਪਾਸੇ ਸੀਗਾ ਸ਼ਾਹ ਸ਼ੁਜਾ ਜਿਹੜਾ ਕਿ ਅਫਗਾਨਿਸਤਾਨ ਦਾ ਸਾਬਕਾ ਰੂਲਰ ਸੀਗਾ, ਤੇ 26 ਜੂਨ 1838 ਨੂੰ ਇਹ ਤ੍ਰੈਪੱਖੀ ਸੰਧੀ ਹੋਈ ਸੀਗੀ। ਅੱਗੇ ਚੱਲਦੇ ਹਾਂ ਜੀ ਆਪਾਂ, ਇੱਕ ਮਿੰਟ ਮੈਂ ਚੈੱਕ ਕਰਨਾ ਬੇਟੇ, ਬਸ ਵੀਡੀਓ ਠੀਕ ਚੱਲ ਰਹੀ ਹੈ ਕਈ ਵਾਰੀ ਨਾ। ਹਾਂ ਓਕੇ ਹੈ, ਠੀਕ ਹੈ ਜੀ, ਡਿਸਟਰਕਸ਼ਨ ਵਾਸਤੇ ਮਾਫੀ ਆ ਬੇਟੇ, ਵਿੱਚ ਨਾ ਕਈ ਵਾਰੀ ਮੈਨੂੰ ਐਂ ਲੱਗਦਾ ਵੀ ਰਿਕਾਰਡਿੰਗ ਨਹੀਂ ਹੁੰਦੀ। ਤਾਂ ਜੇ ਕਲਾਸ ਵਧੀਆ ਲੱਗ ਰਹੀ ਆ ਲਾਈਕ ਸ਼ੇਅਰ ਕਰ ਦਿਓ, ਹਾਲਾਂਕਿ ਮੈਂ ਬਹੁਤ ਆਰਾਮ ਦੇ ਨਾਲ ਕਲਾਸ ਲਗਾ ਰਿਹਾ, ਜੇ ਕਿਸੇ ਨੇ ਫਾਸਟ ਕਰਨੀ ਹੈ ਤਾਂ ਫਾਸਟ ਦੀ ਆਪਸ਼ਨ ਆਉਂਦੀ ਹੈ। ਅੱਗੇ ਆ ਗਿਆ ਜੀ, ਕਹਿੰਦੇ ਆਪਣੇ ਕਿਸ ਮਹਾਨ ਜਰਨੈਲ ਦੀ ਮੌਤ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਜੀ ਕਈ ਦਿਨ ਰੋਂਦੇ ਰਹੇ। ਠੀਕ ਹੈ ਜੀ, ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਜਰਨੈਲਾਂ ਨੂੰ ਬਹੁਤ ਪਿਆਰ ਕਰਦੇ ਸੀਗੇ, ਤਾਂ ਕਿਸ ਜਰਨੈਲ ਦੀ ਮੌਤ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਜੀ ਕਾਫੀ ਟਾਈਮ ਰੋਂਦੇ ਰਹੇ। ਤਾਂ ਤੁਹਾਨੂੰ ਮੈਂ ਹੁਣੇ ਪਿੱਛੇ ਜੇ ਸਟੋਰੀ ਵੀ ਦੱਸੀ ਆ ਮੁਲਤਾਨ ਵਾਲੀ, ਤਾਂ ਹਰੀ ਸਿੰਘ ਨਲੂਆ ਜੀ ਦੀ ਜਦੋਂ ਡੈਥ ਹੁੰਦੀ ਹੈ ਨਾ ਰਾਜੇ ਜਮਰੌਦ ਦੇ ਵਿੱਚ, ਜਮਰੌਦ ਦਾ ਕਿਲਾ ਫਤਿਹ ਕਰਨ ਲੱਗਿਆਂ ਹੀ ਡੈਥ ਹੁੰਦੀ ਹੈ ਹਰੀ ਸਿੰਘ ਨਲੂਆ ਜੀ ਦੀ, ਤਾਂ 30 ਅਪ੍ਰੈਲ 1837, ਠੀਕ ਹੈ ਜੀ, 30 ਅਪ੍ਰੈਲ 1837 ਈਸਵੀ ਨੂੰ ਡੈਥ ਹੁੰਦੀ ਹੈ, ਸ਼ਹਾਦਤ ਹੁੰਦੀ ਹੈ ਕਿਹਨਾਂ ਦੀ, ਹਰੀ ਸਿੰਘ ਨਲੂਆ ਜੀ ਦੀ। ਠੀਕ ਹੈ ਜੀ, ਜਮਰੌਦ ਦਾ ਕਿਲੇ ਵਾਸਤੇ, ਤਾਂ ਜਮਰੌਦ ਦੇ ਵਿੱਚ ਹੀ ਲੜਾਈ ਹੁੰਦੀ ਹੈ, ਤਾਂ ਮੈਂ ਲਿਖ ਵੀ ਦਿੰਦਾ ਜਮਰੌਦ। ਠੀਕ ਹੈ ਜੀ, ਜਮਰੌਦ ਦੀ ਲੜਾਈ ਦੇ ਵਿੱਚ ਹੀ ਸ਼ਹੀਦ ਹੁੰਦੇ ਨੇ, ਕੌਣ, ਹਰੀ ਸਿੰਘ ਨਲੂਆ ਜੀ। ਠੀਕ ਹੈ ਜੀ, ਤਾਂ ਇਸੇ ਕਰਕੇ ਜਿਹੜਾ ਹੈਗਾ ਨਾ ਮਤਲਬ ਕਿ ਰਣਜੀਤ ਸਿੰਘ ਜੀ ਰੋਂਦੇ ਰਹੇ ਬੇਸਿਕਲੀ। ਹਾਲਾਂਕਿ ਉਹ ਜਮਰੌਦ ਦੀ ਲੜਾਈ ਮੈਂ ਪੜ੍ਹਾਈ ਵੀ ਹੋਈ ਆ, ਜਮਰੌਦ ਦੀ ਲੜਾਈ ਦੇ ਵਿੱਚ ਹੋਇਆ ਕੀ ਸੀਗਾ ਵੀ ਜਿਹੜੇ ਹਰੀ ਸਿੰਘ ਜਿਹੜੇ ਨਿਧਾਨ ਸਿੰਘ ਪੰਜੱਥਾ ਜੀ ਸੀਗੇ ਉਹ ਮਤਲਬ ਕਿ ਬਹੁਤ ਲਾਈਟਲੀ ਲੈ ਗਏ ਸੀ ਅੱਗੇ ਫੌਜਾਂ ਨੂੰ, ਉਹ ਡਾਇਰੈਕਟ ਨਾ ਐਂਟਰ ਕਰਨਾ ਚਾਹੁੰਦੇ ਸੀ ਜਮਰੌਦ ਦੇ ਕਿਲੇ ਵਿੱਚ, ਪਰ ਅੱਗੋਂ ਨਾ ਫਿਰ ਗੋਲਾਬਾਰੀ ਹੋ ਗਈ, ਤਾਂ ਉਹਨਾਂ ਨੂੰ ਬਚਾਉਣ ਵਾਸਤੇ ਜਾਂਦੇ ਹਰੀ ਸਿੰਘ ਨਲੂਆ ਜੀ। ਪਰ ਹਰੀ ਸਿੰਘ ਨਲੂਆ ਜੀ ਦਾ ਬੋਡੀਗਾਰਡ ਸੀਗਾ ਅਜੈਬ ਸਿੰਘ, ਤਾਂ ਅਜੈਬ ਸਿੰਘ ਫਿਰ ਹਰੀ ਸਿੰਘ ਨਲੂਆ ਨੂੰ ਬਚਾਉਣ ਜਾਂਦਾ, ਤਾਂ ਅਜੈਬ ਸਿੰਘ ਤਾਂ ਸ਼ਹਾਦਤ ਪ੍ਰਾਪਤ ਕਰ ਲੈਂਦਾ, ਪਰ ਹਰੀ ਸਿੰਘ ਨਲੂਆ ਜੀ ਦੇ ਨਾ ਕਾਫੀ ਗੋਲੀਆਂ ਲੱਗਦੀਆਂ, ਤੇ ਉਸ ਤੋਂ ਬਾਅਦ ਫਿਰ ਸ਼ਹਾਦਤ ਵੀ ਹੋ ਜਾਂਦੀ ਹੈ, ਪਰ ਉਹਨਾਂ ਦੀ ਸ਼ਹਾਦਤ ਨੂੰ ਗੁਪਤ ਰੱਖਿਆ ਜਾਂਦਾ। ਤੇ ਕਹਿੰਦੇ ਕਈ ਦਿਨ ਫਿਰ ਉਹਨਾਂ ਦੇ ਵਸਤਰ ਗਿੱਲੇ ਕਰਕੇ ਜਮਰੌਦ ਦੇ ਕਿਲੇ ਉੱਪਰ ਟੰਗੇ ਵੀ ਜਾਂਦੇ, ਦੁਸ਼ਮਣ ਨੂੰ ਪਤਾ ਲੱਗੇ ਵੀ ਜਿਹੜਾ ਜਰਨੈਲ ਹੈਗਾ ਉਹ ਜਾਉਂਦਾ ਹੈ।
ਦੇਖੋ ਜਰਨੈਲ ਦਾ ਕਿੰਨਾ ਵੱਡਾ ਰੋਲ ਹੁੰਦਾ ਸੀ ਜੰਗਾਂ ਦੇ ਵਿੱਚ, ਤੇ ਉਹ ਕਛਹਿਰਾ ਸੁੱਕਣਾ ਪਾਇਆ ਦੇਖ ਕੇ ਡਰੀ ਜਾਂਦੇ ਸੀਗੇ ਵੀ ਹਜੇ ਜਿਉਂਦਾ ਹੈ, ਹਾਲਾਂਕਿ ਉਹਨਾਂ ਦੀ ਡੈਥ ਹੋ ਚੁੱਕੀ ਸੀ ਉਸ ਟਾਈਮ ਤੇ, ਸ਼ਹਾਦਤ ਹੋ ਚੁੱਕੀ ਸੀਗੀ। ਚਲੋ ਸਟੋਰੀ ਬਹੁਤ ਲੰਬੀ ਹੈ, ਫਿਰ ਆਪਾਂ ਕਿਤੇ ਗੱਲ ਕਰਾਂਗੇ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦੇ ਦਫ਼ਤਰੇ ਤੋਸ਼ਾਖਾਨਾ ਵਿੱਚ ਕੀ ਰੱਖਿਆ ਜਾਂਦਾ ਸੀਗਾ, ਇਹ ਹੁਣ ਰਣਜੀਤ ਸਿੰਘ ਜੀ ਦੇ ਸਰਕਾਰ ਦੀ ਗੱਲਾਂ ਹੋ ਰਹੀਆਂ ਨੇ। ਦਫ਼ਤਰੇ ਤੋਸ਼ਾਖਾਨਾ ਦੇ ਵਿੱਚ ਕੀ ਰੱਖਿਆ ਜਾਂਦਾ ਸੀਗਾ ਰਾਜੇ? ਹੁਣ ਤੋਸ਼ਾਖਾਨਾ ਦੇ ਵਿੱਚ ਰੱਖਦੇ ਸੀਗੇ ਤੋਹਫੇ ਵਜੋਂ ਮਿਲੀਆਂ ਵਡਮੁੱਲੀਆਂ ਚੀਜ਼ਾਂ, ਠੀਕ ਹੈ ਜੀ, ਤੋਹਫੇ ਵਜੋਂ ਮਿਲੀਆਂ ਵਡਮੁੱਲੀਆਂ ਚੀਜ਼ਾਂ ਰੱਖੀਆਂ ਜਾਂਦੀਆਂ ਸੀਗੀਆਂ। ਅੱਗੇ ਗੱਲ ਕਰਦੇ ਹਾਂ ਜੀ, ਸੂਬੇ ਦਾ ਪ੍ਰਬੰਧ ਚਲਾਉਣ ਦੀ ਜ਼ਿੰਮੇਵਾਰੀ ਕਿਸ ਦੀ ਹੁੰਦੀ ਸੀਗੀ? ਇਹ ਤਾਂ ਹੁਣ ਤੁਹਾਨੂੰ ਮੈਂ ਦੱਸਤਾ ਵੀ ਚਾਰ ਸੂਬਿਆਂ ਵਿੱਚ ਵੰਡਿਆ ਗਿਆ। ਸੂਬੇ ਦਾ ਹੈੱਡ ਕੌਣ ਹੁੰਦਾ ਹੈ? ਸੂਬੇ ਦਾ ਹੈੱਡ ਹੁੰਦਾ ਜੀ ਨਾਜ਼ਮ, ਠੀਕ ਹੈ ਜੀ, ਨਾਜ਼ਮ, ਜਿਵੇਂ ਆਪਾਂ ਜਿਹਨੂੰ ਅੱਜ ਕੱਲ ਡਿਪਟੀ ਕਮਿਸ਼ਨਰ ਵੀ ਕਹਿ ਦਿੰਦੇ ਆ, ਡਿਪਟੀ ਕਮਿਸ਼ਨਰ ਦੇ ਬਰਾਬਰ ਦੀ ਉਸ ਟਾਈਮ ਤੇ ਉਹਦੀ ਤਾਕਤ ਸੀਗੀ। ਚਲੋ ਅੱਗੇ ਗੱਲ ਕਰਦੇ ਆ। ਵੈਸੇ ਤੁਹਾਨੂੰ ਮੈਂ ਦੱਸਾਂ, ਨਾਜ਼ਮ ਦਾ ਮਤਲਬ ਜੇ ਤੁਸੀਂ ਨਾ ਪੰਜਾਬੀ ਦੇ ਵਿੱਚ ਦੇਖੋਗੇ ਤਾਂ ਨਾਜ਼ਮ ਦਾ ਮਤਲਬ ਕੀ ਹੁੰਦਾ? ਇੰਤਜ਼ਾਮ ਕਰਨ ਵਾਲਾ ਜਾਂ ਪ੍ਰਬੰਧ ਕਰਤਾ, ਕੀ ਕਹਿ ਦਿੰਦੇ ਇਹਨੂੰ? ਪ੍ਰਬੰਧ ਕਰਤਾ ਵੀ ਕਹਿ ਦਿੰਦੇ ਆ, ਇੰਤਜ਼ਾਮ ਕਰਨ ਵਾਲਾ ਵੀ ਕਹਿ ਦਿੰਦੇ ਆ, ਤੇ ਜਿਹੜਾ ਕਾਰਦਾਰ ਹੁੰਦਾ ਹੈ ਰਾਜੇ, ਕਾਰਦਾਰ ਤੁਹਾਨੂੰ ਮੈਂ ਕਰਵਾਤਾ, ਇਹ ਪਰਗਣਿਆਂ ਦਾ ਹੈੱਡ ਹੁੰਦਾ ਹੈ। ਬੇਸਿਕਲੀ ਇਹਦਾ ਮਤਲਬ ਜੇ ਆਪਾਂ ਦੇਖੀਏ ਨਾ, ਇਹ ਮਾਮਲਾ ਉਗਰਾਉਣ ਵਾਲਾ ਹੁੰਦਾ ਹੈ। ਮਾਮਲਾ ਮਤਲਬ ਟੈਕਸ ਕਲੈਕਟਰ ਕਹਿ ਸਕਦੇ ਆ, ਮਾਮਲਾ ਉਗਰਾਉਣ ਵਾਲਾ ਹੁੰਦਾ ਹੈ, ਟੈਕਸ ਕਲੈਕਟਰ ਕਹਿ ਸਕਦੇ ਆ, ਠੀਕ ਹੈ ਜੀ, ਕਾਰ ਦਾ ਮਤਲਬ ਵੀ ਕੰਮ ਹੁੰਦਾ ਹੈ। ਚਲੋ ਅੱਗੇ ਚੱਲਦੇ ਆ ਆਪਾਂ। ਅਗਲਾ ਕੁਐਸਚਨ ਆ ਗਿਆ ਜੀ, ਮਹਾਰਾਜਾ ਰਣਜੀਤ ਸਿੰਘ ਜੀ ਦੇ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੁੰਦੀ ਸੀ? ਤਾਂ ਤੁਹਾਨੂੰ ਮੈਂ ਦੱਸਿਆ ਵੀ ਸਭ ਤੋਂ ਛੋਟੀ ਇਕਾਈ ਕੀ ਹੋ ਸਕਦੀ ਹੈ? ਮੌਜੇ। ਤਾਂ ਮੌਜਿਆਂ ਦੇ ਵਿੱਚ ਕੀ, ਮੌਜਿਆਂ ਦਾ ਮਤਲਬ ਕੀ ਹੈ? ਪਿੰਡ। ਸਭ ਤੋਂ ਛੋਟੀ ਇਕਾਈ ਪਿੰਡ ਹੁੰਦੀ ਸੀ, ਤੇ ਪਿੰਡ ਨੂੰ ਕੰਟਰੋਲ ਕੌਣ ਕਰਦੀ ਸੀਗੀ? ਪਿੰਡ ਨੂੰ ਕੰਟਰੋਲ ਕਰਦੀ ਸੀਗੀ ਪਿੰਡ ਦੀ ਪੰਚਾਇਤ, ਕੰਟਰੋਲ ਕਰਦੀ ਸੀਗੀ, ਠੀਕ ਹੈ ਜੀ। ਅਗਲਾ ਕੁਐਸਚਨ ਆ ਗਿਆ ਜੀ, ਲਾਹੌਰ ਸ਼ਹਿਰ ਦਾ ਮੁੱਖ ਅਧਿਕਾਰੀ ਕੌਣ ਹੁੰਦਾ ਸੀਗਾ? ਤਾਂ ਲਾਹੌਰ ਸ਼ਹਿਰ, ਹੁਣ ਦੇਖੋ ਲਾਹੌਰ ਇੱਕ ਸੂਬਾ ਹੈ, ਤਾਂ ਸੂਬੇ ਦਾ ਹੈੱਡ ਉਸ ਟਾਈਮ ਤੇ ਕੋਤਵਾਲ ਹੀ ਹੁੰਦਾ ਸੀਗਾ, ਠੀਕ ਹੈ, ਜਿਵੇਂ ਆਪਾਂ ਕਹਿ ਦਿੰਦੇ ਨਾ ਥਾਣੇ ਦਾ ਮੁੱਖ ਅਫਸਰ ਜਿਵੇਂ ਹੋ ਗਿਆ, ਜਿਹਨੂੰ ਆਪਾਂ ਕੋਤਵਾਲ ਦਾ ਮਤਲਬ ਬੇਸਿਕਲੀ ਤੁਸੀਂ ਕੰਟਰੋਲਰ ਵੀ ਕਹਿ ਸਕਦੇ ਆ, ਠੀਕ ਹੈ, ਜਿਹਨੇ ਪੂਰਾ ਕੰਟਰੋਲ ਕਰਨਾ ਹੁੰਦਾ ਸੀ। ਉਹ ਆਪਾਂ ਨਾ ਇੱਕ ਉਹ ਕਹਾਵਤ ਨਹੀਂ ਬੜੀ, ਉਲਟਾ ਚੋਰ ਕੋਤਵਾਲ ਨੂੰ ਡਾਂਟੇ, ਤਾਂ ਇਹ ਕਹਾਵਤ ਬਣੀ ਆ। ਕੋਤਵਾਲ ਨੂੰ ਮਤਲਬ, ਕੋਤਵਾਲ ਕੀ ਹੋ ਗਿਆ? ਮੁੱਖ ਅਫਸਰ ਜਿਹੜਾ ਲਾਅ ਐਂਡ ਆਰਡਰ ਮੇਨਟੇਨ ਕਰਦਾ ਸੀਗਾ, ਠੀਕ ਹੈ। ਅੱਗੇ ਗੱਲ ਕਰਦੇ ਆ ਜੀ, ਅਗਲਾ ਕੁਐਸਚਨ ਆ ਗਿਆ ਜੀ, ਮਹਾਰਾਜਾ ਰਣਜੀਤ ਸਿੰਘ ਜੀ ਦੇ ਸ਼ਾਸਨ ਕਾਲ ਦੇ ਵਿੱਚ ਕਿੰਨੀਆਂ ਲਗਾਨ ਪ੍ਰਣਾਲੀਆਂ ਪ੍ਰਚਲਿਤ ਸੀਗੀਆਂ? ਠੀਕ ਹੈ ਜੀ, ਲਗਾਨ ਕਿਸ ਕਿਸ ਢੰਗ ਨਾਲ ਲਿਆ ਜਾਂਦਾ ਸੀਗਾ ਪਹਿਲਾਂ? ਤਾਂ ਦੇਖੋ ਵੈਸੇ ਤਾਂ ਇਹਦਾ ਜਿਹੜਾ ਆਂਸਰ ਆਉਣਾ ਸਾਰਾ ਹੀ ਆਉਣਾ। ਦੇਖੋ ਹੁਣ ਬਟਾਈ ਤਾਂ ਅੱਜ ਕੱਲ ਵੀ ਚੱਲਦੀ ਹੈ, ਬਟਾਈ ਪਤਾ ਨਾ ਸਭ ਨੂੰ। ਪਿੰਡਾਂ ਵਿੱਚ ਕੀ ਹੁੰਦਾ ਵੀ, ਮੰਨ ਲਓ ਮੇਰੀ ਜ਼ਮੀਨ ਹੈ ਤੇ ਮੇਰੀ ਜ਼ਮੀਨ ਤੇ ਮੈਂ ਖੁਦ ਖੇਤੀ ਨਹੀਂ ਕਰਦਾ, ਮੈਂ ਹਿੱਸੇ ਤੇ ਜ਼ਮੀਨ ਦੇਣੀ ਹੈ, ਬੀਜ ਵੀ ਮੇਰਾ ਹੋਊਗਾ, ਸਭ ਕੁਝ ਮੇਰਾ ਹੋਊਗਾ, ਮਜ਼ਦੂਰੀ ਕਿਸੇ ਹੋਰ ਦੀ ਹੋਊਗੀ, ਤੇ ਫਿਰ ਉਹ ਮਤਲਬ ਚੌਥੇ ਹਿੱਸੇ ਜਾਂ ਤੀਜੇ ਹਿੱਸੇ ਦੇ ਉੱਪਰ ਕੰਮ ਕਰਦੇ, ਉਹਨੂੰ ਕਹਿ ਦਿੰਦੇ ਬਟਾਈ। ਜ਼ਬਤ ਤਾਂ ਆਪਾਂ ਨੂੰ ਪਤਾ ਹੀ ਆ, ਜ਼ਬਤ ਕਰ ਲੈਣੀ। ਇਸ ਤੋਂ ਇਲਾਵਾ ਇੱਕ ਪ੍ਰਣਾਲੀ, ਇੱਕ ਬਿੱਘਾ ਪ੍ਰਣਾਲੀ ਚੱਲਦੀ ਸੀ, ਇੱਕ ਪ੍ਰਣਾਲੀ ਹੋਰ ਚੱਲਦੀ ਸੀਗੀ, ਉਹਦਾ ਨਾਮ ਸੀਗਾ, ਹਾਂ ਕਨਕੂਤ ਸੀਗਾ ਜਾਂ ਕਾਨਕੂਤ ਸੀਗਾ, ਹੁਣ ਮੇਰੇ ਧਿਆਨ 'ਚ ਨਹੀਂ ਹੈਗਾ, ਇੱਕ ਪ੍ਰਣਾਲੀ ਹੋਰ ਚੱਲਦੀ ਸੀ। ਇਹ ਸਾਰੀਆਂ ਪ੍ਰਣਾਲੀਆਂ ਸੀਗੀਆਂ ਜਿਹਦੇ ਥਰੂ, ਜਾਨੀ ਕਿ ਸਕੀਮਾਂ ਕਹਿ ਲਓ, ਜਿਹਦੇ ਥਰੂ ਆਪਾਂ ਲਗਾਨ ਕਲੈਕਟ ਕਰਦੇ ਸੀਗੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਸ਼ਾਸਨ ਦੇ ਦੌਰਾਨ। ਅੱਗੇ ਗੱਲ ਕਰਦੇ ਹਾਂ ਜੀ, ਜਮਰੌਦ ਦੀ ਲੜਾਈ ਕਦੋਂ ਹੋਈ? ਤਾਂ ਇਹ ਤੁਹਾਨੂੰ ਮੈਂ ਦੱਸਤਾ ਰਾਜੇ, ਜਮਰੌਦ ਦੀ ਲੜਾਈ ਕਦੋਂ ਹੋਈ ਹੈ? ਜਦੋਂ ਹਰੀ ਸਿੰਘ ਨਲੂਆ ਜੀ ਦੀ ਸ਼ਹਾਦਤ ਹੋਈ ਹੈ 1837 ਈਸਵੀ ਦੇ ਵਿੱਚ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦੇ ਕਾਲੀ ਫੂਲਾ ਸਿੰਘ ਜੀ ਨੇ ਕਿਹੜੀ ਲੜਾਈ ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ? ਤਾਂ ਕਾਲੀ ਫੂਲਾ ਸਿੰਘ ਜੀ ਬਾਰੇ ਵੀ ਆਪਾਂ ਡਿਟੇਲ ਦੇ ਵਿੱਚ ਜ਼ਰੂਰ ਪੜਾਂਗੇ ਕਿਸੇ ਨਾ ਕਿਸੇ ਵੀਡੀਓ ਦੇ ਵਿੱਚ। ਤਾਂ ਇਹ ਇੱਕ ਲੜਾਈ ਹੋਈ ਸੀ ਰਾਜੇ, ਨਸ਼ਹਿਰੇ ਦੀ ਲੜਾਈ ਹੋਈ ਸੀਗੀ, ਨਸ਼ਹਿਰੇ ਦੀ ਲੜਾਈ ਦੇ ਵਿੱਚ ਹੀ ਸ਼ਹਾਦਤ ਪ੍ਰਾਪਤ ਕੀਤੀ ਸੀ ਕਾਲੀ ਫੂਲਾ ਸਿੰਘ ਜੀ ਨੇ, ਜਦੋਂ ਉਹ ਅਰਦਾਸਾ ਸੋਧ ਕੇ ਜਾਂਦੇ ਆ, ਠੀਕ ਹੈ ਜੀ, ਜਾਣਾ। ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਹਾ ਸੀਗਾ ਵੀ ਪਿੱਛੇ ਹਟ ਜਾਓ, ਪਰ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੇ ਸਿੰਘ ਹੁੰਦੇ ਇੱਕ ਵਾਰੀ ਅਰਦਾਸ ਕਰ ਲੈਂਦੇ ਪਿੱਛੇ ਨਹੀਂ ਹਟਦੇਗੇ, ਠੀਕ ਹੈ ਜੀ। ਤਾਂ 14 ਮਾਰਚ 1823 ਈਸਵੀ ਨੂੰ ਇਹ ਲੜਾਈ ਹੋਈ ਸੀਗੀ, ਤੇ ਉਧਰ ਸੀਗਾ ਮੈਨੂੰ ਲੱਗਦਾ ਸ਼ਾਇਦ, ਹਾਂ ਆਜਮ ਖਾਨ ਸੀਗਾ ਉਧਰ, ਠੀਕ ਹੈ, ਅਫਗਾਨਾ ਵਾਲੀ ਸਾਈਡ, ਤੇ ਇਧਰ ਆਪਣੀ ਸਿੱਖ ਆਰਮੀ ਸੀਗੀ, ਠੀਕ ਹੈ। ਤੇ ਬੇਸਿਕਲੀ
ਜਿਹੜਾ ਨੌਸ਼ਹਿਰਾ ਹੈਗਾ ਨਾ, ਨੌਸ਼ਹਿਰਾ ਇੱਕ ਜਗ੍ਹਾ ਹੈਗੀ ਹੈ, ਇਹ ਅਟਕ ਤੇ ਪਸ਼ਾਵਰ ਦੇ ਵਿਚਕਾਰ ਵਾਲੀ ਜਗ੍ਹਾ ਹੈ, ਠੀਕ ਹੈ। ਅਟਕ ਤੇ ਪਸ਼ਾਵਰ ਦੇ ਵਿਚਕਾਰ ਵਾਲੀ ਜਗ੍ਹਾ ਪੈਂਦੀ ਹੈ ਨੌਸ਼ਹਿਰਾ। ਇਹ ਲੜਾਈ ਵੀ ਪਤਾ ਕਿਉਂ ਹੋਈ ਸੀਗੀ, ਪਸ਼ਾਵਰ ਨੂੰ ਜਿੱਤਣ ਕਰਕੇ ਲੜਾਈ ਹੋਈ ਸੀਗੀ, ਇਹ ਨੌਸ਼ਹਿਰੇ ਵਾਲੀ ਵੀ, ਠੀਕ ਹੈ। ਪਸ਼ਾਵਰ ਤੇ ਜਿੱਤਣ ਵਾਸਤੇ ਹੀ ਲੜਾਈ ਹੋਈ ਸੀਗੀ, ਠੀਕ ਹੈ ਜੀ। ਤਾਂ ਕਿਉਂਕਿ ਨਾ ਮਤਲਬ ਕਿ ਇਹਦੇ ਵਿੱਚ ਨਾ ਮਤਲਬ ਮੈਨੂੰ ਲੱਗਦਾ ਸ਼ਾਇਦ 1,10,000 ਰੁਪਇਆ ਜਿਹੜਾ ਸੀਗਾ ਨਾ, ਇਹ ਟੈਕਸ ਕਲੈਕਟ ਕਰਦੇ ਸੀਗੇ ਆਪਣੇ ਪਿਸ਼ਾਵਰ ਤੋਂ। ਤੇ ਉਹ ਮਤਲਬ ਕਿ ਸਾਲਾਨਾ ਟੈਕਸ ਜਿਹੜਾ ਦਿੰਦਾ ਸੀਗਾ ਉੱਥੋਂ ਦਾ ਗਵਰਨਰ ਦਿੰਦਾ ਸੀ ਪਿਸ਼ਾਵਰ ਦਾ, ਪਰ ਉਹਨੇ ਬਾਅਦ ਦੇਣਾ ਬੰਦ ਕਰਤਾ ਸੀ, ਇਸੇ ਕਰਕੇ ਮਤਲਬ ਪਿਸ਼ਾਵਰ ਨੂੰ ਜਿੱਤਣ ਜਾ ਰਹੇ ਸੀ। ਫਿਰ ਉਸ ਤੋਂ ਬਾਅਦ, ਉਸ ਤੋਂ ਪਹਿਲਾਂ ਨੌਸ਼ਹਿਰੇ ਦੀ ਲੜਾਈ ਹੁੰਦੀ ਹੈ, ਠੀਕ ਹੈ। ਇਸ ਤਰ੍ਹਾਂ ਲੰਬੀ ਕਹਾਣੀ ਹੈ ਜੀ, ਮਤਲਬ ਫਿਰ ਦੱਸ ਦਾਂਗਾ। ਬਟ ਫਿਲਹਾਲ ਆਪਾਂ ਗੱਲ ਜਿਹੜੀ ਕੁਐਸਚਨ ਦੀ ਗੱਲ ਕਰ ਰਹੇ ਹਾਂ ਵੀ ਕਾਲੀ ਫੁੱਲਾ ਸਿੰਘ ਜੀ ਦੀ ਡੈਥ ਦੀ ਗੱਲ ਕਰ ਰਹੇ ਹਾਂ, ਤਾਂ 14 ਮਾਰਚ 1823 ਨੂੰ ਇਹ ਲੜਾਈ ਹੁੰਦੀ ਹੈ ਨੌਸ਼ਹਿਰੇ ਦੀ। ਨੌਸ਼ਹਿਰੇ ਦੀ ਜੰਗ ਦੇ ਵਿੱਚ ਉਹ ਸ਼ਹਾਦਤ ਪ੍ਰਾਪਤ ਕਰਦੇ ਆ। ਅੱਗੇ ਗੱਲ ਕਰਦੇ ਹਾਂ ਜੀ, ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਗੱਦੀ ਤੇ ਕੌਣ ਬਿਰਾਜਮਾਨ ਹੁੰਦਾ ਹੈ, ਇਹਦੇ ਤੇ ਵੀ ਆਪਾਂ ਇੱਕ ਬਹੁਤ ਖਾਸ ਵੀਡੀਓ ਲੈ ਕੇ ਆਵਾਂਗੇ। ਪਹਿਲਾਂ ਵੀ ਮੈਂ ਬਹੁਤ ਡਿਟੇਲ 'ਚ ਕਰਵਾਇਆ, ਬਹੁਤ ਮਤਲਬ ਕੌਣ ਚੰਦ ਕੌਰ ਸੀ, ਕੌਣ ਨੌ ਨਿਹਾਲ ਸਿੰਘ ਜੀ ਸੀਗੇ, ਕੌਣ ਦਲੇਪ ਸਿੰਘ ਜੀ ਸੀਗੇ, ਕੌਣ ਖੜਕ ਸਿੰਘ ਜੀ ਸੀਗੇ, ਮਤਲਬ ਕਾਫੀ ਡਿਟੇਲ 'ਚ ਕਰਵਾਇਆ ਹੋਇਆ। ਆਪਾਂ ਨੂੰ ਪਤਾ ਵੀ ਜਦੋਂ 1839 ਵਿੱਚ ਮਹਾਰਾਜਾ ਸਾਹਿਬ ਦੀ ਡੈਥ ਹੁੰਦੀ ਹੈ, ਤਾਂ ਮਹਾਰਾਜਾ ਸਾਹਿਬ ਦੀ ਡੈਥ ਤੋਂ ਬਾਅਦ ਨਾ ਜਿਹੜਾ ਰਾਜ ਪ੍ਰਬੰਧ ਹੈਗਾ ਦੋ ਗਰੁੱਪਾਂ ਦੇ ਵਿੱਚ ਵੰਡਿਆ ਜਾਂਦਾ। ਇੱਕ ਪਾਸੇ ਕੌਣ ਸੀਗੇ, ਇੱਕ ਪਾਸੇ ਸੀਗੇ ਡੋਗਰੇ, ਤੇ ਦੂਜੇ ਪਾਸੇ ਕੌਣ ਸੀਗੇ, ਸਰਦਾਰ, ਠੀਕ ਹੈ ਜੀ। ਤਾਂ ਇਹ ਇਹਨਾਂ ਦੀ ਫੁੱਟ ਕਰਕੇ ਹੀ ਸਾਰਾ ਕੰਮ ਹੋਇਆ ਸੀਗਾ, ਉਸ ਡਿਟੇਲ 'ਚ ਆਪਾਂ ਨਹੀਂ ਜਾ ਰਹੇ। ਤਾਂ ਸਭ ਤੋਂ ਪਹਿਲਾਂ ਗੱਦੀ ਤੇ ਬੈਠਦੇ ਆ ਖੜਕ ਸਿੰਘ, ਠੀਕ ਹੈ, ਸਭ ਤੋਂ ਵੱਡੇ ਪੁੱਤਰ ਸੀਗੇ ਮਹਾਰਾਜਾ ਰਣਜੀਤ ਸਿੰਘ ਜੀ ਦੇ, ਪਹਿਲਾਂ ਖੜਕ ਸਿੰਘ ਬੈਠਦੇ ਆ ਗੱਦੀ ਤੇ, ਠੀਕ ਹੈ ਜੀ। ਖੜਕ ਸਿੰਘ ਨੇ ਫਿਰ ਆਪਣਾ ਸਾਰਾ ਜਿਹੜਾ ਮਤਲਬ ਰਾਜ ਪ੍ਰਬੰਧ ਸੀਗਾ ਨਾ, ਇਹਨਾਂ ਦਾ ਇੱਕ ਚੇਤਾ ਸੀਗਾ ਚੇਤ ਸਿੰਘ ਬਾਜਵਾ, ਉਹਦੇ ਹੱਥ 'ਚ ਦੇਤਾ ਸੀਗਾ। ਤਾਂ ਫਿਰ ਜਿਹੜੇ ਡੋਗਰਿਆਂ ਸੀ, ਡੋਗਰਿਆਂ ਨੇ ਉਂਗਲ ਲਾਈ ਖੜਕ ਸਿੰਘ ਜੀ ਦੇ ਬੇਟੇ ਨੌ ਨਿਹਾਲ ਸਿੰਘ ਨੂੰ, ਠੀਕ ਹੈ ਜੀ। ਨੌ ਨਿਹਾਲ ਸਿੰਘ ਬਹੁਤ ਮਤਲਬ ਰੋਸ਼ਨ ਦਿਮਾਗ ਸੀਗੇ, ਮੰਨਿਆ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਜੇ ਕੋਈ ਰਾਜ ਪ੍ਰਬੰਧ ਐਡਾ ਵੱਡਾ ਸਾਂਭ ਸਕਦਾ ਸੀ, ਉਹ ਨੌ ਨਿਹਾਲ ਸਿੰਘ ਕੁੰਵਰ ਨੌ ਨਿਹਾਲ ਸਿੰਘ ਜੀ ਹੀ ਸਾਂਭ ਸਕਦੇ ਸੀਗੇ। ਹਾਲਾਂਕਿ ਡੋਗਰਿਆਂ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਕੇ ਨੌ ਨਿਹਾਲ ਸਿੰਘ ਜੀ ਨੇ ਇੱਕ ਗਲਤੀ ਕੀਤੀ, ਇਹਨਾਂ ਨੇ ਆਪਣੇ ਪਿਓ ਤੇ ਹੀ ਸ਼ੱਕ ਕਰ ਲਿਆ ਤੇ ਆਪਣੇ ਪਿਓ ਦਾ ਕੀ ਕਰਵਾਤਾ, ਕਤਲ ਕਰਵਾਤਾ। ਇੱਕੋ ਹੀ ਦਿਨ ਦੋਨਾਂ ਪਿਓ ਪੁੱਤਾਂ ਦੀਆਂ ਦਾ ਸੰਸਕਾਰ ਹੋਇਆ, ਇੱਕੋ ਦਿਨ, ਠੀਕ ਹੈ ਜੀ। ਖੜਕ ਸਿੰਘ ਨੇ ਤਾਂ ਮਰਵਾਤਾ ਨੌ ਨਿਹਾਲ ਸਿੰਘ ਦੇ ਹੱਥੋਂ, ਤੇ ਨੌ ਨਿਹਾਲ ਸਿੰਘ ਨੂੰ ਮਰਵਾਤਾ, ਛੱਜਾ ਡਿੱਗ ਕੇ ਬਰੂਦ ਲਾ ਕੇ ਛੱਜਾ ਡਿੱਗਦਾ ਸੀ, ਛੱਜਾ ਦਾ ਮਤਲਬ ਕਿ ਛੱਤ ਡਿੱਗਦੀ ਸੀ ਇਹਨਾਂ ਦੇ ਸਿਰ ਦੇ ਉੱਪਰ। ਤੇ ਫਿਰ ਨੌ ਨਿਹਾਲ ਸਿੰਘ ਤੋਂ ਬਾਅਦ ਗੱਦੀ ਤੇ ਬੈਠਦੇ ਇਹਨਾਂ ਦੇ ਮਾਤਾ ਚੰਦ ਕੌਰ, ਠੀਕ ਹੈ ਜੀ। ਚੰਦ ਕੌਰ ਦੇ ਫਿਰ ਚੰਦ ਕੌਰ ਦੀ ਨੌਂਹ ਜਿਹੜੀ ਹੁੰਦੀ ਹੈ, ਯਾਨੀ ਕਿ ਸ਼ਾਮ ਸਿੰਘ ਅਟਾਰੀ ਵਾਲੇ ਦੀ ਬੇਟੀ, ਕਿਉਂਕਿ ਨੌ ਨਿਹਾਲ ਸਿੰਘ ਜੀ ਕੌਣ ਸੀਗੇ, ਸ਼ਾਮ ਸਿੰਘ ਅਟਾਰੀ ਵਾਲੇ ਦੇ ਜਵਾਈ ਸੀਗੇ। ਇਸ ਦੁਨੀਆ ਦਾ ਸਭ ਤੋਂ ਮਹਿੰਗਾ ਵਿਆਹ ਤੇ ਸਭ ਤੋਂ ਤਕੜਾ ਵਿਆਹ ਮੰਨਿਆ ਜਾਂਦਾ, ਹਾਲਾਂਕਿ ਇਹਦੀ ਗੱਲ ਆਪਾਂ ਕਿਤੇ ਫੇਰ ਕਰਾਂਗੇ, ਜਿਹਦੇ ਵਿੱਚ ਬਰਾਤ ਕਹਿੰਦੇ ਇੱਕ ਪਾਸੇ ਅੰਮ੍ਰਿਤਸਰ ਸੀ, ਇੱਕ ਪਾਸੇ ਅਟਾਰੀ ਪਹੁੰਚ ਗਈ ਸੀ, ਇੰਨੀ ਲੰਬੀ ਬਰਾਤ ਸੀਗੀ। ਤੇ ਵਿਆਹ ਤੇ ਪਹੁੰਚਣ ਵਾਲੇ ਹਰ ਇੱਕ ਬੰਦੇ ਨੂੰ ਇੱਕ ਮੋਹਰ ਦਿੱਤੀ ਗਈ ਸੀਗੀ, ਮਤਲਬ ਬਹੁਤ ਲੰਬੀ ਗੱਲ ਹੈ, ਚਲੋ ਫੇਰ ਆਪਾਂ ਗੱਲ ਕਰਦੇ ਹਾਂ ਇਹਦੇ ਬਾਰੇ। ਤਾਂ ਫਿਰ ਚੰਦ ਕੌਰ ਬੈਠਦੀ ਹੈ, ਚੰਦ ਕੌਰ ਤੋਂ ਬਾਅਦ ਫਿਰ ਇਹਨਾਂ ਨੂੰ ਐਂ ਟੈਨਸ਼ਨ ਪੈ ਜਾਂਦੀ ਹੈ ਵੀ ਜਿਹੜਾ ਹੁਣ ਚੰਦ ਕੌਰ ਦੀ ਜਿਹੜੀ ਨੌਂਹ ਹੈਗੀ ਆ, ਜੇ ਉਹਦਾ ਬੇਟਾ ਹੋ ਗਿਆ ਵੀ ਉਹ ਗੱਦੀ ਤੇ ਬਹਿ ਜਾਊਗਾ। ਫਿਰ ਇਹ ਉਂਗਲ ਲਾਉਂਦੇ ਆ, ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਅਗਲਾ ਬੇਟਾ ਹੁੰਦਾ ਸ਼ੇਰ ਸਿੰਘ ਜੀ ਨੂੰ ਉਂਗਲ ਲਾਉਂਦੇ ਆ, ਤਾਂ ਸ਼ੇਰ ਸਿੰਘ ਨੂੰ ਗੱਦੀ ਤੇ ਬਿਠਾ ਦਿੰਦੇ ਆ। ਫਿਰ ਸ਼ੇਰ ਸਿੰਘ ਨੂੰ ਵੀ ਧੋਖੇ ਨਾਲ ਨਾ ਇਹਦਾ ਚਾਚਾ ਹੀ ਮਰਵਾ ਦਿੰਦਾ ਹੈ, ਵੀ ਮਤਲਬ ਇਹ ਬੰਦੂਕ ਚਲਾ ਰਹੇ ਹੁੰਦੇ ਆ ਤੇ ਉਹ ਘੋੜਾ ਦੱਬ ਦਿੰਦੇ ਆ, ਤੇ ਸ਼ੇਰ ਸਿੰਘ ਨੂੰ ਮਰਵਾ ਦਿੰਦਾ ਇਹਦਾ ਚਾਚਾ। ਤੇ ਸ਼ੇਰ ਸਿੰਘ ਤੋਂ ਫਿਰ ਬਾਅਦ ਸਭ ਤੋਂ ਜਿਹੜੇ ਛੋਟੇ ਬੇਟੇ ਆ ਮਹਾਰਾਜਾ ਜਿੰਦਾ ਦੇ ਬੇਟੇ ਦਲੀਪ ਸਿੰਘ ਜੀ, ਉਹ ਗੱਦੀ ਤੇ ਬੈਠਦੇ ਆ। ਫਿਰ ਤੁਹਾਨੂੰ ਪਤਾ ਉਸ ਤੋਂ ਬਾਅਦ ਐਂਗਲੋ ਸਿੱਖ ਵਾਰ ਹੁੰਦੀਆਂ ਨੇ, ਫਿਰ ਅੰਗਰੇਜ਼ਾਂ ਦਾ ਰਾਜ ਆ ਜਾਂਦਾ 1849 ਦੇ ਵਿੱਚ। ਤਾਂ ਕਹਿੰਦਾ ਮਤਲਬ ਪਹਿਲਾਂ ਖੜਕ ਸਿੰਘ ਤੋਂ ਬਾਅਦ ਨੌ ਨਿਹਾਲ ਸਿੰਘ, ਨੌ ਨਿਹਾਲ ਸਿੰਘ ਤੋਂ ਬਾਅਦ ਚੰਦ ਕੌਰ ਉਹਨਾਂ ਦੀ ਮਾਤਾ, ਚੰਦ ਕੌਰ ਤੋਂ ਬਾਅਦ ਫਿਰ ਸ਼ੇਰ ਸਿੰਘ ਤੋਂ ਬਾਅਦ ਦਲੀਪ ਸਿੰਘ, ਠੀਕ ਹੈ ਜੀ। ਚਲੋ ਅੱਗੇ ਗੱਲ ਕਰਦੇ ਹਾਂ ਜੀ ਆਪਾਂ। ਅੱਗੇ ਕਹਿੰਦਾ ਜੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਰਾਜ ਭਾਗ ਦੀ ਬਾਗਡੋਰ ਕਦੋਂ ਸੰਭਾਲੀ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ, ਜਿੱਥੇ ਬੱਚਿਆਂ ਨੂੰ ਕਨਫਿਊਜ਼ਨ ਹੁੰਦੀ ਹੈ, ਬੱਚੇ ਇੰਨਾ ਭੁਲੇਖਾ ਖਾਂਦੇ ਆ। ਕੋਈ ਹੁਣ ਆਂਸਰ 1799 ਲਾਊਗਾ, ਕੋਈ 1801 ਲਾਊਗਾ, ਕੋਈ 1802 ਲਾਊਗਾ।
1799 ਚ ਆਪਾਂ ਨੂੰ ਪਤਾ ਇਹਨਾਂ ਨੇ ਲਾਹੌਰ ਜਿੱਤਿਆ ਸੀਗਾ, 1801 ਨੂੰ ਇਹ ਗੱਦੀ ਤੇ ਵਿਰਾਜਮਾਨ, ਵੈਸੇ ਗੱਦੀ ਤੇ ਮਤਲਬ ਕਿ ਮਹਾਰਾਜ ਦੀ ਉਪਾਧੀ ਮਿਲੀ ਸੀ ਇਹਨਾਂ ਨੂੰ, ਰਾਜ ਤਿਲਕ ਕੀਤਾ ਗਿਆ ਸੀ 1801 ਦੇ ਵਿੱਚ, ਠੀਕ ਹੈ, ਕਿਉਂਕਿ ਲਾਹੌਰ ਨੂੰ ਇਹਨਾਂ ਨੇ ਕੀ ਬਣਾਇਆ ਸੀ, ਆਪਣੀ ਰਾਜਧਾਨੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ 1792 ਵਿੱਚ ਹੁੰਦਾ ਕੀ ਹੈ, 1792 ਵਿੱਚ ਇਹਨਾਂ ਦੇ ਪਿਤਾ ਮਾਹ ਸਿੰਘ ਜੀ ਦੀ ਮੌਤ ਹੁੰਦੀ ਹੈ, ਇਹਨਾਂ ਦੇ ਪਿਤਾ ਸੀਗੇ ਮਾਹ ਸਿੰਘ ਜੀ, ਉਹਨਾਂ ਦੀ ਮੌਤ ਹੋ ਜਾਂਦੀ ਹੈ। ਜਦੋਂ ਉਹਨਾਂ ਦੀ ਮੌਤ ਹੁੰਦੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਉਮਰ ਕਿੰਨੀ ਹੁੰਦੀ ਹੈ, ਸਿਰਫ 12 ਸਾਲ, ਠੀਕ ਹੈ ਜੀ, ਸਿਰਫ 12 ਸਾਲ। ਤਾਂ 12 ਸਾਲ ਹੋਣ ਕਰਕੇ, ਨਾਬਾਲਗ ਹੋਣ ਕਰਕੇ ਇਹਨਾਂ ਕੋਲੇ ਸ਼ਾਸਨ ਨਹੀਂ ਹੁੰਦਾ, ਤੇ ਸ਼ਾਸਨ ਕਿਹਨਾਂ ਕੋਲੇ ਜਾਂਦਾ, ਇਹਨਾਂ ਦੀ ਮਾਤਾ ਕੋਲੇ ਜਾਂਦਾ ਹੈ। ਤਾਂ ਇਹਨਾਂ ਦੇ ਮਾਤਾ ਕੌਣ ਸੀਗੇ, ਤਾਂ ਉਹਨਾਂ ਬਾਰੇ ਵੀ ਮੈਂ ਬਹੁਤ ਡਿਟੇਲ ਚ ਪੜਾਇਆ ਹੋਇਆ, ਰਾਜਕੌਰ ਜੀ, ਉਹਨਾਂ ਦੀ ਸਟੋਰੀ ਵੀ ਬਹੁਤ ਤਕੜੀ ਹੈ, ਠੀਕ ਹੈ ਜੀ। ਰਾਜਕੌਰ ਕੋਲ ਚਲਾ ਜਾਂਦਾ ਹੈ, ਤੇ ਰਾਜਕੌਰ ਹੁਣ ਦੇਖੋ ਆਪ ਤਾਂ ਚਲਾ ਨਹੀਂ ਸਕਦੀ, ਉਹਨਾਂ ਨੂੰ ਕਿਸੇ ਨਾ ਕਿਸੇ ਦੀ ਹੈਲਪ ਚਾਹੀਦੀ ਹੈ। ਤੇ ਉਸ ਟਾਈਮ ਤੇ ਇਹਨਾਂ ਦੇ ਖਾਸ ਦੀਵਾਨ ਸੀਗੇ ਲਖਪਤ ਰਾਏ, ਠੀਕ ਹੈ ਜੀ, ਕੌਣ ਸੀਗੇ, ਲਖਪਤ ਰਾਏ, ਠੀਕ ਹੈ ਜੀ, ਇਹਨਾਂ ਦੇ ਦੀਵਾਨ ਸੀਗੇ, ਉਹਨਾਂ ਨਾਲ ਮਿਲ ਕੇ ਇਹ ਕੀ ਕਰ ਰਹੇ ਸੀਗੇ, ਰਾਜ ਭਾਗ ਚਲਾ ਰਹੇ ਸੀਗੇ। ਫਿਰ ਕੀ ਹੁੰਦਾ ਹੈ, 1796 ਈਸਵੀ ਦੇ ਵਿੱਚ ਵਿਆਹ ਹੋ ਜਾਂਦਾ ਹੈ, ਕਿਹਦਾ ਵਿਆਹ ਹੋ ਜਾਂਦਾ ਹੈ, ਮਹਾਰਾਜਾ ਰਣਜੀਤ ਸਿੰਘ ਜੀ ਦਾ ਵਿਆਹ ਹੋ ਜਾਂਦਾ ਹੈ ਮਹਿਤਾਬ ਕੌਰ ਨਾਲ, ਠੀਕ ਹੈ ਜੀ, ਮਹਿਤਾਬ ਕੌਰ ਨਾਲ ਵਿਆਹ ਹੋ ਜਾਂਦਾ ਹੈ। ਤੇ ਮਹਿਤਾਬ ਕੌਰ ਜਿਹੜੇ ਮਾਤਾ ਹੁੰਦੇ, ਯਾਨੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਸੱਸ ਹੁੰਦੇ ਆ ਸਦਾ ਕੌਰ, ਉਹ ਵੀ ਟਰਸਟ ਲੈਣ ਲੱਗ ਜਾਂਦੇ ਆ ਇਹਨਾਂ ਦੇ ਰਾਜ ਭਾਗ ਦੇ ਵਿੱਚ। ਤਾਂ ਕਹਿਣ ਦਾ ਮਤਲਬ, ਇਹਨੂੰ ਕਹਿ ਦਿੰਦੇ ਆ ਤਿੱਕੜੀ, ਠੀਕ ਹੈ ਜੀ, ਤਿੱਕੜੀ ਦਾ ਰਾਜ। ਵੀ ਪੁੱਛ ਲੈਂਦੇ ਵੀ ਤਿੱਕੜੀ ਦਾ ਰਾਜ ਕਦੋਂ ਤੋਂ ਕਦੋਂ ਤੱਕ ਹੋਇਆ, ਤਾਂ ਤਿੱਕੜੀ ਦਾ ਰਾਜ ਰਿਹਾ ਜੀ 1792 ਤੋਂ ਲੈ ਕੇ 1797 ਤੱਕ, ਕਿਉਂਕਿ 1797 ਨੂੰ ਫਿਰ ਕੌਣ ਗੱਦੀ ਤੇ ਬਹਿੰਦਾ ਹੈ, ਫਿਰ ਗੱਦੀ ਤੇ ਬਹਿੰਦੇ ਆ ਜੀ ਮਹਾਰਾਜਾ ਰਣਜੀਤ ਸਿੰਘ ਜੀ, ਠੀਕ ਹੈ ਜੀ। ਤਾਂ ਤਿੱਕੜੀ ਜਿਹੜੀ ਚੱਲੀ ਆ, ਤਿੱਕੜੀ ਦੇ ਵਿੱਚ ਕੌਣ ਕੌਣ ਆ ਗਏ, ਤਿੱਕੜੀ ਵਿੱਚ ਤਿੱਕੜੀ ਦਾ ਮਤਲਬ ਕੀ ਹੁੰਦਾ, ਤਿੰਨ ਬੰਦੇ, ਕੌਣ ਕੌਣ, ਇੱਕ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਮਾਤਾ ਰਾਜ ਕੌਰ ਜੀ ਸੀਗੇ, ਦੂਜਾ ਆਪਣਾ ਦੀਵਾਨ ਜਿਹੜਾ ਸੀਗਾ ਲਖਪਤ ਰਾਏ, ਠੀਕ ਹੈ ਜੀ, ਤੀਜਾ ਕੌਣ ਹੋ ਗਿਆ, ਉਹਨਾਂ ਦੇ ਸੱਸ ਹੋ ਗਏ ਸਦਾ ਕੌਰ, ਇਹ ਤਿੰਨ ਬੰਦੇ ਸੀਗੇ। ਤਾਂ 1797 ਨੂੰ ਇਹ ਗੱਦੀ ਤੇ ਬਹਿੰਦੇ ਆ, ਯਕੀਨ ਮੰਨਿਓ 1797 ਨੂੰ ਸਿਰਫ ਜਦੋਂ ਗੱਦੀ ਤੇ ਬਹਿੰਦੇ ਆ, ਇਹਨਾਂ ਕੋਲੇ ਤਿੰਨ ਹੀ ਇਲਾਕੇ ਸੀਗੇ, ਗੁਜਰਾਂਵਾਲਾ, ਇੱਕ ਸੀਗਾ ਵਜ਼ੀਰਬਾਦ, ਤੇ ਇੱਕ ਪਿੰਡ ਦਾ ਨਾਮ ਸੀਗਾ ਮੇਰੇ ਮਨ ਚੋਂ ਵਿਸਰ ਗਿਆ, ਦੁੱਧਨ ਕਲਾਂ ਸੀਗਾ ਜਾਂ ਦੁੱਧਨ ਖਾਂ ਸੀਗਾ ਜਾਂ ਕੋਈ ਹੋਰ ਪਿੰਡ ਸੀਗਾ, ਤਿੰਨ ਹੀ ਸੀਗੇ ਦੇਖ ਲਓ। ਫਿਰ ਉਸ ਤੋਂ ਪਹਿਲਾਂ ਕਹਿੰਦੇ ਲਾਹੌਰ ਜਿੱਤਣਾ, ਕਿਉਂਕਿ ਲਾਹੌਰ ਉਸ ਟਾਈਮ ਤੇ ਦਿੱਲੀ ਦੇ ਬਰਾਬਰ ਦਾ ਸੀਗਾ, ਤਾਂ ਸਭ ਤੋਂ ਪਹਿਲਾਂ ਫਿਰ ਲਾਹੌਰ ਜਿੱਤਿਆ। ਲਾਹੌਰ ਜਿੱਤ ਕੇ ਫਿਰ ਕੀ ਆ ਜੀ, ਆਪਣਾ ਰਾਜ ਤਿਲਕ ਕਰਵਾਇਆ, ਉਸ ਤੋਂ ਬਾਅਦ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ, ਜਿਹੜੀ ਤਾਂ ਜਿਹੜੀ ਮਿਸਲ ਨੇ ਕਿ ਆਪਣੇ ਅਧੀਨ ਮਤਲਬ ਅਧੀਨਗੀ ਮੰਨ ਲਈ, ਠੀਕ ਹੈ, ਨਹੀਂ ਫਿਰ ਲੜਾਈ ਹੋਈ ਹੈ, ਤਾਂ ਫਿਰ ਨਹੀਂ ਮਹਾਰਾਜਾ ਰਣਜੀਤ ਸਿੰਘ ਜੀ ਰੁਕਿਆ ਜਦ ਤੱਕ ਇਹਨਾਂ ਦੀ ਡੈਥ ਨਹੀਂ ਹੁੰਦੀ। ਤਾਂ ਕਿੰਨਾ ਤਕੜਾ ਏਰੀਆ ਕੈਪਚਰ ਕੀਤਾ, ਇੰਨਾ ਤਕੜਾ ਸਿਸਟਮ ਬਣਾਉਣਾ, ਉਹ ਵੀ ਉਸ ਬੰਦੇ ਵੱਲੋਂ ਜਿਹੜਾ ਬੰਦਾ ਹਾਲਾਂਕਿ ਪੜ੍ਹਿਆ ਨਹੀਂ ਸੀਗਾ, ਪਰ ਉਹਦਾ ਐਜੂਕੇਸ਼ਨ ਸਿਸਟਮ ਸਭ ਤੋਂ ਸਟਰੋਂਗ ਸੀਗਾ, ਠੀਕ ਹੈ ਜੀ। ਚਲੋ ਅਗਲੀ ਗੱਲ ਕਰਦੇ ਹਾਂ, ਚਲੋ ਇਹ ਬਹੁਤ ਡਿਟੇਲ ਦੀ ਗੱਲ ਆ, ਫਿਰ ਤੁਹਾਨੂੰ ਪਤਾ ਵੀ, ਚਲੋ ਜੇ ਮੈਂ ਮੁੱਖ ਲੜਾਈਆਂ ਦੀ ਗੱਲ ਕਰਾਂ ਤਾਂ ਲੜਾਈਆਂ ਵੀ ਮੈਂ ਲਿਖ ਦਿੰਦਾ ਅੱਗੇ, ਠੀਕ ਹੈ, ਤੁਹਾਨੂੰ ਲਾਸਟ ਤੇ ਲਿਖ ਦੂੰਗਾ। ਤਾਂ ਇਹ ਸੀਗੇ ਅੱਜ ਦੇ 20 ਕੁਐਸਚਨ, ਲੜਾਈਆਂ ਜਿਹੜੀਆਂ ਮੁੱਖ ਹੈਗੀਆਂ ਨੇ ਮੈਂ ਲਿਖ ਹੀ ਦਿੰਦਾ, ਕਈ ਵਾਰੀ ਬੱਚੇ ਕਿਸੇ ਨੂੰ, ਵੈਸੇ ਤਾਂ ਸਭ ਨੂੰ ਪਤਾ ਹੀ ਆ ਵੀ ਇਹਨਾਂ ਨੇ ਮੁੱਖ ਲੜਾਈਆਂ ਕਿਹੜੀਆਂ ਕਿਹੜੀਆਂ। ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਆ 1799 ਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਕੀ ਜਿੱਤਿਆ ਸੀਗਾ, ਲਾਹੌਰ ਨੂੰ ਜਿੱਤਿਆ। 1799 ਦੇ ਵਿੱਚ ਕਿਹਨੂੰ ਜਿੱਤਦੇ ਆ ਰਾਜੇ, ਲਾਹੌਰ ਨੂੰ ਜਿੱਤਦੇ ਆ। ਲਾਹੌਰ ਤੋਂ ਬਾਅਦ ਫਿਰ ਕਿਹਨੂੰ ਜਿੱਤਦੇ ਆ ਜੀ, ਅੰਮ੍ਰਿਤਸਰ ਨੂੰ। ਇਹ ਸਭ ਤੋਂ ਤਕੜੇ ਤਕੜੇ ਇਲਾਕੇ ਜਿੱਤੇ ਇਹਨਾਂ ਨੇ, ਠੀਕ ਹੈ ਜੀ। ਫਿਰ ਕਿਹਨੂੰ ਜਿੱਤਦੇ ਆ ਜੀ, ਅੰਮ੍ਰਿਤਸਰ ਨੂੰ ਜਿੱਤਿਆ। ਕਿਹਨੂੰ ਜਿੱਤਿਆ, ਅੰਮ੍ਰਿਤਸਰ ਨੂੰ ਜਿੱਤਿਆ। 1805 ਤੋਂ ਬਾਅਦ ਫਿਰ 1809 ਦੇ ਵਿੱਚ ਜਿੱਤਿਆ ਜੀ ਜੰਮੂ, ਠੀਕ ਹੈ ਜੀ। ਕਿਹਨੂੰ ਜਿੱਤਿਆ ਜੀ, ਜੰਮੂ ਨੂੰ ਜਿੱਤਿਆ। 1809 ਤੋਂ ਬਾਅਦ ਫਿਰ 1813 ਦੇ ਵਿੱਚ ਤੁਹਾਨੂੰ ਮੈਂ ਪੜ੍ਹਾਈ ਦਿੱਤਾ, ਕਿਹਨੂੰ ਜਿੱਤਿਆ ਜੀ, ਅਟਕ ਨੂੰ ਜਿੱਤਿਆ। 1813 ਤੋਂ ਬਾਅਦ ਫਿਰ 1818 ਦੇ ਵਿੱਚ ਜਿੱਤਿਆ ਜੀ ਮੁਲਤਾਨ, ਠੀਕ ਹੈ ਜੀ, ਮੁਲਤਾਨ ਦੀ ਲੜਾਈ ਵੀ ਤੁਹਾਨੂੰ ਮੈਂ ਪੜ੍ਹਾਤੀ। 1818 ਤੋਂ ਬਾਅਦ ਫਿਰ 1819 ਨੂੰ ਜਿੱਤ ਲਿਆ ਜੀ ਕਸ਼ਮੀਰ, ਠੀਕ ਹੈ ਜੀ, ਕਸ਼ਮੀਰ। ਤੇ 1819 ਤੋਂ ਬਾਅਦ 1823 ਨੂੰ, 1823 ਨੂੰ ਫਿਰ ਜਿੱਤ ਲਿਆ ਜੀ ਇਹਨਾਂ ਨੇ ਨੌਸ਼ਹਿਰਾ, ਠੀਕ ਹੈ ਜੀ, 1823 ਨੂੰ ਨੌਸ਼ਹਿਰਾ। ਤੇ 1823 ਤੋਂ ਬਾਅਦ ਫਿਰ 34 ਚ ਜਿੱਤਿਆ ਜੀ ਪਿਸ਼ਾਵਰ, 34 ਚ ਕੀ ਜਿੱਤਿਆ ਜੀ ਇਹਨਾਂ ਨੇ, ਪਿਸ਼ਾਵਰ ਜਿੱਤਿਆ। ਤੇ 1837 ਨੂੰ ਫਿਰ ਕੀ ਜਿੱਤਿਆ ਬਾਈ ਲਾਸਟ ਤੇ, ਜਮਰੌਦ,
ਠੀਕ ਹੈ ਜੀ। ਇਹ ਸਾਰੀਆਂ ਇਹਨਾਂ ਦੇ ਮੁੱਖ ਜਿੱਤਾਂ ਮਰਨਜੀਤ ਸਿੰਘ ਜੀ ਦੀਆਂ, ਤੇ ਮੈਂ ਉਹ ਵਿਸ਼ਵਾਸ ਕਰਦਾ ਵੀ ਇਹ ਜਿਹੜੀ ਕਲਾਸ ਹੈਗੀ ਹੈ ਤੁਹਾਡੇ ਵਾਸਤੇ ਬਹੁਤ ਹੀ ਨੌਲੇਜੇਬਲ ਰਹੀ ਹੋਊਗੀ, ਤੁਹਾਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਊਗਾ। ਹਾਲਾਂਕਿ ਮੈਂ ਸਪੀਡ ਬਹੁਤ ਸਲੋ ਰੱਖੀ ਹੈ ਕਿਉਂਕਿ ਮੈਂ ਬਹੁਤ ਥਕਾਵਟ ਦੇ ਵਿੱਚ ਸੀਗਾ, ਪਰ ਫਿਰ ਵੀ ਮੈਂ ਅੱਜ ਇੰਨੇ ਬੱਚਿਆਂ ਦੇ ਮੈਸੇਜ ਆਏ ਵੀ ਸਰ ਤੁਸੀਂ ਠੀਕ ਹੋ, ਕਲਾਸ ਨਹੀਂ ਲੱਗ ਰਹੀ। ਮਨ ਮਤਲਬ ਸਰੀਰ ਸਾਥ ਨਹੀਂ ਦੇ ਰਿਹਾ ਸੀ ਤਾਂ ਵੀ ਕੋਸ਼ਿਸ਼ ਕੀਤੀ ਹੈ ਕਲਾਸ ਲਾਉਣ ਦੀ। ਕਿਰਪਾ ਕਰਕੇ ਕਲਾਸ ਨੂੰ ਲਾਈਕ ਸ਼ੇਅਰ ਕਰ ਦਿਓ, ਤੇ ਇਹਦਾ ਸੈਕੰਡ ਪਾਰਟ ਜਲਦੀ ਆਪਾਂ ਅਪਲੋਡ ਕਰਾਂਗੇ, ਠੀਕ ਹੈ ਜੀ। ਬਾਕੀ ਤੁਸੀਂ ਦੋ ਕੁਸ਼ਚਨਾਂ ਦੇ ਜਵਾਬ ਮੈਨੂੰ ਕਮੈਂਟ ਬਾਕਸ 'ਚ ਦੱਸਣੇ ਆ। ਮਹਾਰਾਜੀਤ ਸਿੰਘ ਜੀ ਦੇ ਪਿਤਾ ਮਾਹ ਸਿੰਘ ਜੀ ਦੀ ਮੌਤ ਕਦੋਂ ਹੋਈ ਆ, ਹਾਲਾਂਕਿ ਮੈਂ ਕਲਾਸ ਦੇ ਵਿੱਚ ਪੜ੍ਹਾ ਵੀ ਦਿੱਤਾ, ਤੁਸੀਂ ਮੈਨੂੰ ਕਮੈਂਟ ਕਰਨਾ ਹੈ। ਦੂਜਾ ਕੁਸ਼ਚਨ ਮੈਂ ਪੁੱਛ ਰਿਹਾ ਵੀ ਮਹਾਰਾਜੀਤ ਸਿੰਘ ਜੀ ਨੇ 1796 ਈਸਵੀ ਵਿੱਚ ਕਿਸ ਨਾਲ ਵਿਆਹ ਕਰਵਾਇਆ। ਜੇ ਤੁਸੀਂ ਇਹਨਾਂ ਦੋਨਾਂ ਕੁਸ਼ਚਨਾਂ ਦੇ ਜਵਾਬ ਸਹੀ ਦੇ ਦਿੰਦੇ ਆ ਤਾਂ ਮਤਲਬ ਹੈ ਤੁਸੀਂ ਕਲਾਸ ਬਹੁਤ ਧਿਆਨ ਨਾਲ ਦੇਖੀ ਹੈ, ਨਹੀਂ ਫਿਰ ਤੁਸੀਂ ਭਾਈ ਮੇਲਾ ਵੇਖਣ ਆਏ ਹੋ ਤੇ ਮੇਲਾ ਨਹੀਂ ਦੇਖਣਾ, ਕਿਉਂਕਿ ਮੇਲੇ ਵਿੱਚ ਜਦੋਂ ਹੱਥ ਛੁੱਟ ਜਾਂਦਾ ਤਾਂ ਜਵਾਕ ਗੁੰਮ ਜਾਂਦਾ ਹੈ। ਤੇ ਇਹ ਜਿਹੜੇ ਹੁਣ ਪੇਪਰ 'ਚ ਪੇਪਰ ਹੋਣੇ ਆ ਜਾਂ ਤਿਆਰੀ ਦਾ ਟਾਈਮ ਚੱਲ ਰਿਹਾ, ਇਹ ਮੇਲੇ ਵਾਲੀ ਗੱਲ ਹੈ। ਮੇਲੇ ਵਿੱਚ ਜੇ ਤੁਸੀਂ ਹੱਥ ਛੱਡਤਾ ਕਿਸੇ ਚੰਗੇ ਟੀਚਰ ਦਾ ਜਾਂ ਆਪਣੀ ਪੜ੍ਹਾਈ ਦਾ ਜਾਂ ਆਪਣੇ ਆਪ ਦਾ, ਤਾਂ ਤੁਸੀਂ ਗੁੰਮ ਹੋ ਜਾਓਗੇ। ਤੇ ਇੱਕ ਵਾਰੀ ਕਹਿੰਦੇ ਨਾ ਘੜੀ ਦਾ ਗੁੱਥਿਆ 100 ਕੋਆਂ ਤੇ ਜਾ ਪੈਂਦਾ ਹੈ। ਖੁੱਥਿਆ ਗੁੱਥਿਆ ਵੀ ਕਹਿ ਦਿੰਦੇ ਆ, ਮਤਲਬ ਵੀ ਵੇਲੇ ਨੂੰ ਤੁਸੀਂ ਨਾ ਸੰਭਾਲਿਆ ਤਾਂ ਤੁਸੀਂ ਮਤਲਬ ਬਹੁਤ ਉਸ ਮੌਕੇ ਤੋਂ ਪਿੱਛੇ ਚਲੇ ਜਾਓਗੇ। ਹੋ ਸਕਦਾ ਤੁਹਾਨੂੰ ਮੌਕਾ 12 ਸਾਲ ਬਾਅਦ ਮਿਲੇ, 13 ਸਾਲ ਬਾਅਦ ਮਿਲੇ, ਜਾਂ ਮਿਲੇ ਹੀ ਨਾ ਜ਼ਿੰਦਗੀ ਦੇ ਵਿੱਚ। ਤਾਂ ਕਿਰਪਾ ਕਰਕੇ ਇਸ ਕਰਕੇ ਪੂਰੇ ਧਿਆਨ ਨਾਲ ਪੜ੍ਹੋ। ਇਸ ਤੋਂ ਇਲਾਵਾ ਸਾਡੀ ਪੋਜ਼ਿਟਿਵ ਵੇ ਪੰਜਾਬ ਨਾਮ ਦੀ ਐਪਲੀਕੇਸ਼ਨ ਹੈਗੀ ਆ, ਤੁਸੀਂ ਐਪ ਡਾਊਨਲੋਡ ਕਰ ਸਕਦੇ ਹੋ। ਐਪਲ ਵਾਲੇ ਕਲਾਸ ਪਾਸ ਕਰ ਸਕਦੇ ਆ, ਆਪਣਾ ਕੋਡ ਹੈ, ਠੀਕ ਹੈ। ਤੁਹਾਨੂੰ ਇੱਥੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਹਾਨੂੰ ਕੋਰਸ ਮਿਲ ਸਕਦੇ ਆ। ਜੇ ਕੋਈ ਇਕੱਲੀ ਪੰਜਾਬ ਜੀ ਕੇ ਕਰਨਾ ਚਾਹੁੰਦਾ, ਤੁਹਾਡਾ 500 ਰੁਪਏ ਦਾ ਕੋਰਸ ਹੈ, 6 ਮੰਥ ਦੀ ਵੈਲਿਡਿਟੀ ਹੈ। ਸਾਰੀ ਤਿਆਰੀ ਬਹੁਤ ਵਧੀਆ ਢੰਗ ਨਾਲ ਵੀਡੀਓ ਦੇ ਵਿੱਚ, ਪੀਡੀਐਫ ਫਾਰਮ ਦੇ ਵਿੱਚ, ਆਨਲਾਈਨ ਟੈਸਟ ਦੇ ਵਿੱਚ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਕੰਬੋ ਕੋਰਸ ਵੀ ਚੱਲ ਰਹੇ ਆ, ਤੁਸੀਂ ਸਭ ਦੀ ਜਾਣਕਾਰੀ ਲੈ ਸਕਦੇ ਹੋ। ਇਸ ਨੰਬਰ ਦੇ ਉੱਪਰ ਕਾਲ ਕਰਕੇ ਕਾਲ 10 ਤੋਂ 5 ਕਰ ਸਕਦੇ ਹੋ, ਠੀਕ ਹੈ ਜੀ। ਮੈਸੇਜ ਜਦੋਂ ਮਰਜ਼ੀ ਕਰ ਦਿਓ, ਪੜ੍ਹੋ ਬੇਟਾ, ਪਰਮਾਤਮਾ ਕਿਰਪਾ ਕਰੇ। ਬਾਕੀ ਮੈਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰੂੰਗਾ ਵੱਧ ਤੋਂ ਵੱਧ ਤੁਹਾਨੂੰ ਕੰਟੈਂਟ ਪ੍ਰੋਵਾਈਡ ਕੀਤਾ ਜਾਵੇ। ਕਲਾਸਾਂ ਜਾਣਬੁੱਝ ਕੇ ਨਹੀਂ ਬੰਦ ਕੀਤੀਆਂ ਜਾਂਦੀਆਂ ਬੇਟੇ, ਘਰ ਦੇ ਕੁਝ ਹਾਲਾਤ ਇਦਾਂ ਦੇ ਹੋ ਜਾਂਦੇ ਆ ਜਾਂ ਕੋਈ ਕੰਮ ਆ ਜਾਂਦਾ ਤਾਂ ਕਲਾਸਾਂ ਬੰਦ ਹੋ ਜਾਂਦੀਆਂ। ਅਦਰਵਾਈਜ਼ ਕੋਸ਼ਿਸ਼ ਪੂਰੀ ਹੁੰਦੀ ਹੈ, ਕਿਉਂਕਿ ਮੈਨੂੰ ਪਤਾ ਬਹੁਤ ਸਾਰੇ ਭੈਣ ਭਰਾ ਜਿਹੜੇ ਹੈਗੇ ਆ ਆਪਣੇ ਚੈਨਲ ਤੇ ਡਿਪੈਂਡ ਨੇ, ਠੀਕ ਹੈ ਜੀ। ਜਲਦੀ ਮਿਲਦੇ ਅਗਲੀ ਵੀਡੀਓ ਵਿੱਚ, ਤਦ ਤੱਕ ਵਾਸਤੇ ਧੰਨਵਾਦ। ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।